ਦੁਆਬਾ ਰੇਡੀਓ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਆਵਾਜ਼ ਦੀ ਦੁਨੀਆ ਦੇ ਦੋਸਤੋ, ਦਿਨ ਬਦਲਦੇ ਨੇ ਅਤੇ ਕੈਲੰਡਰ ਬਦਲਦੇ ਨੇ ਅਤੇ ਕਦੇ ਕਦੇ ਰਸੋਈ ਘਰ ਦੇ ਵਿੱਚੋਂ ਸਿਲੰਡਰ ਬਦਲਦੇ ਨੇ। ਇਹ ਸਾਰਾ ਕੁਛ ਜੋ ਬਦਲਾਵ ਹੈ, ਇਹ ਸਾਡੀ ਜ਼ਿੰਦਗੀ ਦਾ, ਕੁਦਰਤ ਦਾ ਇੱਕ ਅਨਿੱਖੜਵਾਂ ਅੰਗ ਆਪਾਂ ਕਹਿ ਸਕਦੇ ਹਾਂ, ਅਤੇ ਅਸੀਂ ਇਸ ਨੂੰ ਖਿੜੇ ਮੱਥੇ ਪ੍ਰਵਾਨ ਵੀ ਕਰਦੇ ਹਾਂ ਅਤੇ ਅੱਗੇ ਵੱਧਦੇ ਹਾਂ। ਹਰ ਬੀਤਿਆ ਹੋਇਆ ਦਿਨ, ਹਰ ਬੀਤਿਆ ਹੋਇਆ ਪਲ ਸਾਨੂੰ ਇੱਕ ਨਵੇਂ ਕੱਲ੍ਹ ਦੀ ਦਸਤਕ ਦੇ ਕੇ ਜਾਂਦਾ ਹੈ, ਇੱਕ ਨਵੀਂ ਦੁਨੀਆ ਦਾ ਜੋ ਆਗਾਜ਼ ਹੈ ਉਹਦਾ ਪੈਗਾਮ ਦੇ ਕੇ ਜਾਂਦਾ ਹੈ। ਤੋ ਇਸ ਕਰਕੇ ਆਤੇ ਹੋਏ ਜੋ ਲਮਹੇ ਹੈ, ਅਰੇ ਆਤੇ ਹੋਏ ਹਿੰਦੀ ਆ ਗਈ ਵੀਰੇ, ਤੋ ਹਿੰਦੀ ਦਾ ਕੋਈ ਚੱਕਰ ਨਹੀਂ ਪਤਾ ਕਿਉਂਕਿ ਮੈਨੂੰ ਗਾਣਾ ਯਾਦ ਆ ਗਿਆ ਸੀ, ਵੈਸੇ ਮੈਂ ਗਾਉਣ ਵਾਲਾ ਨਹੀਂ। ਤੋ ਉਹ ਸੀ ਵੀ ਆਤੇ ਹੋਏ ਕਦਮੋ ਸੇ ਜਾਤੇ ਹੋਏ ਕਦਮੋ ਸੇ ਭਰੀ ਰਹੇਗੀ ਰਾਹ ਗੁਜ਼ਰ, ਜੋ ਹਮ ਗਏ ਤੋ ਕੁਛ ਨਹੀਂ, ਇੱਕ ਰਾਸਤਾ ਹੈ ਜ਼ਿੰਦਗੀ, ਜੋ ਹਮ ਗਏ ਤੋ ਕੁਛ ਨਹੀਂ, ਬਸ ਜੋ ਥੰਮ ਗਏ ਤੋ ਕੁਛ ਨਹੀਂ, ਜੋ ਹਮ ਗਏ ਤੋ ਕੁਛ ਨਹੀਂ, ਯਾਨੀ ਕਿ ਅਸੀਂ ਹੈਗੇ ਹਾਂ ਤਾਂ ਸਭ ਕੁਛ ਹੈ, ਅਸੀਂ ਨਹੀਂ ਹਾਂ ਵੀਰੇ ਤਾਂ ਫਿਰ ਕੁਛ ਵੀ ਨਹੀਂ। ਔਰ ਇਸ ਦਿਲ ਮੇਂ ਕਿਆ ਰੱਖਾ ਹੈ, ਤੇਰਾ ਹੀ ਨਾਮ ਛਿਪਾ ਰੱਖਾ ਹੈ, ਇਹੋ ਜਿਹੀਆਂ ਅਨੇਕਾਂ ਗੱਲਾਂ ਬਾਤਾਂ ਜਿਹੜੀਆਂ ਨੇ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਜ਼ਿੰਦਗੀ ਦਾ ਪੈਗਾਮ ਦਿੰਦੀਆਂ ਨੇ। ਅਤੇ ਇਹਨਾਂ ਗੱਲਾਂ ਨੂੰ ਕਰਦਿਆਂ ਸੁਣਦਿਆਂ ਚੱਲਦਿਆਂ ਚੱਲਦਿਆਂ ਅਸੀਂ ਪਹੁੰਚੇ ਹਾਂ ਅੱਜ ਸਾਲ ਦੇ ਆਖਰੀ ਦਿਨ, ਯਾਨੀ ਕਿ 31 ਦਸੰਬਰ 2023। ਸੋ ਇਹ 2023 ਦਾ ਜੋ 3 ਦਾ ਤੀਆ ਹੈ, ਇਹਦਾ 4 ਦਾ ਚੌਕਾ ਬਣਨ ਵਾਲਾ ਹੈ, ਅਤੇ 4 ਦਿਸ਼ਾਵਾਂ ਨੇ ਅਤੇ ਬੜਾ ਕੁਛ ਹੈ, 4 ਦੇ ਉੱਤੇ ਤਾਂ ਬਹੁਤ ਕੁਛ ਹੈ। ਬਾਬੂ ਰਜਬ ਅਲੀ ਨੇ 3 ਦੇ, 1 ਦੇ, 2, 3, ਜੇ ਗਿਣਤੀ ਦੇ ਉੱਤੇ ਕਿੰਨੇ ਛੰਦ ਲਿਖੇ ਨੇ, ਕਮਾਲ ਨੇ। ਪੰਜਾਬੀ ਕਵਿਤਾ .com 'ਤੇ ਵੀਰੇ ਪੜ੍ਹ ਲਿਓ, ਜਿਹਦੇ ਸਮਾਂ ਲੱਗੇ ਆਪਣੇ ਮਨ ਪਾਉਂਦੇ ਕਵੀ ਆਪਾਂ ਉੱਥੇ ਪੜ੍ਹ ਸਕਦੇ ਹਾਂ, ਕਹਾਣੀਕਾਰ ਪੜ੍ਹ ਸਕਦੇ ਹਾਂ, ਲੇਖਕਾਂ ਨੂੰ ਮਿਲ ਸਕਦੇ ਹਾਂ। ਸੋ ਦੋਸਤੋ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਅਤੇ ਅੱਜ ਪ੍ਰੋਗਰਾਮ ਦਾ ਜਿਹੜਾ ਸਿਰਲੇਖ ਤੁਸੀਂ ਵੇਖ ਹੀ ਲਿਆ ਹੈ, ਅਲਵਿਦਾ 2023। ਤੋਂ ਅਸੀਂ ਜੋ ਪਿਛਲੇ ਸਾਲ, ਜਾਣੀ ਕਿ ਹੁਣ ਸਾਲ ਪਿਛਲਾ ਹੋ ਗਿਆ ਵੇਖ ਲਓ, ਹਾਲੇ ਇਸੇ ਸਾਲ ਦੇ ਉੱਤੇ ਆਪਾਂ ਠਹਿਰੇ ਹੋਏ ਹਾਂ, ਔਰ ਇਸ ਸਾਲ 'ਚ ਅਸੀਂ ਕੀ ਖੋਇਆ ਕੀ ਪਾਇਆ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਅਤੇ ਹਰ ਸਾਲ ਜਦੋਂ ਇਹ ਦਿਨ ਆਉਂਦਾ ਹੈ 31 ਦਸੰਬਰ ਦਾ, ਤਾਂ ਇਸ ਰਾਤ ਨੂੰ ਖਾਸ ਕਰਕੇ 31 ਦਸੰਬਰ ਦੀ ਰਾਤ ਨੂੰ ਕਈ ਤਾਂ DJ ਲਾ ਲੈਂਦੇ ਆ, DJ, ਔਰ ਕਈ VJ ਲਾ ਲੈਂਦੇ ਆ, ਯਾਨੀ ਕਿ ਫੋਰਨ ਕੰਟਰੀ ਦੀ ਟ੍ਰਿਪ 'ਤੇ ਜਾ ਜਾਂਦੇ ਵੀਰੇ, ਔਰ ਫਿਰ ਉਹ ਜੇ ਕਵੀਆਂ ਨੂੰ ਪੁੱਛੋ ਕਹਿੰਦੇ ਨੋ ਮੈਨ ਆਰ ਫੋਰਨ, ਕਿਹੜਾ ਇੱਥੇ ਬੇਗਾਨਾ, ਕੋਈ ਬੇਗਾਨੀ ਧਰਤੀ ਨਹੀਂ ਹੈ, ਸਾਰੀ ਧਰਤੀ ਆਪਣੀ ਆ। ਬਹਰਹਾਲ ਹਰੇਕ ਬੰਦਾ ਆਪਣੇ ਆਪਣੇ ਤਰੀਕੇ ਨਾਲ ਜੋ ਨਵਾਂ ਸਾਲ ਹੈ ਉਹਨੂੰ ਮਨਾਉਂਦਾ ਹੈ, ਔਰ ਮਨਾਉਣਾ ਚਾਹੀਦਾ ਹੈ, ਆਗਾਜ਼ ਹੈ, ਖੁਸ਼ੀਆਂ ਦਾ ਆਗਾਜ਼ ਹੈ, ਔਰ ਹਰ ਘਰ ਦੇ ਵਿੱਚ ਖੁਸ਼ਹਾਲੀ ਜਿਹੜੀ ਹੈ ਉਹਦਾ ਪੈਗਾਮ ਜਿਹੜਾ ਉਹ ਲੈ ਕੇ ਆਉਂਦਾ ਹੈ, ਦਿਨ ਹਰ ਦਿਨ ਨਵਾਂ ਦਿਨ ਹੈ। ਸਵਾਗਤ ਕਰਦੇ ਹਾਂ ਜੀ, ਔਰ ਲੇਖਾ ਜੋਖਾ ਵੀ ਕਰਦੇ ਹਾਂ ਪ੍ਰੋਗਰਾਮ ਦੇ, ਜਿਹੜਾ ਪ੍ਰਸਾਰਣ ਸਟ੍ਰੀਮਿੰਗ ਹੈ ਇਹ dwabareadio.com ਉੱਤੇ ਹੋ ਰਹੀ ਹੈ, ਅਤੇ ਸਾਡੀ ਜੋ ਐਪ ਹੈ ਦੁਆਬਾ ਰੇਡੀਓ ਐਂਡਰਾਇਡ ਐਪ, ਤੁਸੀਂ ਅਗਰ ਨਹੀਂ ਕੀਤੀ ਹੋਈ ਇੰਸਟਾਲ ਤਾਂ, ਔਰ ਤੁਹਾਡੇ ਕੋਲ ਐਂਡਰਾਇਡ ਫੋਨ ਵੀ ਆ ਤਾਂ ਸਾਡੀ ਗੁਜ਼ਾਰਿਸ਼ ਹੈ ਭਾਈ, ਵਿਦਾਇਗੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਅਲਵਿਦਾ 2023, ਅੱਜ ਦੇ ਦਿਨ ਤਾਂ ਬਈ ਫਿਰ ਇੰਸਟਾਲ ਕਰ ਹੀ ਲਈ ਜਾਵੇ, ਔਰ ਪੂਰਾ ਸਾਲ ਚੱਲਣ ਵਾਲੀ ਹੈ ਔਰ ਸਾਲ ਦਰ ਸਾਲ ਚੱਲਣ ਵਾਲੀ ਹੈ, ਉਹਦੇ 'ਚ ਆਪਾਂ ਨਵੀਆਂ ਸੋਧਾਂ ਕਰਦੇ ਰਹਿੰਦੇ ਹਾਂ। ਸੋ ਦੋਸਤੋ, ਇਸੇ ਤਰ੍ਹਾਂ ਹੀ ਟਿਊਨ ਇਨ ਅਤੇ ਹੋਰ ਜਿੰਨੇ ਵੀ ਜਿਹੜੇ ਪਲੇਟਫਾਰਮ ਨੇ, ਰੇਡੀਓ ਗਾਰਡਨ ਹੋਏ, ਜਿੱਥੇ ਮਰਜ਼ੀ ਆਪਾਂ ਦੁਆਬਾ ਰੇਡੀਓ ਨੂੰ ਸੁਣ ਸਕਦੇ ਹਾਂ, ਔਰ
ਤੁਸੀਂ ਸਾਨੂੰ ਜ਼ਰੂਰ ਆਪਣੀ ਫੀਡਬੈਕ ਦੇ ਕੇ ਦੱਸਿਓ ਤੁਸੀਂ ਕਿਹੜੇ ਪਲੇਟਫਾਰਮ 'ਤੇ ਸੁਣ ਰਹੇ ਹੋ, ਸਾਨੂੰ ਖੁਸ਼ੀ ਹੋਏਗੀ ਅਤੇ ਹੋਰ ਬਿਹਤਰ ਕਰਨ ਦਾ ਜਿਹੜਾ ਸਾਨੂੰ ਮੌਕਾ ਵੀ ਮਿਲੇਗਾ। ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਸਾਡਾ ਯੂਟਿਊਬ ਚੈਨਲ ਹੈ ਉਹ ਦੁਆਬਾ ਰੇਡੀਓ ਵੀਲੌਗ ਬਲੌਗ ਕਰਕੇ ਅਤੇ ਉਹਦੇ ਉੱਤੇ ਚੱਲ ਰਿਹਾ ਹੈ ਅਤੇ ਨਾਲ ਦੀ ਨਾਲ ਫੇਸਬੁੱਕ ਦੇ ਉੱਤੇ ਪੇਜ ਦੇ ਉੱਤੇ ਚੱਲ ਰਿਹਾ ਹੈ। ਤੋ ਪਲੀਜ਼ ਜੇ ਤੁਸੀਂ ਫੇਸਬੁੱਕ ਦੇ ਉੱਤੇ ਜੁੜੇ ਹੋਏ ਹੋ ਤਾਂ ਫੇਸਬੁੱਕ ਪੇਜ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਜੇ ਯੂਟਿਊਬ 'ਤੇ ਸੁਣ ਰਹੇ ਹੋ ਭਾਈ ਸਬਸਕ੍ਰਾਈਬ ਕਰ ਦਿਓ ਅਤੇ ਅੱਗੇ ਮਿੱਤਰਾਂ ਨੂੰ ਵੀ ਮਾੜਾ ਜਿਹਾ ਸਾਡਾ ਸੁਨੇਹਾ ਪਹੁੰਚਾਇਓ ਭਾਈ ਸਬਸਕ੍ਰਾਈਬ ਕਰ ਦਿਓ। ਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਸ਼ਾਮਿਲ ਹੋਣਾ ਹੈ ਤਾਂ ਨੰਬਰ ਉਹੀ ਹੈ, ਪੁਰਾਣਾ ਹੀ ਜਾਣਿਆ ਪਛਾਣਿਆ ਨੰਬਰ 950-111-3641। ਤੋ ਇਸ ਨੰਬਰ 'ਤੇ ਡਾਇਲ ਕਰਕੇ ਦੋਸਤੋ ਆਪਾਂ ਸ਼ਾਮਿਲ ਹੋ ਸਕਦੇ ਹਾਂ ਅਤੇ ਸਾਡੇ ਨਾਲ ਜੁੜੇ ਹੋਏ ਨੇ ਭਾਨ ਸਿੰਘ ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਫੇਸਬੁੱਕ ਅਤੇ ਯੂਟਿਊਬ ਦੋਹਾਂ 'ਤੇ ਸੁਣ ਰਹੇ ਨੇ। ਭੁਪਿੰਦਰ ਸਿੰਘ ਭਾਰਤ ਸਾਹਿਬ ਫੇਸਬੁੱਕ ਦੇ ਰਾਹੀਂ ਸੁਨੇਹਾ ਭੇਜ ਰਹੇ ਨੇ ਔਰ ਗਰੇਵਾਲ ਸਾਹਿਬ ਕਹਿ ਰਹੇ ਕਿ ਇੰਟਰਨੈੱਟ ਦੀ ਸਥਿਤੀ ਡਾਵਾਡੋਲ ਹੈ। ਓ ਹੋ ਹੋ ਹੋ, ਇਹ ਤਾਂ ਕਹਿ ਲਓ ਵੀ ਪਹਿਲੀ ਬੋਲ 'ਤੇ ਚੌਕਾ ਲੱਗ ਗਿਆ ਸ਼ਾਇਦ ਛੱਕਾ। ਬਹਰਹਾਲ ਦੇਖਦੇ ਹਾਂ ਜੀ ਇੰਟਰਨੈੱਟ ਵਾਲਿਓ, ਅੱਜ ਜਾਂਦੇ ਜਾਂਦੇ ਤਾਂ ਵੀਰੇ ਵਧੀਆ ਚਲਾਇਓ ਯਾਰ ਹੈ। ਚਲੋ ਅਤੇ ਦੋਸਤੋ ਸਵਾਗਤ ਕਰਦੇ ਹਾਂ ਸਾਡੇ ਨਾਲ ਸਾਡੇ ਰੂਹਾਂ ਦੇ ਹਾਣੀ ਦਿਲਾਂ ਦੇ ਜਾਨੀ ਮਹਿਫਲ ਦੇ ਵਿੱਚ ਸ਼ਾਮਿਲ ਨੇ ਹਰਮਹਿੰਦਰ ਸਿੰਘ ਚਾਹਲ ਸਾਹਿਬ। ਤੋ ਕਰਦੇ ਹਾਂ ਸਵਾਗਤ ਜੀ ਆਇਆਂ ਨੂੰ। ਚਾਹਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਖੁਸ਼ ਆਮਦੀਦ ਬਾਬਿਓ। ਜੀ ਸਤਿ ਸ਼੍ਰੀ ਅਕਾਲ ਚਾਹਲ ਸਾਹਿਬ, ਹੋਰ ਸਭ ਠੀਕ ਹੈ ਜੀ? ਕਿੰਨਾ ਢੁਕਵਾਂ ਹੈ ਕਿ ਅੱਜ ਦਾ ਲਾਸਟ ਡੇ ਹੈ ਤੇ ਅੱਜ ਹੀ ਆਪਣਾ ਸੰਡੇ ਆ ਗਿਆ ਤੇ ਅੱਜ ਹੀ ਪ੍ਰੋਗਰਾਮ। ਹਾਂਜੀ ਬਿਲਕੁਲ ਬਿਲਕੁਲ ਜੀ, ਕਈ ਵਾਰੀ ਅੱਗੋਂ ਪਿੱਛੋਂ ਹੋ ਜਾਂਦਾ ਇੱਕ ਦੋ ਦਿਨ ਅਗਾਂਹ ਪਿੱਛੋਂ, ਪਰ ਐਤ ਕੀ ਬਾਤ ਆ ਜਮਾਇਨ। ਮੈਂ ਕਹਿੰਦਾ ਜੀ ਕਾਣੇ ਤੇ ਸੱਟ ਲੱਗੀ ਹੈ, ਗਾਹ ਪੈ ਗਿਆ ਗਾਹ ਪੈ ਗਿਆ, ਲੱਭਦਾ ਨਹੀਂ ਬੰਦੇ ਨੂੰ, ਬੰਦਾ ਨਹੀਂ ਲੱਭਦਾ, ਪਤਾ ਨਹੀਂ ਕੀ ਹੋ ਰਿਹਾ, ਤਾਰਾਂ ਜੁੜ ਗਈਆਂ ਜੀ, ਤਾਰਾਂ ਜੁੜ ਗਈਆਂ ਕਰੰਟ ਵਾਜ। ਅਲਵਿਦਾ ਲਫ਼ਜ਼ ਵੈਸੇ ਉਦਾਸ ਕਰ ਦੇਣ ਵਾਲਾ ਹੈ ਜੀ। ਜੀ ਬਿਲਕੁਲ ਜੀ, ਇੱਕ ਵਿਦਾ ਤੇ ਨਾਲੇ ਅਲ ਵੀ ਹੈ। ਹਾਂ ਵਿਦਾ ਅਲ, ਮੇਰਾ ਖਿਆਲ ਹੈ ਇਹਦਾ ਫਾਰਸੀ ਦਾ ਹੋਣਾ ਹੈ, ਵਿਦਾ ਦੇ ਨਾਲ ਦੋਨੇ ਜੁੜ ਕੇ ਕੁਛ ਬਣਦਾ ਹੋਣਾ ਇਹਦਾ। ਹਾਂਜੀ ਅਲਵਿਦਾ, ਜੀ ਜੀ ਜੀ, ਆਪਣੇ ਜ਼ਿਆਦਾ, ਹਾਂ ਜੀ ਜ਼ਿਆਦਾ ਤਾਂ ਆਪਣੇ ਫਾਰਸੀ ਤੋਂ ਆਏ ਹੋਏ ਆ ਜੀ ਲਫ਼ਜ਼ ਜੀ। ਹਾਂ ਲਫ਼ਜ਼ ਆਪਣਾ ਇਹ ਵੀ ਫਾਰਸੀ ਦਾ, ਇਹ ਵੀ ਸਿੱਧਾ ਉਧਰੋਂ ਹੀ ਆ ਰਿਹਾ ਜੀ। ਹਾਂ ਆਪਾਂ ਉਹਨੂੰ ਪੰਜਾਬੀ ਬਣਾ ਦਿੰਦੇ, ਆਪਾਂ ਕਹਿੰਦੇ ਲਫ਼ਜ਼ 'ਚ ਇਹ ਜਿਹੜੇ ਲਫ਼ਜ਼ਾਂ 'ਚ ਲਿਖਿਆ ਠੀਕ ਨਹੀਂ ਹੈਗੇ, ਉਹ ਐਕਚੁਲੀ ਲਫ਼ਜ਼ਾਂ ਨੂੰ ਆਪਾਂ ਲਫ਼ਜ਼ ਤੋਂ ਉਹਦਾ ਬਹੁ ਵਚਨ ਲਫ਼ਜ਼ਾਂ ਬਣਾ ਤਾ, ਐਕਚੁਲੀ ਲਫ਼ਜ਼ ਦਾ ਬਹੁ ਵਚਨ ਅਲਫਾਜ਼ ਹੈ। ਕਿਆ ਬਤਾ ਕਿਆ ਬਤਾ ਕਿਆ ਬਤਾ, ਆਹੋ ਪੰਜਾਬੀ ਵਿੱਚ ਤਾਂ ਉਹਨੂੰ ਫਿਰ ਕੰਨਾਂ ਲਾ ਕੇ ਭਜਾ ਲੈਂਦੇ ਆ, ਕੰਨਾਂ ਵਾਟੀ ਕੁਰ ਚੱਲ ਪਈ, ਕੰਨਾਂ ਕੰਨ ਮਰੋੜ ਲੈਣੇ ਜੀ, ਇੱਧਰ ਨੂੰ ਜਾ ਸਕਦਾ, ਯੋਗ ਨੂੰ ਯੋਗਾ ਲਾ ਕੇ ਮੈਂ ਕਹਿੰਦਾ ਜੀ ਟਪਾ ਤੇ ਬਾਰਡਰ। ਉਹ ਇੱਕ ਵਾਰੀ ਨਾ ਜੀ ਇੱਕ ਗੋਰਾ ਆ ਗਿਆ ਪੰਜਾਬ ਦੇ ਵਿੱਚ, ਕਹਿੰਦਾ ਵੀ ਮੈਂ ਸਿੱਖਣੀ ਹੈ ਪੰਜਾਬੀ। ਆਹਾ ਉਹ ਚੰਗੀ ਸਿੱਖ ਸੁੱਖ ਕੇ ਵਗ ਗਿਆ ਵਾਪਸ ਕਿਸੇ ਹੋਰ ਪੰਜਾਬ ਦੇ ਵਿੱਚ, ਹੋਰ ਪਿੰਡ ਚਲਿਆ ਗਿਆ ਜਿੱਥੋਂ ਸਿੱਖੀ ਸੀ, ਕਿਤੇ ਹੋਰ ਵਗ ਗਿਆ, ਬੋੜਾ ਥੱਲੇ ਵਗ ਗਿਆ ਜੀ। ਉਹ ਕਹਿੰਦੇ ਕਹਿੰਦੇ ਬਈ ਪੰਜਾਬੀ ਚ ਉਹਨੇ ਸਤਿ ਸ਼੍ਰੀ ਅਕਾਲ ਬੁਲਾਈ ਸਾਰਾ, ਉਹ ਨਮਸਤੇ, ਉਹ ਹੱਥ ਜਾ ਕੋਲ ਨਮਸਤੇ ਕਰ ਲਏ, ਨਮਸਤੇ ਜਿਵੇਂ ਡੰਡਾ ਮਾਰ ਦਿੰਦੇ ਜੇ ਬੋਲਦੇ, ਫਿਰ ਉਹ ਨਮਸਤੇ ਗੈਪ ਛੱਡ ਜਾਂਦੇ। ਚਲੋ ਉਹ ਬੋਲਿਆ, ਕਹਿੰਦਾ ਵੀ ਮੈਂ ਬਹੁਤ ਅੱਛੀ ਪੰਜਾਬੀ ਸਿੱਖ ਗਿਆ ਹਾਂ। ਕਹਿੰਦੇ ਵੀ ਬਾਬੇ ਕਹਿੰਦੇ ਵੀ ਬੜੀ ਅੱਛੀ ਗੱਲ ਹੈ ਵੀ ਤੂੰ ਪੰਜਾਬੀ ਸਿੱਖ ਗਿਆ, ਤੇ ਮਤਲਬ ਉਹ ਕਹਿੰਦਾ ਕੁਛ ਵੀ ਕਹਿੰਦੇ ਸਵਾਲ ਪੁੱਛੀਏ ਕੁਛ ਕਹੀਏ
ਜਵਾਬ ਦੇਵੇਗਾ, ਕਹਿੰਦਾ ਬਿਲਕੁਲ ਤੁਸੀਂ ਕੁਛ ਵੀ ਪੁੱਛੋ, ਪੰਜਾਬ ਬਣ ਚੁੱਕਿਆ, ਪੰਜਾਬੀ ਮੈਂ ਬਹੁਤ ਸਿੱਖੀ ਹੈ, ਕਈ ਸਾਲਾਂ ਸਿੱਖੀ ਹੈ ਮੈਂ ਤਾਂ, ਕਹਿੰਦਾ ਜੀ। ਕਹਿੰਦੇ ਵੀ ਫਿਰ ਐਂ ਕਰ, ਉਹ ਉੱਥੇ ਕੁੱਤੇ ਭੱਜ, ਕਈ ਕੁੱਤੇ ਦੁਪਹਿਰ ਨੂੰ ਬੜੇ ਭੱਜਦੇ ਹੁੰਦੇ, ਇੱਕ ਲਾਈਨ ਚੀਜ਼ ਪਤਾ ਕਿੱਥੇ ਜਾਂਦੇ ਹੁੰਦੇ, ਉਹ ਦੇਖਾ ਦੇਖੇ ਤੁਰੇ ਫਿਰਦੇ ਵਿਚਾਰੇ, ਉਹ ਮਤਲਬ ਤਿੱਖਣ ਦੁਪਹਿਰ ਚ ਇੱਕ ਭੱਜਦਾ, ਮਗਰ ਸਾਰੇ ਕਿਸੇ ਨੂੰ ਪਤਾ ਨੀ ਹੁੰਦਾ ਵੀ ਕਿੱਧਰ ਨੂੰ ਜਾ ਰਹੇ ਹਾਂ ਅਸੀਂ, ਜੀ 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 ਸਾਰੇ ਜਾ ਰਹੇ ਹੁੰਦੇ ਆ, ਸਾਰੇ ਜਾ ਰਹੇ, ਐਂਡ ਚ ਜਾ ਕੇ ਦੇਖਦੇ ਆ ਤੇ ਤਾਂ ਆਪਾਂ, ਮੈਨੂੰ ਲੱਗਦਾ ਵਾਧੂ ਹੀ ਆ ਗਏ ਕਿਧਰੇ, ਇਹ ਇੱਥੇ ਤਾਂ ਆਉਣਾ ਹੀ ਨਹੀਂ ਸੀ, ਖੇਤ ਹੀ ਆਪਣਾ ਆਇਆ ਨਹੀਂ। ਹਾਂ ਉਹ ਬਾਬੇ ਪੁੱਛਦੇ ਆ, ਕਹਿੰਦੇ ਵੀ ਉਹ ਕੀ ਜਾ ਰਹੇ ਹੈ, ਕਹਿੰਦਾ ਡੋਗ ਅੰਗਰੇਜ਼ੀ ਚ ਕਹਿੰਦੇ, ਪੰਜਾਬੀ ਚ ਕੁੱਤਾ, ਕਹਿੰਦਾ ਠੀਕ ਹੈ, ਕਹਿੰਦੇ ਵੀ ਹੁਣ ਤੂੰ ਇਹਦੀ, ਹੁਣ ਇਹਦੀ ਤੂੰ ਪੰਜਾਬੀ ਸਰਲ ਪੰਜਾਬੀ ਬਣਾ ਦੇ ਵੀ ਕੁੱਤੇ ਭੱਜੇ ਜਾ ਰਹੇ ਹੈ, ਇਹਦੀ ਸਰਲ ਪੰਜਾਬੀ ਬਣਾ ਜੀ, ਕਹਿੰਦਾ ਡੋਗਸ ਆਰ ਰਨਿੰਗ ਅੰਗਰੇਜ਼ੀ ਚ ਜੀ, ਡੋਗਸ ਆਰ ਰਨਿੰਗ, ਕਹਿੰਦੇ ਵੀ ਮਤਲਬ ਡੋਗਸ ਦਾ ਰੰਗ ਪੰਜਾਬੀ ਚ ਕੀ ਕਹੇਗਾ, ਕਹਿੰਦਾ ਪੰਜਾਬੀ ਚ ਕਹੋ ਕੁੱਤਾ ਭੱਜੇ ਜਾ ਰਹੇ ਹਨ ਜੀ, ਕਹਿੰਦੇ ਵੀ ਉਹ ਕੁੱਤਾ ਭੱਜੀ ਜਾਂਦੀ ਹੈਗੀ, ਕਹਿੰਦੇ ਨਹੀਂ ਸਹੀ ਨੀ ਬਣਿਆ, ਫਿਰ ਕਹਿੰਦਾ ਕੁੱਤੇ ਹੁੰਦੀ ਹੈਗੀ, ਬਹੁਤ ਅੱਛੇ ਹੁੰਦੀ ਹੈਗੀ, ਬਹੁਤ ਚੰਗੇ ਹੁੰਦੀ ਹੈਗੀ, ਪਰ ਭੱਜੀ ਜਾਂਦੀ ਹੈਗੀ, ਉਹ ਬੋਲੀ ਨਾ ਗਈ, ਇੱਕ ਬਾਬਾ ਕਹਿੰਦਾ ਯਾਰ ਤੂੰ ਸਿੱਧਾ ਕਹਿੰਦੀ ਵੀ ਕਤੀੜ ਦੀ ਪਤੀੜ ਪੈਂਦੀ ਜਾਂਦੀ ਹੈ, ਕਹਿੰਦਾ ਇਹ ਤਾਂ ਮੈਨੂੰ ਕਿਸੇ ਨੇ ਸਿਖਾਇਆ ਹੀ ਨੀ, ਕਹਿੰਦਾ ਇਹ ਤਾਂ ਫਿਰ ਪੰਜਾਬੀ ਆ ਤਾਂ ਜਾਣਦਿਆਂ ਨੂੰ ਆਉਂਦੀ ਹੈ, ਸਿੱਖ ਕੇ ਨੀ ਆਉਂਦੀ ਇਹ, ਇਹ ਤਾਂ ਕਹਿੰਦਾ ਬਹੁ ਵਚਨ ਤੇ ਇੱਕ ਵਚਨ ਦੇ ਵਿੱਚ ਹੀ ਬਚਨ ਬੁਲਾਸ ਹੁੰਦੇ ਰਹਿੰਦੇ ਆ। ਹਾਂਜੀ ਹਾਂਜੀ, ਮੈਂ ਇੱਕ ਜੀ ਚਲੋ ਘਰ ਦੀ ਗੱਲ ਵੀ ਸੁਣਾ ਦਿੰਦਾ, ਪੁੱਛੋ ਪਹਿਲਾਂ ਵੀ ਆਪਾਂ ਕਿਹੜੀ ਗੱਲ ਕੀਤੀ ਹੈ, ਮੈਂ ਛੋਟੇ ਮੇਰੇ ਦੋਤਰੇ ਨੂੰ ਮੈਂ ਸ਼ੁਰੂ ਤੋਂ 5 ਸਾਲ ਜਦੋਂ ਤੱਕ ਉਹ ਸਕੂਲ ਨਹੀਂ ਜਾਣ ਲੱਗਿਆ ਜੀ, ਮੈਂ ਉਹਨੂੰ ਅੰਗਰੇਜ਼ੀ ਨਹੀਂ ਬੋਲਣ ਦਿੱਤੀ ਘਰੇ, ਮੈਂ ਉਹਨੂੰ ਹਮੇਸ਼ਾ ਪੰਜਾਬੀ ਜੀ, ਤੇ ਉਹ ਕੁਦਰਤੀ ਗੱਲ ਹੈ, ਬੇਟੀ ਨੇ ਦੂਜਿਆਂ ਨੇ ਕਹਿਣਾ ਅੰਗਰੇਜ਼ੀ ਭੁੱਲ ਜੂ, ਪੁਰਾਣਾ ਹੋ ਜੂ, ਮੈਂ ਕਿਹਾ ਕੁਛ ਹੋ ਹੀ ਜਾਵੇ, ਪੰਜਾਬੀ ਜਿਹੜੀ 5 ਸਾਲ ਤੱਕ ਬੋਲ ਗਿਆ ਮੁੜ ਕੇ ਇਹਨੇ ਭੁੱਲਣੀ ਨਹੀਂ, ਜੋ ਜੀ ਉਹਨੂੰ ਮੈਂ ਸਿਖਾਇਆ। ਵਾਹ ਜੀ ਵਾਹ। ਉਹ ਕਹਿੰਦਾ ਇੱਕ ਵਾਰੀ ਤਾਂ ਜੀ ਅਸੀਂ ਉਹ ਹੁਣ ਕਿੱਥੇ ਜਾਂਦੇ, ਭੰਗੜੇ ਦਾ ਕੋਈ ਸੀ ਨਿੱਕੇ ਬੱਚਿਆਂ ਦਾ ਪ੍ਰੋਗਰਾਮ ਜਿਹਾ ਆਉਂਦਾ ਹੁੰਦਾ ਸਿਖਾਉਂਦੇ, ਉੱਥੇ ਮੈਂ ਲੈ ਗਿਆ, ਉੱਥੇ ਨਾ ਜੀ ਇੱਕਦਮ ਪਟਾਕਾ ਜਿਹਾ ਜਿਵੇਂ ਖੜਕਾ ਜਿਹਾ ਹੋ ਜਾਂਦਾ ਕਿਸੇ ਪਾਸੇ, ਆਪਾਂ ਸੁਣਦੇ ਹਾਂ ਖੜਕਾ ਜਿਹਾ, ਪਤਾ ਨੀ ਕੀ ਹੋਇਆ, ਉਹ ਜਦੋਂ ਖੜਕਾ ਹੋਇਆ, ਕਹਿੰਦਾ ਪਾਪਾ, ਮੈਂ ਕਿਹਾ ਹਾਂ, ਕਹਿੰਦਾ ਕੱਢ ਦੇ ਕੰਨਾਂ ਦੇ ਕੀੜੇ, ਮੈਂ ਕਿਹਾ ਕੱਢਦੇ ਕੰਨਾਂ ਦੇ ਕੀੜੇ, ਉਹ ਕੋਲੇ ਖੜੀ ਇੱਕ ਬੀਬੀ ਹੋਰ ਸੁਣ ਰਹੀ ਸੀ, ਉਹਦੇ ਨਾਲ ਵੀ ਉਹਦੀ ਲੜਕੀ ਸੀ, ਉਹ ਕਹਿੰਦੀ ਯਾਰ ਇਹ ਪੰਜਾਬੀ ਕਿੱਥੋਂ ਸਿੱਖਿਆ, ਕਹਿੰਦੀ, ਮੈਂ ਕਿਹਾ ਵੀ ਇਹ ਬਹੁਤ ਵੱਡਾ ਸਕੂਲ ਹੈ, ਕਹਿੰਦੀ ਮੈਨੂੰ ਦੱਸ ਐਡਰੈਸ ਲਿਖਾ, ਮੈਂ ਵੀ ਉੱਥੋਂ ਪੰਜਾਬੀ ਸਿਖਾਉਣੀ ਹੈ, ਮੈਂ ਤੇਰੇ ਐਡਰੈਸ ਤੇ ਸਕੂਲ ਦਾ ਤੇਰੇ ਸਾਹਮਣੇ ਖੜਾ, ਸਕੂਲ ਮਾਂ ਪਿਓ ਹੁੰਦੇ, ਉਹਨਾਂ ਨੇ ਸਿਖਾਉਣਾ ਹੁੰਦਾ, ਕਿਆ ਬਤਾ ਕਿਆ ਬਤਾ। ਫਿਰ ਉਹਨੂੰ ਮੈਂ ਸਿਖਾਇਆ, ਬੱਚੇ ਇੱਥੇ ਆਮ ਕਹਿੰਦੇ ਨਾ ਵੀ ਜਦੋਂ ਵੀ ਦਫ਼ਾ ਹੋ ਪਰੇ, ਉਹ ਕਹਿੰਦੇ ਗੋ ਟੂ ਹੈਲ, ਏਦਾਂ ਹੀ ਹਾਂਜੀ ਹਾਂਜੀ, ਏਦਾਂ ਕਹਿੰਦੇ ਗੋ ਟੂ ਹੈਲ, ਮੈਂ ਕਿਹਾ ਇਹ ਨੀ ਤੂੰ ਕਹਿਣਾ, ਕਹਿੰਦੇ ਇਹਦੀ ਥਾਂ ਤੇ ਕੀ ਕਹਿਣਾ, ਮੈਂ ਤੂੰ ਕਹਿ ਕਰ ਖੂਚ ਦੇਗ, ਹੁਣ ਖੂਚ ਦੇ ਕੇ ਕਹਿਣਾ ਹੁੰਦਾ ਜੀ, ਖੂਚ ਡਿੱਗ, ਸੋ ਖੂਚ ਡਿੱਗ, ਗੋ ਟੂ ਹੈਲ, ਮੈਂ ਕਿਹਾ ਉਹ ਵੀ ਹੈਲ, ਉਹ ਵੀ ਬੈਲ, ਬੈਲ ਤੇ ਹੈਲ ਭਰਾ ਭਰਾ ਹੀ ਹੈ, ਮੈਂ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ, ਕੋਈ ਬੈਲ ਤੇ ਹੈਲ, ਹਾਂ ਬੈਲ ਦੀ ਕੋਈ ਗੱਲ ਨਹੀਂ, ਬੈਲ ਦੀ ਕੋਈ ਗੱਲ ਨਹੀਂ, ਸੋ ਇਸ ਤਰ੍ਹਾਂ ਹੈ ਕਿ ਪੰਜਾਬੀ ਤਾਂ ਫਿਰ ਇਹ ਨਹੀਂ ਸਿੱਖੀ ਜਾਂਦੀ। ਉਹ ਇੱਕ ਵਾਰੀ ਕੀ ਹੋਇਆ ਨਾ ਜੀ, ਕੁੱਤਿਆਂ ਤੋਂ ਮੈਨੂੰ ਹੋਰ ਬੱਚੇ ਕੁੱਤੇ ਹੁਣ ਆਪਣੇ ਬੜੇ ਪਿਆਰੇ ਹੈਗੇ ਜੀ, ਦੋਸਤ ਵੀ ਹੈਗੇ, ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਜੀ, ਉਹ ਹੈ ਕਿ ਜੀ
ਪਿੰਡ ਵਾਲੇ ਕਹਿੰਦੇ ਵੀ ਕੁੱਤੇ ਪਿੰਡ ਦੀ ਕਿੰਨੀ ਰਾਖੀ ਕਰਦੇ ਆਪਣੀ, ਹਾਲਾਂਕਿ ਉਹ ਰਾਖੀ ਕਿਹੜੀ ਖਾ ਕੇ ਰੋਟੀਆਂ ਗਲੀਆਂ ਸੁੱਤੇ ਰਹਿੰਦੇ, ਰਾਖੀ ਉਹ ਕਿਹੜੀ ਕਰਦੇ ਵਿਚਾਰ। ਵਾਕਈ ਸਹੀ ਗੱਲ ਹੈ ਜੀ। ਕਹਿੰਦੇ ਵੀ ਨਵੇਂ ਸਾਲ ਤੇ ਇਹ ਜਿਹੜੇ ਆਪਾਂ ਅਲਵਿਦਾ ਤਾਂ ਆਪਾਂ ਇੱਕ ਦੂਜੇ ਨੂੰ ਕਹਿੰਦੇ ਹਾਂ, ਇਹ ਕੀ ਕਹਿੰਦੇ ਹੋਣਗੇ, ਕਹਿੰਦੇ ਭੌਂਕਦੇ ਅਲਵਿਦੋ, ਉਹ ਵੀ ਇਹੀ ਕਹਿੰਦੇ। ਲੈ ਕੈਲੰਡਰ ਚੱਕ, ਕੈਲੰਡਰ ਕੈਲੰਡਰ, ਕਹਿੰਦੇ ਆਪਾਂ ਇਹਨਾਂ ਨੂੰ ਕੋਈ ਤੋਹਫਾ ਦੇਈਏ ਜੀ। ਕਹਿੰਦੇ ਵੀ ਤੋਹਫਾ ਫਿਰ ਕੁੱਤਿਆਂ ਨੂੰ ਕੀ ਦੇਈਏ, ਕਹਿੰਦੇ ਵੀ ਆਪਾਂ ਚਲੋ ਐਂ ਕਰਦੇ ਇਹਨੂੰ ਫਿਲਮ ਦਿਖਾ ਲਿਆਉਂਦੇ ਹਾਂ। ਆਪਾਂ ਇਹਨਾਂ ਨੂੰ ਯਾਰ ਫਿਲਮ ਦਿਖਾ ਲਿਆ ਵਿਚਾਰੇ ਨੇ, ਕਹਿੰਦੇ ਦੇਖੀ ਕੁੱਤੇ ਸਾਰੇ ਤਿਆਰ ਕਰ ਲਿਆ, ਕਿਸੇ ਤਾਂ ਮਸੇ ਉੱਠੇ ਕਹਿੰਦੇ ਪਏ ਆ ਜਾਂ ਤੁਹਾਨੂੰ ਕੀ ਕਹਿੰਦੇ ਆ ਜੀ। ਉਹ ਕਹਿੰਦੇ ਮੈਨੂੰ ਫਿਲਮ ਦਿਖਾਵਾਂਗੇ, ਕਹਿੰਦੇ ਸਾਡੀ ਪਿਆਂ ਦੀ ਫਿਲਮ ਹੈ, ਜਦੋਂ ਤੁਸੀਂ ਬੜਾ ਪਾਸੇ ਹਟਿਆ ਤੁਹਾਡੀਆਂ ਰੋਟੀਆਂ ਖਾ ਜਾਂਗੇ ਫਿਰ ਫਿਰ ਪੈ ਜਾਂਗੇ। ਸਾਰੇ ਟਰੱਕ ਦੇ ਵਿੱਚ ਚੜਾ ਲਏ ਜੀ, ਉਹਨਾਂ ਨੂੰ ਸਾਰਾ ਦੱਸਤਾ ਵੀ ਟੀਮ ਲੀਡਰ ਕਿਹੜੇ ਕਿਹੜੇ ਟਰੱਕ ਚ ਅੱਛੀ ਤਰ੍ਹਾਂ ਬੈਠਣਾ, ਜਾਂਦੇ ਹੋਏ ਨੀ ਭੌਂਕਣਾ। ਉਹ ਹੈਡ ਨੇ ਵੀ ਉਹਨਾਂ ਨੂੰ ਦੱਸਤਾ ਵੀ ਆਪਾਂ ਰਾਹ ਚ ਨੀ ਭੌਂਕਣਾ, ਬੜੇ ਬੀਬੇ ਬਣ ਕੇ ਉਹਨਾਂ ਨੂੰ ਰਹਿਣਾ, ਲਿਜਾ ਕੇ ਹਾਲ ਦੇ ਵਿੱਚ ਬਿਠਾ ਤੇ ਜੀ। ਵਾਹ, ਕੀ ਹਾਲ ਕਰਤਾ ਇਹਨਾਂ ਦਾ, ਹਾਲ ਦੇ ਵਿੱਚ ਬਿਠਾ ਕੇ, ਕਿੱਥੇ ਗਲੀਆਂ ਚ ਪੈਣਾ ਸੀ ਖੁੱਲੇ ਡੱਲੇ, ਉਹ ਕੁਰਸੀਆਂ ਤੇ ਬੈਠੇ ਜੀ। ਉਹ ਕੁਰਸੀਆਂ ਵੀ ਖਾਸ ਹੋਣੀਆਂ ਆ, ਜਿਹਦੇ ਪਿੱਛੋਂ ਪੂਛ ਕੱਢਣ ਨੂੰ ਵੀ ਜਗ੍ਹਾ ਬਣਾਈ ਹੋਣੀ ਉਹਨਾਂ ਨੇ, ਪੂਛ ਕੱਢਣ ਨੂੰ ਜਗ੍ਹਾ, ਹੱਥਾਂ ਚ ਉਹਨਾਂ ਦੇ ਚਿਪਸ ਫੜਾ ਤੇ ਵੀ ਇਹ ਵੀ ਖਾ ਸਕਦੇ ਹੋ ਤੁਸੀਂ, ਉਹ ਸਣੇ ਲਿਫਾਫੇ ਖਾ ਕੇ ਕਹਿੰਦੇ ਵੀ ਖਾਣਾ ਹੀ ਕਿਹੜੀ ਗੱਲ ਹੈ, ਜਿਹੜੀ ਫਰਜ਼ੀ ਸੀ ਬਣਾ ਦੇ, ਲਿਫਾਫਾ ਨਾਲ ਨੀ ਖਾਣਾ ਸੀ, ਕਹਿੰਦੇ ਅਸੀਂ ਕੁੱਤੇ ਕਾਹਦੇ ਹੋਏ ਜੇ ਅਸੀਂ ਨਾਲ ਹੀ ਨਾ ਖਾਧਾ ਕੋਈ, ਸਾਰੇ ਅਸੀਂ ਕੁੱਤੇ ਕੰਮ ਕਰਨੇ ਆ, ਡੌਗ ਈਟਿੰਗ, ਤਾਂ ਹੀ ਮੈਨੂੰ ਕੁੱਤੇ ਕਹਿੰਦੇ ਜੀ, ਕੁੱਤੇ ਕੰਮ ਹੀ ਕੁੱਤੇ ਕਰਨੇ ਆ। ਲਓ ਜੀ ਫਿਲਮ ਚੱਲ ਪਈ, ਸ਼ੋਲੇ ਚੱਲ ਪਈ ਜੀ ਫਿਲਮ, ਤੇ ਅੱਗੇ ਸੀਨ ਆ ਗਿਆ ਉਹ ਜਿੱਥੇ ਧਰਮਿੰਦਰ ਦੀਆਂ ਬਾਹਾਂ ਜਾਂ ਬੰਨ ਦਿੰਦੇ ਆ, ਧਰਮਿੰਦਰ ਕਹਿੰਦਾ ਜਦੋਂ ਇੰਨੇ ਸਾਰੇ ਡਾਕੂ ਆ ਜਾਂਦੇ ਆ, ਧਰਮਿੰਦਰ ਕਹਿੰਦਾ ਜੇ ਕੁੱਤੇ ਕਹਾਂ ਸੇ ਆਏ, ਉਹ ਖੜੇ ਹੋ ਗਏ ਸਾਰੇ, ਕਹਿੰਦੇ ਲੈ ਕੇ ਪੰਚਾਇਤ ਵਾਲੇ ਆਏ, ਸਾਨੂੰ ਤੂੰ ਕੌਣ ਹੁੰਦਾ ਸਾਨੂੰ ਰੋਕਣ ਵਾਲਾ, ਉਹ ਬਾਹਰ ਨੂੰ ਚੱਲ ਪਈ ਕੁੱਤੇ, ਤੁਸੀਂ ਕਿਉਂ ਜਾਂਦੇ ਹੋ, ਸਰਪੰਚ ਨੂੰ ਕਹਿ, ਸਰਪੰਚ ਕਹਿੰਦਾ ਯਾਰ ਤੁਸੀਂ ਮਸਾਂ ਤਾਂ ਲੈ ਕੇ ਆਏ ਆ, ਕਹਿੰਦਾ ਉਹ ਕਹਿੰਦਾ ਕੁੱਤੇ ਕਹਾਂ ਸੇ ਆਏ, ਤੁਸੀਂ ਉਹਨੂੰ ਦੱਸੋ ਵੀ ਪਿੰਡੋਂ ਆਏ ਆ ਇਹ ਜੀ, ਸਾਡੀ ਭਾਸ਼ਾ ਤਾਂ ਉਹ ਸਮਝਦਾ ਜੀ, ਸਾਡੀ ਭਾਸ਼ਾ ਤਾਂ ਉਹ ਸਮਝਦਾ ਹੀ ਨੀ, ਵਨ ਵੇ ਹੋ ਰੱਖੀ ਟ੍ਰੈਫਿਕ, ਉਹ ਕਹਿੰਦਾ ਨਹੀਂ ਯਾਰ ਇਹੀ ਤਾਂ ਫਿਲਮ ਹੈ, ਕਹਿੰਦਾ ਤੁਸੀਂ ਵੇਖੀ ਚਲੋ ਵੀ ਉਹ ਕਰਦਾ ਕਹਿੰਦਾ ਕੀ ਹੈ, ਕਹਿੰਦੇ ਵੀ ਠੀਕ ਹੈ ਪਰ ਉਹਨੂੰ ਦੱਸ ਦਿਓ ਚੰਗੀ ਤਰ੍ਹਾਂ ਬੋਲੇ ਹੁਣ, ਉਹ ਕਹਿੰਦੇ ਅਸੀਂ ਕੋਈ ਨੂੰ ਸਮਝਾ ਲਵਾਂਗੇ, ਫੇਰ ਬਹਿ ਗਏ ਜੀ, ਫੇਰ ਆਪਦਾ ਦੇਖਣ ਚ ਲੱਗ ਗਏ, ਫੇਰ ਧਰਮਿੰਦਰ ਨੇ ਉਹ ਡਾਇਲੋਗ ਮਾਰਿਆ, ਕਹਿੰਦਾ ਉਹਨੂੰ ਬਸੰਤੀ ਇਹਨੂੰ ਕੁੱਤੋਂ ਕੇ ਸਾਹਮਣੇ ਮਤ ਨੱਚਣਾ, ਕਹਿੰਦੇ ਵੀ ਹੁਣ ਕਿਉਂ ਗੁੱਸੇ ਹੋ ਗਏ, ਕਹਿੰਦੇ ਜੇ ਸਾਡੇ ਸਾਹਮਣੇ ਨੱਚਣਾ ਹੀ ਨੀ, ਸਾਨੂੰ ਲਿਆਏ ਕਾਹਦੇ ਵਾਸਤੇ, ਉਹ ਕਹਿੰਦਾ ਯਾਰ ਸਾਡਾ ਰੋਲ ਕੀ ਰਹਿ ਗਿਆ, ਸਾਨੂੰ ਤਾਂ ਰੋਲ ਤਾਂ ਸਾਡਾ ਰੋਲ ਕੀ ਰਹਿ ਗਿਆ, ਉਹ ਕਹਿੰਦੇ ਉਹ ਡਾਕੂਆਂ ਨੂੰ ਕਹਿ ਰਹੇ ਆ, ਕਹਿੰਦੇ ਫਿਰ ਇਹਦਾ ਮਤਲਬ ਅਸੀਂ ਡਾਕੂਆਂ ਤੋਂ ਮਾੜੇ ਆ, ਸਾਨੂੰ ਕਿਉਂ ਨੀ ਕਹਿੰਦੇ, ਅਸੀਂ ਨੀ ਫਿਲਮ ਦੇਖਣੀ, ਲਓ ਜੀ ਕੁੱਤੇ ਭੱਜ ਕੇ ਗਲੀਆਂ ਚ ਵੜ ਗਏ, ਕਹਿੰਦੇ ਇੱਧਰ ਕਿੱਧਰ ਜਾਂਦੇ ਹੋ, ਕਹਿੰਦੇ ਤਾਂ ਹੀ ਤਾਂ ਸਾਨੂੰ ਕੁੱਤੇ ਕਹਿੰਦੇ, ਇੱਧਰ ਅਸੀਂ ਜਾ ਰਹੇ ਹਾਂ, ਇੱਧਰ ਨੂੰ ਮੂੰਹ ਇਕੱਠੇ ਭੱਜਾਂਗੇ, ਦੇਖੋ ਪਾਪੀ ਕਾਲੀ ਸਾਨੂੰ ਬਹੁਤ ਹੈ ਪਰ ਹੈ ਕਾਦੀ ਇਹ ਪਤਾ ਨੀ, ਇਹ ਪਤਾ ਨੀ, ਲਓ ਜੀ ਉਹਨਾਂ ਵਿਚਾਰਿਆਂ ਨੇ ਚਲੋ ਬਣਾ ਲਿਆ ਜੀ ਉਹਨਾਂ ਨੇ ਵੀ, ਪਰ ਆਪਾਂ ਗੱਲ ਕਰ ਰਹੇ ਸੀ ਅਲਵੇ ਦਾ ਲਫ਼ਜ਼ ਉਦਾਸ ਕਰ ਦੇਣ ਵਾਲਾ ਹੈ ਜੀ, ਪਰ
ਇੱਕ ਚੀਜ਼ ਜੇ ਆਪਾਂ ਥੋੜਾ ਜਿਹਾ ਦੇਖੀਏ ਤਾਂ ਅਲਵਿਦਾ ਤੋਂ ਬਾਅਦ ਹੀ ਜ਼ਿੰਦਗੀ ਦਾ ਅਗਲਾ ਫੇਜ਼ ਸ਼ੁਰੂ ਹੁੰਦਾ, ਉਹ ਹੋਏਗਾ ਕੋਈ ਨਵੀਂ ਚੀਜ਼। ਬਿਲਕੁਲ ਬਿਲਕੁਲ ਜੀ, ਉਹ ਹੋਏਗਾ। ਅੱਜ ਦਿਨ ਜਾ ਰਿਹਾ, ਕੁਦਰਤੀ ਗੱਲ ਹੈ, ਆਪਾਂ ਸੋਚਦੇ ਹਾਂ ਪਿਛਲਾ, ਸੋਚ ਸੋਚ ਕੇ ਹਰ ਕੋਈ ਉਦਾਸ ਹੋ ਜਾਂਦਾ, ਪਰ ਅਗਲਾ ਦਿਨ ਆਇਆ ਤਾਂ ਨਵੀਂ ਜ਼ਿੰਦਗੀ ਗਾਂਹ ਤੁਰਦੀ ਹੈ। ਹੁਣ ਦੇਖੋ ਘਰਾਂ ਦੇ ਵਿੱਚ ਸ਼ਾਦੀ ਹੁੰਦੀ ਹੈ ਬੇਟੀ ਦੀ, ਤਾਂ ਜਦੋਂ ਉਹਦੀ ਵਿਦਾਈ ਹੁੰਦੀ ਹੈ ਤਾਂ ਬਹੁਤ ਰੋਂਦਾ ਪਰਿਵਾਰ, ਕਿਸੇ ਦਾ ਕੋਈ, ਹਰ ਪਰਿਵਾਰ, ਇਹਦੇ ਚ ਕੋਈ ਸ਼ੱਕ ਨੀ, ਕਿਤੇ ਤੁਸੀਂ ਵਗ ਜਾਓ ਧਾਹਾਂ ਮਾਰ ਮਾਰ ਕੇ ਰੋਂਦਾ। ਹਰ ਹਰ ਦੇ ਹਰ ਇੱਕ ਦੇ ਨਾਲ ਬੀਤੀ ਹੁੰਦੀ ਹੈ, ਕਿਸੇ ਦੀ ਧੀ ਵਿਦਾ ਹੁੰਦੀ ਹੈ, ਕਿਸੇ ਦੀ ਬੇਟੀ ਆਪਣਾ ਭੈਣ ਵਿਦਾ ਹੁੰਦੀ ਹੈ, ਸਾਰਿਆਂ ਨੇ ਉਹ ਦੇਖਿਆ ਹੁੰਦਾ। ਉਸ ਵੇਲੇ ਉਹਨੂੰ ਅਲਵਿਦਾ ਕਹਿੰਦੇ ਆ, ਵੀ ਅਲਵਿਦਾ ਹੋ ਰਹੀ ਹੈ, ਉਸ ਘਰ ਚੋਂ ਜਾ ਰਹੀ ਹੈ, ਧਾਹਾਂ ਮਾਰ ਮਾਰ ਰੋਂਦੇ, ਪਰ ਅਗਲੇ ਦਿਨ ਉਹਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਦੇਖੋ ਹਾਂ, ਉੱਧਰ ਦੇਖੋ, ਬਿਲਕੁਲ ਬਿਲਕੁਲ, ਨਵਾਂ ਹੀ ਚੈਪਟਰ ਜਿਹੜਾ ਉਹ ਜੁੜਦਾ ਹੈ, ਦੋ ਪਰਿਵਾਰ ਜੁੜ ਜਾਂਦੇ ਆ ਤੇ ਸਾਰਾ ਇੱਕ ਨਵਾਂ ਸੈਟਅਪ ਜਿਹੜਾ ਤਿਆਰ ਹੁੰਦਾ ਹੈ, ਔਰ ਇਹ ਕਮਾਲ ਹੈ ਜੀ। ਹਾਂ ਦੇਖੋ, ਹਾਂ ਵਿਆਹ ਦੇ ਵਿੱਚ ਮਤਲਬ ਇਸ ਤਰ੍ਹਾਂ ਵਿਆਹ ਡਿਪੈਂਡ ਜਿਹਨਾਂ ਤੇ ਹੁੰਦਾ ਹੈ, ਉਹ ਅਲਵਿਦਾ ਹੁੰਦਾ, ਅਗਲੇ ਦਿਨ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਪਰ ਜਿਹੜੇ ਵਿਆਹ ਦੇ ਵਿੱਚ ਆਏ ਹੋਏ ਹੁੰਦੇ ਆ, ਝੋਲੇ ਚੁੱਕ ਚੁੱਕ ਕੇ, ਉਹਨਾਂ ਨੂੰ ਵੀ ਅਲਵਿਦਾ ਜਦੋਂ ਕਹਿਣਾ ਪੈਂਦਾ, ਉਹਨੂੰ ਬੜਾ ਭੈੜਾ ਲੱਗਦਾ। ਉਹ ਪਹਿਲੇ ਵੇਲੇ ਚ ਹੁੰਦਾ ਨੀ, ਉਹ ਕਹਿੰਦੇ ਨੀ ਸ਼ਿੰਦਰੇ, ਆਹ ਤੇਰੀ ਭੂਆ ਦੀ ਮਠਿਆਈ ਤੋਲ ਤੇ ਬੱਸ ਜਾਣ ਵਾਲੀ ਹੈ, ਤੋਰ ਇਹਨਾਂ ਨੂੰ ਛੇਤੀ ਪਹੁੰਚਣਾ, ਇਹਨਾਂ ਨੇ ਤੱਕੀ ਜਾਂਦੇ ਹਨ। ਇਹ ਬੱਸ ਭੂਆ ਮੂਹਰੇ ਨੂੰ ਆਉਣੀ, ਤੂੰ ਫੇਰ ਪਿੱਛੇ ਨੂੰ ਝਾਕੀ ਜਾਂਦੀ ਹੈ ਇੱਧਰ ਨੂੰ। ਇੱਕ ਵਾਰੀ ਜੀ ਅਸੀਂ ਉਹ ਕਾਲਜ ਵੇਲੇ ਕਿਤੇ, ਇੱਕ ਦੋਸਤ ਦੇ ਭਰਾ ਦਾ ਵਿਆਹ ਸੀ, ਉਹਦੇ ਪਿੰਡ ਵਗ ਗਏ ਦੂਰ, ਉਹਨਾਂ ਬੱਸਾਂ ਬੁੱਸਾਂ ਨੀ ਹੁੰਦੀਆਂ, ਸੜਕਾਂ ਵੀ ਉਦੋਂ ਨੀ ਹੁੰਦੀਆਂ ਸੀ, ਨਾਲ ਦੇ ਪਿੰਡੋਂ ਜਾ ਕੇ ਚੜ੍ਹਦੇ। ਅੱਛਾ, ਵਿਆਹ ਹੋ ਹਟਿਆ, ਹੁਣ ਸਕੂਲੀ ਉਹ ਕਾਲਜ ਦੀ ਲਾਈਫ ਹੋਵੇ ਤੇ ਵਿਆਹਾਂ ਚ ਗਿਆ ਹੋਵੇ, ਉੱਥੋਂ ਮੁੜਨ ਨੂੰ ਤਾਂ ਕਿਸੇ ਦਾ ਜੀ ਨੀ ਕਰਦਾ, ਸਟੂਡੈਂਟ ਜਿਹੜੇ ਖਾਸ ਤੌਰ ਤੇ। ਬਿਲਕੁਲ ਬਿਲਕੁਲ ਜੀ, ਉਹ ਜੀ ਜਦੋਂ ਸਾਰੇ ਤੁਰਨ ਲੱਗੇ, ਕਹਿੰਦੇ ਵੀ ਮੁੰਡੇ ਵੀ ਜਾਣਗੇ ਅੱਜ, ਭਾਈ ਜਾਣਾ ਹੀ ਹੁੰਦਾ, ਕਹਿੰਦੇ ਇਹਨਾਂ ਦਾ ਵੀ ਸਕੂਲ ਸਕਾਲ ਲੱਗੂਗਾ, ਬਾਬਾ ਸੀ ਜਿਹੜਾ ਉਹ ਕਹਿੰਦਾ। ਲਓ ਜੀ ਅਸੀਂ ਤੁਰ ਗਏ ਤੇ ਅੱਡੇ ਤੇ ਜਾ ਕੇ ਅਸੀਂ ਮੁੜੇ ਆਏ ਜੀ। ਜੀ ਕਹਿੰਦੇ ਵੀ ਤੁਸੀਂ ਵਾਪਸ ਆ ਗਏ, ਕੀ ਗੱਲ ਹੋ ਗਈ? ਅਸੀਂ ਕਿਹਾ ਜੀ ਵੀ ਸਾਨੂੰ ਇਹ ਲੱਗਿਆ ਵੀ ਤੁਹਾਡਾ ਜਿਹੜਾ ਪਿਆਰ ਮੈਨੂੰ ਸਾਨੂੰ ਮਿਲਿਆ, ਉਹਦਾ ਇੱਕ ਦਿਨ ਹੋਰ ਮਾਣੀਏ ਅਸੀਂ। ਉਹ ਕਹਿੰਦਾ ਯਾਰ ਮਾਣ ਲਿਆ, ਫਿਰ ਚਾਰ ਪੰਜ ਦਿਨ ਤਾਂ ਹੋ ਗਏ, ਨਹੀਂ ਸਾਡਾ ਜੀ ਕੀਤਾ ਜੀ, ਬਾਬਾ ਜੀ ਕਹਿੰਦਾ ਜੀ ਨੀ ਲੱਗਣਾ, ਕਹਿੰਦਾ ਰਹਿ ਲਓ ਯਾਰ ਇੱਕ ਦਿਨ ਹੋਰ ਰਹਿ ਲਓ, ਇੱਕ ਰਾਤ ਰਹਿ ਗਈ ਜੀ ਅਸੀਂ। ਅਗਲੇ ਦਿਨ ਬਾਈ ਕਹਿੰਦਾ ਵੀ ਮੁੰਡੇ ਨੂੰ ਤੋਰੋ, ਰੋਟੀ ਖਵਾਓ, ਛੇਤੀ ਜਾਣਾ ਇਹਨਾਂ ਨੇ ਬੱਸ ਵਾਲੇ, ਇਹਨਾਂ ਦਾ ਗਾ ਪੋ ਭੇਜੋ। ਉਹ ਜੀ 2 ਘੰਟੇ ਬਾਅਦ ਫਿਰ ਮੁੜੇ, ਕਹਿੰਦਾ ਤੁਸੀਂ ਹੁਣ ਮੁੜੇ ਹੈ ਜੀ, ਸਾਡੀ ਬੱਸ ਲੰਘ ਗਈ। ਕਹਿੰਦਾ ਬੱਸ ਲੰਘ ਗਈ? ਬੱਸ ਤਾਂ ਅਸੀਂ 1/2 ਘੰਟਾ ਖੜਦੀ ਹੈ। ਅਸੀਂ ਆਖਿਆ ਪਤਾ ਹੀ ਨੀ ਕਿੱਧਰ ਗਈ, ਹੈ ਹੀ ਨੀ ਸੀ ਉੱਥੇ, ਉਹ ਕਹਿੰਦੇ ਵੀ ਲੰਘ ਗਈ ਹੋਊ, ਜਿਹੜੀ ਧੂੜ ਉੱਡਦੀ ਹੈ ਬੱਸ ਦੇ ਪਿੱਛੇ ਉਹ ਵੀ ਹੈ ਨੀ ਹੁਣ ਤਾਂ, ਕੱਖ ਨੀ ਜੀ। ਤੀਜੇ ਦਿਨ ਫੇਰ ਮੁੜਿਆ, ਕਹਿੰਦਾ ਵੀ ਹੁਣ ਕਿਉਂ ਮੁੜਿਆ ਏ? ਅਸੀਂ ਆਖਿਆ ਬੱਸ ਵਾਲੇ ਨੇ ਬੱਸ ਹੀ ਨੀ ਖੜਾਈ, ਅਸੀਂ ਬਹੁਤ ਭੱਜੇ ਮਗਰ। ਵਾਹ ਜੀ ਵਾਹ, ਸਵਾਰੀ ਮਿਲਦੀ ਹੈ ਤੁਹਾਨੂੰ, 5-6 ਲੰਡਰਾਂ ਨੂੰ ਦੇਖ ਕੇ ਉਹਨੇ ਬੱਸ ਨੀ ਖੜਾਈ, ਇੱਕ ਨੀ ਹੋ ਸਕਦਾ। ਕਹਿੰਦਾ ਤੁਸੀਂ ਪਿੱਛੇ ਲੰਕ ਜਾਂਦੇ, ਅਸੀਂ ਆਖਿਆ ਬਹੁਤ ਕੋਸ਼ਿਸ਼ ਕੀਤੀ, ਬੱਸ ਕਹਿੰਦੀ ਮੇਰੇ ਨੇੜੇ ਨੀ ਲੱਗਣਾ, ਪਿੱਛੋਂ ਦੇ ਉਹ ਮੈਂ ਨੀ ਚੜ੍ਹਨ ਦੇਣੀ ਛੱਤ ਤੇ, ਤੁਹਾਨੂੂੰ ਨਾਲੇ ਤੇਲ ਵਾਲੀ ਟੈਂਕੀ ਤੇ ਲਿਖਿਆ ਉਹਨਾਂ ਨੇ, ਦੇਖੀ ਜਾਂ ਪਰ ਛੇੜੀ ਨਾ, ਛੇੜੀ ਨਾ, ਪਿੱਛੇ ਮੈਂ ਆਖਿਆ ਲਿਖਿਆ ਹੋਇਆ ਸੀ ਵੀ ਦੂਰ ਨਹੀਂ ਚੜ੍ਹੀ ਨਾ। ਲਓ ਜੀ 4-5 ਦਿਨ ਹੋ ਗਏ, ਫੇਰ ਮੁੜੇ, ਕਹਿੰਦਾ ਮੈਂ ਕਿਹਾ ਜੀ ਗੱਲ ਇਹ ਹੋਈ, ਅਸੀਂ ਤੁਹਾਨੂੰ ਅਲਵਿਦਾ ਕਹਿਣਾ ਭੁੱਲ ਗਏ। ਹਾਂ ਹਾਂ ਹਾਂ, ਤੂੰ ਮੈਂ ਯਾਦ ਕਰੂੰ, ਖੂੰਡਾ ਚੱਕ ਲਿਆ, ਕਹਿੰਦਾ ਖੜ ਜਾ, ਥੋੜੀ ਅਲਵਿਦਾ ਡੁੱਬ ਗਈ, ਕਹਿੰਦਾ ਖਾ ਲਿਆ ਇਹਨਾਂ ਨੇ।
ਇਹਨਾਂ ਨੂੰ ਤਾਂ ਭਜਾਈਏ ਮੜਾ ਦੋ ਬੋਰੀਆਂ, ਦੋ ਬੋਰੀਆਂ ਕਣਕ ਦੀਆਂ ਖਾ ਕੇ ਕਹਿੰਦਾ ਲੱਗਦੇ ਅਲਵਿਦਾ ਦੇ ਇੰਨੀ ਤਾਂ ਚੂਹਿਆਂ ਨੇ ਨੀ ਖਾਣੀ ਸੀ ਚੂਹਿਆਂ ਤੋਂ ਵੱਧ ਗਿਆ ਕੰਮ। ਬਿਲਕੁਲ ਬਿਲਕੁਲ ਜੀ, ਹੁਣ ਇੱਕ ਚਲੋ ਹੁਣ ਆਪਾਂ ਕਵਿਤਾ ਵੀ ਹੈ ਜੀ ਅਲਵਿਦਾ ਤੇ ਇਹਦੀ ਵੀ ਗੱਲ ਕਰ ਲੈਂਦੇ ਹਾਂ ਜੀ। ਜੀ ਬਿਲਕੁਲ ਹੈ, ਮੇਰਾ ਖੈਰ ਸਖਦੇਵ ਅਬੋਹਰ ਦੀ ਕਵਿਤਾ ਹੈ, ਮੈਨੂੰ ਯਾਦ ਨੀ ਆ ਰਿਹਾ ਜੀ। ਉਹ ਕਹਿੰਦੇ ਜੀ ਅੱਜ ਮਿਲਦੇ ਆ ਕੱਲ ਮਿਲਦੇ ਆ, ਮਿਲਦਿਆਂ ਮਿਲਦਿਆਂ ਸਾਲ ਗਿਆ, ਇਸ ਵਰੇ ਵੀ ਦਿਲ ਦਾ ਮਹਿਰਮ ਗੱਲੀ ਬਾਤੀ ਟਾਲ ਗਿਆ। ਕਿਆ ਪਤਾ, ਅੱਜ ਮਿਲਦੇ ਆ ਕੱਲ ਮਿਲਦੇ ਆ, ਮਿਲਦੇ ਮਿਲਦਿਆਂ ਸਾਲ ਗਿਆ, ਇਸ ਵਰੇ ਵੀ ਦਿਲ ਦਾ ਮਹਿਰਮ ਗੱਲੀ ਬਾਤੀ ਟਾਲ ਗਿਆ, ਨਾ ਸਾਵਣ ਵਿੱਚ ਪਾਟਿਆ ਅੰਬਰ, ਨਾ ਚੇਤਰ ਵਿੱਚ ਧੁੱਪ ਖਿੜੀ। ਵਾਹ, ਨਾ ਸਾਵਣ ਵਿੱਚ ਪਾਟਿਆ ਅੰਬਰ, ਨਾ ਚੇਤਰ ਵਿੱਚ ਧੁੱਪ ਖਿੜੀ, ਰੁੱਤਾਂ ਦਾ ਬੇਤਰਸ ਬਤੀਰਾ ਦੇ ਕੇ ਸਦਾ ਮਿਲਾਲ ਗਿਆ। ਓ ਵਾਹ, ਦੀਦ ਤੇਰੀ ਦਾ ਚੰਦ ਕਦੇ ਨਾ ਚੜਿਆ ਸਾਡੇ ਅੰਬਰ ਤੇ, ਪੋਟਾ ਪੋਟਾ ਜਿੰਦ ਮੇਰੀ ਦਾ ਕੀਤਾ ਰੋਜ਼ ਹਲਾਲ ਗਿਆ। ਵਾਹ, ਮਹਿਕਾਂ ਦਾ ਵਣਜਾਰਾ ਸੀ ਉਹ ਤੇ ਉੱਡਣਾ ਉਸਦੀ ਫਿਤਰਤ ਸੀ ਜੀ। ਮਹਿਕਾਂ ਦਾ ਵਣਜਾਰਾ ਸੀ ਤੇ ਉੱਡਣਾ ਉਸਦੀ ਫਿਤਰਤ ਸੀ, ਤੁਰ ਗਿਆ ਉਹ ਤਾਂ ਨਾਲ ਹਵਾਵਾਂ, ਸਾਨੂੰ ਸੁੱਟ ਪਤਾਲ ਗਿਆ। ਰੰਗਾਂ ਦੀ ਇੱਕ ਨੂਰੀ ਸ਼ੈਬਰ ਵਿੱਚ ਡਬੋ ਕੇ ਦੋ ਘੜੀਆਂ। ਕਿਆ ਬਾਤ ਹੈ, ਰੰਗਾਂ ਦੀ ਇੱਕ ਨੂਰੀ ਸ਼ੈਬਰ ਵਿੱਚ ਡਬੋ ਕੇ ਦੋ ਘੜੀਆਂ, ਜਾਂਦਾ ਜਾਂਦਾ ਜਿੰਦ ਮੇਰੀ ਨੂੰ ਪਾਰੇ ਵਿੱਚ ਖੰਘਾਲ ਗਿਆ, ਜਾਂਦਾ ਜਾਂਦਾ ਜਿੰਦ ਮੇਰੀ ਨੂੰ ਪਾਰੇ ਵਿੱਚ ਖੰਘਾਲ ਗਿਆ। ਵਾਹ ਜੀ ਵਾਹ, ਇੱਕ ਸ਼ਮੀ ਜੀ ਗੀਤ ਹੈ ਜੀ, ਗੀਤ ਹਿੰਦੀ ਦਾ, ਔਰ ਹਿੰਦੀ ਹਿੰਦੀ ਤੁਹਾਨੂੰ ਪਤਾ ਹਮਾਰੀ ਬਹੁਤੀ ਅੱਛੀ ਨਹੀਂ ਹੋਤੀ, ਫਿਰ ਵੀ ਆਪਣੇ ਕੋ ਸੁਣਨੇ ਕੋ ਮਾਂਗਟਾ ਉਹਨੂੰ ਕੋ ਮਾਂ ਦਾ ਪਿੰਡ ਪਿੰਡ ਵਾਲੇ ਭਈਆਂ ਦੀ ਰੀਸ ਨਾਲ ਕਹਿੰਦੇ ਉਹ ਭਈਏ ਕਾਟੇ ਕੋ ਛਾਵੇਂ ਬੰਨਦੇ, ਕਾਟੇ ਕੋ ਮਾਜ ਕੇ ਪਿੱਛੇ ਲੈ ਆਓ ਜੀ। ਨਾ ਜੀ ਚਲੋ ਮੈਂ ਟਰਾਈ ਕਰਦਾ ਜੀ। ਚਲਤੇ ਚਲਤੇ ਮੇਰੇ ਜੇ ਗੀਤ ਯਾਦ ਰੱਖਣਾ, ਕਭੀ ਅਲਵਿਦਾ ਨਾ ਕਹਿਣਾ, ਕਭੀ ਅਲਵਿਦਾ ਨਾ ਕਹਿਣਾ, ਚਲਤੇ ਚਲਤੇ ਮੇਰੇ ਜੇ ਗੀਤ ਯਾਦ ਰੱਖਣਾ, ਕਭੀ ਅਲਵਿਦਾ ਨਾ ਕਹਿਣਾ, ਕਭੀ ਅਲਵਿਦਾ ਨਾ ਕਹਿਣਾ, ਰੋਤੇ ਹੱਸਤੇ ਬਸ ਯੂੰ ਹੀ ਤੁਮ ਮੁਸਕਰਾਤੇ ਰਹਿਣਾ, ਕਭੀ ਅਲਵਿਦਾ ਨਾ ਕਹਿਣਾ, ਕਭੀ ਅਲਵਿਦਾ ਨਾ ਕਹਿਣਾ। ਵਾਹ, ਪਿਆਰ ਕਰਤੇ ਕਰਤੇ ਹਮ ਤੁਮ ਕਹੀਂ ਖੋ ਜਾਏਂਗੇ, ਇਨ ਹੀ ਬਹਾਰੋ ਕੇ ਆਂਚਲ ਮੇ ਛੁਪ ਕੇ ਸੋ ਜਾਏਂਗੇ, ਕਰਤੇ ਕਰਤੇ
हम तुम कहीं खो जाएंगे इन ही बहारों के आंचल में छुपके सो जाएंगे, सपनों को फिर भी तुम जो ही सजाते रहना, कभी अलविदा ना कहना, हाँ कभी अलविदा ना कहना, बीच राह में दिल भर बिछड़ जाए नहीं हम अगर, और सुनी सी लगे तुम्हें जीवन की जडगर, बीच राह में क्या दिल भर बता। बिछड़ जाए कहीं हम अगर, और सुनी सी लगे तुम्हें जीवन की जडगर, हम लौट आएंगे हाँ तुम जो भी बुलाते रहना, हम लौट आएंगे तुम जो ही बुलाते रहना, कभी अलविदा ना कहना, चलते 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 वाह। मेरे जेगी याद रखना, कभी अलविदा ना कहना, कभी अलविदा ना कहना, कभी वाह जी अलविदा ना वाह, क्या कहना। बता जी। ये पर हूँ जैसे, अरे बहुत घेंट तुम गया, मतलब व्हाट अ ब्यूटी ऑन ड्यूटी गीत हो गया है। ते तू असी जी अपने प्रोग्राम का नाम यह रखता जी, अलविदा। अलविदा। हाँ जी हाँ जी हाँ जी बिल्कुल जी बिल्कुल। जी चल साहब, बहुत आनंद आ गया जी। मैं कहना जी, अज इस साल के बीच साड़ी मुलाकात हो रही है, और बड़ी खुशी की गल है। तो अगले साल फिर होएगी, जोड़ा कि कल ही है। वही बिल्कुल और जी चल साहब, बिल्कुल कल असी विशेष तौर के उत्ते एक नवे साल का प्रोग्राम लेके आवेंगे, महफल मित्रा दी विशेष, और यही 8 बजे तो लैके 10 बजे तक उन्होंने करा लाइव। तो नवे नवे साल में आपको वेलकम भी कहना है, जे इस साल में आप विदा कर रहे अच्छा हैं तो स्वागत करना भी सेम बनता है। टाइम, सेम टाइम कल नू प्रोग्राम हो गए हैं जी, मतलब बिल्कुल ये बिल्कुल जी, सोमवार बिल्कुल बिल्कुल। चल साहब, नवा साल मुबारक दा ना ठीक रख है जी, देंगे। बिल्कुल जी बड़ी खुशी की गल है, जरूर जी जरूर, बहुत धन्यवाद, मिलांगे जी शुक्रिया कल जी, नू शुक्रिया। चल अगले साहब, साल, मोहब्बत जिंदाबाद ते जिंदगी जिंदाबाद। जिंदगी जिंदाबाद। सो दोस्तों, हरमहिंदर सिंह चाह साहब दे नाल आपां कर रहे सां गल्लां बातां, और सुनेहे दोस्तां दे आ रहे ने, आपां वी सांझे करदे जांदे आ नाल दी नाल, क्योंकि व्हाट्सएप दे राहीं, और जिहड़ा यूट्यूब है भाई, सानूं रोकणा पै गया क्योंकि तारां 'च कहिंदे कि स्पार्किंग होण लग गई, लोड वध गया, कुछ इहो जिहा सुनेहा आ गया इंटरनेट वालिआं तों। मेरे वादे तां उहनां ने बड़े करे सी, वी आए चक दांगे, तुसीं ला के देखो, नैट नैट करांगे, ये है वो है, पर नैट बेचारे दे एंड करता जी। बहरहाल, भाई जसवंत सिंह जी खानपुरी, वो अपना सुनेहा भेजते हैं भी नवा साल मुबारक का। धन्यवाद भाई जी, थोनों भी बहुत बहुत मुबारक। और कुलविंदर सिंह राय, कुलविंदर राय जी यूके तो, उन्होंने सुनेहा सुनेहे भेजे हैं, तो उन्होंने स्वागत जी बहुत बहुत। पान सिंह गरेवाल जी सुन रहे ने प्रोग्राम डॉक्टर लगातार, और अरमान उन्होंने स्वागत है जी बहुत बहुत। जी आया नू भारत साहब लगातार अपडेट दे रहे ने, और रुपिंदर कौर जी लिख रहे ने कि नवा साल जिहड़ा मुबारक भाई, रुपिंदर कौर मल्ली जी पटियाला तो जी, स्वागत है जी बहुत बहुत। और दोस्तों, गगन आर,
ਹੋਰ ਜੀ ਉਹ ਵੀ ਸੁਣ ਰਹੇ ਨੇ ਪ੍ਰੋਗਰਾਮ। ਜਗਵੰਤ ਖੇੜਾ ਜੀ ਨੇ ਹੈਪੀ ਨਿਊ ਈਅਰ ਆਖ ਦਿੱਤਾ ਹੈ ਫੇਸਬੁੱਕ ਦੇ ਰਾਹੀਂ। ਬਾਈ ਜੀ ਬਲਬੀਰ ਸਿੰਘ ਜੀ ਸੈਣੀ ਸਾਹਿਬ ਚੰਡੀਗੜ੍ਹ ਵਾਲੇ ਜੁੜੇ ਹੋਏ ਨੇ, ਚੰਡੀਗੜ੍ਹ ਰਹਿਣ ਵਾਲੇ ਧੰਨਵਾਦ। ਰਿਆਜ਼ ਭੱਟੀ ਸਾਹਿਬ ਕਹਿੰਦੇ ਜੀ ਸੁਪਰ ਸ਼ੋਅ, ਧੰਨਵਾਦ ਜੀ ਧੰਨਵਾਦ। ਭਾਰਤ ਸਾਹਿਬ ਕਹਿੰਦੇ ਠੰਡ ਵਿੱਚ ਵੀ ਤਾਰਾਂ ਗਰਮ ਰਹਿੰਦੀਆਂ। ਹਾਂਜੀ ਬਾਈ, ਬਾਲਟੀ ਵਾਲਾ ਬੰਦਾ ਬਾਰਖੜਾ ਰੱਖਿਆ ਸੀ ਇੱਕ। ਔਰ ਦਵਿੰਦਰ ਸਿੰਘ ਜੀ ਲਿਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਅਤੇ ਸ਼ਹਿਬਾਜ਼ ਦਾਨਿਸ਼ ਜੀ ਨਰੋਵਾਲ ਤੋਂ, ਵਾਟ ਆ ਬਿਊਟੀ ਕਿਆ ਬਤਾ, ਸਲਾਮ ਭੇਜ ਰਹੇ ਨੇ। ਸਲਾਮ ਜੀ ਜੀ ਆਇਆਂ ਨੂੰ ਜਨਾਬ, ਖੁਸ਼ ਆਮਦੀਦ ਬਾਬਿਓ। ਅਤੇ ਇਸੇ ਤਰ੍ਹਾਂ ਹੀ ਸੁਨੇਹੇ ਵੀ ਨਾਲ ਦੀ ਨਾਲ ਆਪਾਂ ਪੜ੍ਹ ਰਹੇ ਹਾਂ। ਇਟਲੀ ਤੋਂ ਬਾਈ ਭੰਗੂ ਜੀ ਦੀ ਕਾਲ ਵੀ ਆ ਰਹੀ ਹੈ, ਉਹਨਾਂ ਨੂੰ ਆਪਾਂ ਜੋੜ ਕੇ ਵੇਖਦੇ ਹਾਂ ਜੀ ਨਾਲ, ਅਤੇ ਇਟਲੀ ਵਾਲਿਆਂ ਦਾ ਹਾਲ ਚਾਲ ਪੁੱਛਦੇ ਹਾਂ। ਅਤੇ ਬੜੀ ਦੇਰ ਬਾਅਦ ਆਈਏ ਕਾਲ ਇਟਲੀ ਤੋਂ, ਇਹ ਸ਼ਾਇਦ ਗੀਤ ਜਲੰਧਰ ਵਾਲਾ ਸੀ, ਅਸੀਂ ਇਟਲੀ ਦਾ ਬਣਾਈ ਬੈਠੇ ਹਾਂ। ਤੋ ਇੱਕ ਕਾਲਸ ਹੋਰ ਵੀ ਵਿੱਚ, ਕਾਫੀ ਕਾਲਸ ਜਿਹੜੀਆਂ ਨੇ ਪੀਂਘਾਂ ਜਿਹਾ ਪੈ ਗਈਆਂ, ਜਿੱਦਾਂ ਗੁੰਝਲਾਂ ਜਿਹੀ ਨਹੀਂ ਪੈਂਦੀ ਕਾਲਾਂ ਦੀ, ਐਂ ਹੋ ਗਿਆ ਮਾੜਾ ਜਿਹਾ ਗਾਹ ਜਿਹਾ ਪੈ ਗਿਆ। ਤੋ ਬਹਿਰਹਾਲ ਆਪਾਂ ਦੇਖਦੇ ਹਾਂ ਬਈ ਕਾਲ ਸਾਡੀ ਜੁੜਦੀ ਕਿੱਥੇ ਆ, ਬੜੀ ਮਤਲਬ ਪਿੱਪਲ ਅਤੇ ਪੀਂਘ ਝੂਟਦੀ ਰਹਿ ਗਈ ਜਾਂ ਚੜ ਗਈ ਜਾਂ ਕੁਛ ਹੋ ਗਿਆ ਪੀਂਘ ਦਾ। ਜੀ ਆਇਆਂ ਨੂੰ ਇਟਲੀ ਵਾਲਿਓ ਪੰਗੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਬਹੁਤ ਹੀ ਵਧੀਆ, ਤੁਸੀਂ ਸੁਣਾਓ ਕੀ ਹਾਲਾਤ ਨੇ ਇਟਲੀ ਦੇ, ਤੇ ਨਵਾਂ ਸਾਲ ਕਿਵੇਂ ਮਨਾ ਰਹੇ ਹੋ ਅੱਜ? ਨਵਾਂ ਸਾਲ ਗਾਵਾਂਗੇ ਜੱਫੀਆਂ ਪਾ ਪਾ ਕੇ ਮਨਾ ਰਹੇ ਜੀ। ਬਿਲਕੁਲ ਬਿਲਕੁਲ, ਗਾਵਾਂਗੇ ਜੱਫੀਆਂ ਪਾ ਪਾ ਕੇ ਮਨਾ ਰਹੇ ਜੀ, ਗਾਂਦਾ ਮੂੰਹ ਪਾ ਰਹੇ ਜੀ, ਪੱਠੇ ਮੋੜਨ ਲੱਗੇ ਤੇ ਆਹ ਸਮਝ ਲਓ ਮਠਿਆਈਓ ਖਾ ਰਹੇ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਪੰਗੂ ਸਾਹਿਬ ਦੇਖੋ, ਸਾਰੇ ਵੀਰਾਂ ਨੂੰ, ਭੈਣਾਂ ਨੂੰ, ਦੋਸਤਾਂ ਮਿੱਤਰਾਂ ਸਾਰਿਆਂ ਨੂੰ ਭਾਈ ਨਵਾਂ ਸਾਲ ਬਹੁਤ ਬਹੁਤ ਮੁਬਾਰਕ, ਤੇ ਬਿਲਕੁਲ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਮੈਂ ਸੁਣ ਰਿਹਾ ਸੀ ਜੀ ਪ੍ਰੋਗਰਾਮ, ਆ ਵੀਰ ਜੀ ਨੂੰ ਚਲੋ ਨਵਾਂ ਸਾਲ ਮੁਬਾਰਕਾਂ ਦੇ ਦੀਏ ਜੀ, ਤੇ ਚਾਲ ਸਾਹਿਬ ਆ ਕੁੱਤਿਆਂ ਨੂੰ ਫਿਲਮਾਂ ਦਿਖਾਈ ਜਾਂਦੇ ਜੀ, ਕਿਤੇ ਸਾਨੂੰ ਵੀ ਦਿਖਾ ਲਿਆ ਕਰੋ ਕੁੱਤਿਆਂ 'ਚ ਬਿਠਾ ਕੇ। ਗੱਲ ਕਰਨੀ ਪੈਣੀ ਹੈ ਜਵਾਨੀ ਦਾ ਰਾਜ ਪੁੱਛਣਾ ਸੀ ਤੁਹਾਡੀ ਦਾ। ਇਹ ਤਾਂ ਬਾਈ ਬਹਿਣ ਬੜਾ ਟੇਢਾ ਸਵਾਲ ਹੈ ਬਾਬਿਓ ਮੇਰੀ ਜਾਣੀ, ਤੁਸੀਂ ਦੱਸਿਓ ਨਾ ਕਿਸੇ ਨੂੰ, ਗੱਲ ਨਾ ਕਰਿਓ ਕਿਤੇ ਅੱਗੇ ਅੱਗੇ ਪਿੱਛੇ, ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਇਹ ਮਤਲਬ ਆਪਣੇ ਸੀਕ੍ਰੇਟ ਕਹਿ ਲਓ। ਇਹ ਰੰਗ ਵਾਲੀ ਡੱਬੀ ਮਿਲਦੀ ਹੈ 30-40 ਰੁਪਏ ਦੀ, ਉਹਨੂੰ ਘੋਲੋ ਤੇ ਚੱਕ ਲਓ। ਮੈਂ ਤਾਂ ਪੁੱਛ ਰਿਹਾ ਜੀ, ਮੈਨੂੰ ਸ਼ੱਕ ਵੀ ਪਈ ਜਾਂਦੇ ਕਿ ਮੈਂ ਵੀ ਬੁਢੇਪੇ ਵੱਲ ਨੂੰ ਜਾ ਰਿਹਾ ਕਿ ਪਹਿਲਾਂ ਹੀ ਪੁੱਛ ਲਵਾਂ ਵੀ ਜਵਾਨੀ ਇੱਥੇ ਰੁਕ ਜੇ। ਹਾਂਜੀ ਵੈਸੇ ਕੋਈ ਪੰਗੂ ਸਾਹਿਬ ਬੰਦਾ ਕਹਿੰਦਾ ਕਹਿੰਦਾ ਦੇਖੋ ਜੀ, ਕਹਿੰਦੇ ਜਵਾਨੀ ਤੇ ਬੁਢਾਪਾ ਮਨ ਦੀ ਅਵਸਥਾ ਹੀ ਆ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ, ਸੋਚਣ ਗਾ ਜਵਾਨੀ ਆ ਜਾਂਦੀ ਹੈ ਜੀ, ਸੋਚਣ ਗਾ ਜਵਾਨੀ ਚਲੇ ਜਾਂਦੀ ਹੈ ਜੀ। ਵਾਹ ਜੀ ਵਾਹ, ਕੀ ਬਤਾ ਪਿੰਡ ਕੋਤੀ ਹੈ ਜੀ। ਤੁਸੀਂ ਜਵਾਰ ਲੈਣਾ ਤਾਂ ਚੰਗੀ ਸੋਚ ਰੱਖਣੀ ਪੈਣੀ ਹੈ ਜੀ, ਬੁਢੇਪੇ 'ਚ ਜਾਣਾ ਹੈ ਤਾਂ ਤੁਸੀਂ ਸੋਚੀ ਜਾਓ ਬਸ, ਜੀ ਫਿਰ ਜ਼ਿੰਦਗੀ ਗੁਜ਼ਰ ਜਾਣੀ ਹੈ। ਬਿਲਕੁਲ ਜੀ ਬਿਲਕੁਲ, ਆ ਮੇਰਾ ਖਿਆਲ ਇਹੀ ਆਇਆ ਸੀ, ਮੈਂ ਤੁਹਾਡਾ ਦੇਖ ਰਿਹਾ ਸੀ ਜਦੋਂ ਯੂਟਿਊਬ ਤੇ ਸੋਰੀ ਫੇਸਬੁੱਕ ਤੇ ਜੀ,
ਬਿਲਕੁਲ 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 ਜੀ ਤੁਹਾਡਾ ਪ੍ਰੋਗਰਾਮ ਸੁਣੀ ਦਾ ਬਾਕੀ ਕਮੈਂਟ ਕਮੁੰਟ ਘੱਟੇ ਕਰੀ ਦੇ ਫਿਰ ਏਦਾਂ ਹੋ ਜਾਂਦਾ ਜੀ ਜੇ ਕਮੈਂਟ ਕਰੀਏ ਤਾਂ ਏਦਾਂ ਲੱਗਦਾ ਜਿਵੇਂ ਗੱਪ ਜੀ ਮਾਰੀ ਹੁੰਦੀ ਹੈ ਜੀ ਤੁਹਾਨੂੰ ਪਤਾ ਜੀ ਜੇ ਗੱਪ ਮਾਰੀਏ ਤਾਂ ਫਿਰ ਉਹ ਲੰਬੀ ਹੋ ਜਾਂਦੀ ਹੈ ਫਿਰ ਝੂਠ ਇੱਕ ਬੋਲ ਕੇ 100 ਬੋਲਣਾ ਪੈਂਦਾ ਜੀ ਗੱਲ ਵੱਧਦੀ ਜਾਂਦੀ ਹੈ ਅੱਗੇ ਤੋਂ ਅੱਗੇ ਵਾਕਈ ਜੀ ਬਿਲਕੁਲ ਜੀ ਬਹੁਤ ਸੋਹਣਾ ਜੀ ਪ੍ਰੋਗਰਾਮ ਬਹੁਤ ਸੋਹਣਾ ਜੀ ਵੀਰ ਜੀ ਦਿਲ ਕੀਤਾ ਮਹਾਜ ਵੀਰ ਜੀ ਨੂੰ ਮਾਂ ਫੜੇ ਲਈਏ ਟੰਗਾਂ ਦੇ ਕਿਤੇ ਭੱਜ ਭੁੱਜ ਨਾ ਜਾਣ ਮੈਂ ਵੀ ਵੇਖ ਲੈਂਦਾ ਜੀ ਬਿਲਕੁਲ ਜੀ ਬਿਲਕੁਲ ਬਹੁਤ ਖੁਸ਼ੀ ਹੋਈ ਰੂਹ ਮੈਂ ਕਹਿੰਦਾ ਜੀ ਖਿੜ ਗਈ ਹੈ ਗੁਲੋ ਗੁਲਜ਼ਾਰ ਹੋ ਗਿਆ ਮਾਹੌਲ ਦਿਲ ਦੇ ਵਿਹੜੇ ਚ ਪੱਠਿਆਂ ਦਾ ਟਾਈਮ ਹੁੰਦਾ ਜੀ ਗਾਵਾਂ ਨੂੰ ਪੱਠੇ ਪੋਣੇ ਹੁੰਦੇ ਆ ਟਾਈਮ ਜੀ ਤੇ ਆ ਤੁਹਾਨੂੰ ਆਵਾਜ਼ ਵੱਡੀ ਨਹੀਂ ਟਰੈਕਟਰ ਦੀ ਪਿੱਛੇ ਜੀ 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 ਬਿਲਕੁਲ ਬਿਲਕੁਲ ਜੀ ਮਾਲਕ ਦਾ ਭਰਾ ਲੱਗਿਆ ਮੇਰੇ ਕੋਲ 10 ਮਿੰਟ ਬੱਚੇ ਸੀ ਮਾ ਚਲੋ ਵਿਹਲੇ ਕਾਹਨੂੰ ਰਹਿਣਾ ਆਪਾਂ ਕੱਲੀ ਭਾਜੀ ਦੀ ਚੰਗਾ ਦਿੱਤ ਲੈ ਮੇਰੇ ਯਾਰ ਬਿਲਕੁਲ ਬਿਲਕੁਲ ਜੀ ਚੜ੍ਹਦੀ ਕਲਾ ਐਂ ਰਹਿਣੀ ਚਾਹੀਦੀ ਹੈ ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਸਭ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਮਿਲਣ ਚਾਹੀਦੀਆਂ ਇਟਲੀ ਤੋਂ ਬਾਅਦ ਸਿੱਧੇ ਆਪਾਂ ਆਉਂਦੇ ਹੁਸ਼ਿਆਰਪੁਰ ਪਹਿਲਾਂ ਆਪਾਂ ਸੀਗੇ ਅਮਰੀਕਾ ਤੇ ਹੁਣ ਜਾਣੇ ਹਾਂ ਵੀਰੇ ਆਪਾਂ ਹੁਸ਼ਿਆਰਪੁਰ ਦੇ ਵਿੱਚ ਪ੍ਰਿੰਸੀਪਲ ਡਾਕਟਰ ਅਰਮਨਪ੍ਰੀਤ ਜੀ ਸਾਡੇ ਨਾਲ ਜੁੜ ਗਏ ਨੇ ਜੀ ਆਇਆਂ ਨੂੰ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਖੁਸ਼ ਆਮਦੀਦ ਬਾਬਿਓ ਖੁਸ਼ਾਮਦੀਦ ਜੀ ਸਤਿ ਸ੍ਰੀ ਅਕਾਲ ਜੀ ਸ਼ਮੀ ਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਵਧੀਆ ਧੁੰਦ ਦੇ ਵਿੱਚ ਕਿਵੇਂ ਠਰ ਠਰ ਕਰ ਰਹੇ ਹੋ ਕਿ ਜੇ ਅਲਵਿਦਾ ਕਰ ਰਹੇ ਹੋ 2023 ਨੂੰ ਨਹੀਂ ਧੁੰਦ ਤੇ ਦੇਖੋ ਉਹ ਫਿਰ ਜਿਵੇਂ ਹੁਣੇ ਭੰਗੂ ਸਾਹਿਬ ਗੱਲ ਕਰ ਰਹੇ ਸੀਗੇ ਵੀ ਮਨ ਦੀ ਅਵਸਥਾ ਹੀ ਹੈ ਬਾਹਰ ਚਲੋ ਸੱਚੀ ਮੁੱਚੀ ਧੁੰਦ ਵੀ ਹੈਗੀ ਆ ਹਾਂਜੀ ਵਿਚਾਰਾਂ ਦੇ ਵਿੱਚ ਧੁੰਦ ਨਹੀਂ ਆਉਣੀ ਚਾਹੀਦੀ ਬਿਲਕੁਲ ਜੀ ਵਿਚਾਰ ਜਿਹੜੇ ਆ ਉਹ ਬਹਾਰਾਂ ਵਾਂਗੂ ਖਿੜੇ ਹੋਣੇ ਤੇ ਰਹਿਣੇ ਚਾਹੀਦੇ ਆ ਜੀ ਔਰ ਵਿਚਾਰ ਜਿਹੜੇ ਆ ਉਹ ਕੱਲ ਸਵੇਰ ਦਾ ਜਦੋਂ ਪੌ ਫਟਾਲਾ ਹੋਣਾ 2024 ਦੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਇਸ ਕਾਇਨਾਤ ਤੇ ਪੈਣੀਆਂ ਤੇ ਉਸ ਕਾਇਨਾਤ ਦੀਆਂ ਖੂਬਸੂਰਤ ਕਿਰਨਾਂ ਅਵਕਰ ਉਹ ਸੱਜਰਾ ਪੌ ਫਟਾਲਾ ਕੱਲ ਦਾ ਕਿਉਂਕਿ ਸਾਰੀ ਦੁਨੀਆਂ ਦੇ ਹਰ ਸ਼ਖਸ ਨੂੰ ਉਹਦੀ ਉਡੀਕ ਹੈ ਦੁਆਬਾ ਰੇਡੀਓ ਨੂੰ ਵੀ ਉਸਦੀ ਉਡੀਕ ਹੈ ਤੇ ਦੁਆਬਾ ਰੇਡੀਓ ਅੱਜ 2023 ਨੂੰ ਅਲਵਿਦਾ ਕਹਿ ਰਿਹਾ ਤੇ ਉਸ ਅਲਵਿਦਾ ਹੋ ਰਹੇ 2023 ਸਾਲ ਦਾ ਵੀ ਧੰਨਵਾਦ ਉਹਦਾ ਵੀ ਸ਼ੁਕਰਾਨਾ ਬਿਲਕੁਲ ਕਿ ਉਹਨੇ ਸਾਨੂੰ ਸਾਡੇ ਹਿੱਸੇ ਦਾ 1 ਸਾਲ ਦਿੱਤਾ ਤੇ ਅਸੀਂ ਉਹਨੂੰ ਜੀਵਿਆ ਤੇ ਉਹਦੇ ਵਿੱਚ ਬੜਾ ਕੁਝ ਅਸੀਂ ਮਾਣਿਆ ਭੋਗਿਆ ਉਹਨੂੰ ਕਿਤੇ ਸਾਡੀ ਝੋਲੀ 'ਚ ਖੁਸ਼ੀਆਂ ਪਈਆਂ ਕਿਤੇ ਥੋੜ੍ਹੇ ਗਮ ਪਾਏ ਕਿਤੇ ਦੁੱਖ ਪਾਏ ਪਰ ਸੰਤੁਲਨ ਬਣਦਾ ਰਿਹਾ ਤੇ ਉਹ ਉਸ ਵੀ ਇਸ ਜਾ ਰਹੇ ਅਜੇ ਜਾ ਰਿਹਾ ਸਾਡੇ ਕੋਲ ਅਜੇ ਸਮਾਂ ਹੈ ਵਕਤ ਹੈ ਅਜੇ 5-6 ਘੰਟਿਆਂ ਦਾ ਤੇ ਜਿਸ ਕਰਕੇ ਆਪਾਂ ਇਸ 2023 ਦੇ ਇਸ ਰਹਿੰਦੇ ਸਮੇਂ ਦੇ ਵਿੱਚ 12 ਵੱਜਣ ਦਾ ਸਮਾਂ ਜਿਹੜਾ ਸਾਡੇ ਕੋਲ ਆ ਉਸ ਸਮੇਂ ਤੱਕ ਆਓ ਇਸ ਸਮੇਂ ਨੂੰ ਆਉਣ ਵਾਲੇ ਸਮੇਂ ਦੇ ਨਾਲ ਜੋੜ ਦਈਏ ਔਰ ਦੁਆ ਕਰੀਏ ਕਿ ਆਉਣ ਵਾਲਾ ਸਮਾਂ ਸਾਰੀ ਕਾਇਨਾਤ ਲਈ ਸਾਰੇ ਲੋਕਾਂ ਲਈ ਜੀਵ ਜੰਤੂਆਂ ਲਈ ਪਰਿੰਦਿਆਂ ਲਈ ਔਰ ਇਸ ਸ੍ਰਿਸ਼ਟੀ ਦੇ
ਕਣ ਕਣ ਵਾਸਤੇ ਕਲਿਆਣਕਾਰੀ ਹੋਵੇ, ਰਚਨਾਤਮਕ ਹੋਵੇ, ਸਿਰਜਣਾਤਮਕ ਹੋਵੇ ਜੀ। ਬਾਕੀ ਬੜਾ ਪਿਆਰਾ ਲੱਗ ਰਿਹਾ ਤੁਹਾਡੀ ਗੱਲਬਾਤ ਸੁਣ ਰਿਹਾ ਸੀਗਾ ਮੈਂ ਜੀ, ਤੇ ਨਵੀਂ ਚੀਜ਼ ਔਰ ਖਾਸ ਕਰਕੇ ਜਦੋਂ ਉਹ ਸਾਨੂੰ ਸਮਾਂ ਯਾਦ ਆ ਰਿਹਾ ਕਿ ਜਦੋਂ ਨਵਾਂ ਸਾਲ ਹੁੰਦਾ ਸੀ, ਜਦੋਂ ਅਸੀਂ ਸੱਤਵੀਂ ਅੱਠਵੀਂ 'ਚ ਪੜ੍ਹਦੇ ਸੀ, 11ਵੀਂ 12ਵੀਂ 'ਚ ਜੀ, ਤੇ ਜਵਾਨੀ ਭਰ ਦੀ ਉਮਰ ਦੇ ਵਿੱਚ ਚਲੇ ਗਏ ਆਪਾਂ, ਤੇ ਉਹਨਾਂ ਦਿਨਾਂ ਦੇ ਵਿੱਚ ਅਸੀਂ 5 ਰੁਪਏ ਦਾ ਕਾਰਡ ਮਿਲਦਾ ਹੁੰਦਾ ਸੀ, 2 ਰੁਪਏ ਦਾ ਕਾਰਡ ਮਿਲਦਾ ਹੁੰਦਾ ਸੀ, ਰੁਪਈਏ ਦਾ ਕਾਰਡ ਹੀ ਮਿਲਦਾ ਹੁੰਦਾ ਸੀ ਜੀ। ਤੇ ਉਹ ਨਵੇਂ ਸਾਲ ਦਾ ਕਾਰਡ ਅਸੀਂ ਚੋਣ ਕਰਨੀ 10-15 ਦਿਨ ਪਹਿਲਾਂ ਹੀ, ਤੇ ਉਹ ਕਿਹਨੂੰ ਘੱਲਣਾ, ਆਪਣੇ ਰਿਸ਼ਤੇਦਾਰਾਂ ਨੂੰ ਘੱਲਣਾ, ਸੱਜਣਾ ਮਿੱਤਰਾਂ ਨੂੰ ਘੱਲਣਾ, ਤੇ ਉਹਦੇ ਵਿੱਚ ਕੁਝ ਅਸੀਂ ਜਦੋਂ ਜਵਾਨੀ ਦੀ ਉਮਰ ਦੀਆਂ ਰਮਜਾਂ ਜਿਹੜੀਆਂ ਤੇ ਉਹ ਸੁਪਨੇ ਪਾਲੇ ਹੁੰਦੇ ਸੀਗੇ, ਖੂਬਸੂਰਤ ਰੋਮਾਂਸ ਦੇ, ਕੁਝ ਪਰੀਆਂ ਦੇ, ਕੁਝ ਪਿਆਰ ਦੇ, ਕੁਝ ਮੁਹੱਬਤਾਂ ਦੇ, ਤੇ ਉਹ ਲਿਖ ਲੈਣੇ, ਉਹ ਲੇਕਿਨ ਜਿਗਰਾ ਨਹੀਂ ਪੈਣਾ ਵੀ ਇਹ ਕਾਰਡ ਫੜਾਈਏ ਤਾਂ ਫੜਾਈਏ ਕਿੱਦਾਂ। ਤੇ ਉਹ ਜਿਹੜੇ ਅਨੁਭਵ ਆ ਉਸ ਉਮਰ ਦੇ ਤਕਾਜ਼ੇ ਦੇ, ਕਿਉਂਕਿ ਸੱਚ ਹੁੰਦੇ ਆ, ਇਹ ਇੱਕ ਬੜੀ ਪਿਆਰੀ, ਬੜੀ ਨਿਆਰੀ ਜਿਹੀ ਤੇ ਬੜੀ ਬੜੀ ਰੌਚਕ ਜਿਹੀ ਲਾਈਫ ਹੁੰਦੀ ਆ, ਔਰ ਇਸ ਰੌਚਕਤਾ ਨੂੰ ਹਰ ਮਨੁੱਖ ਨੇ, ਹਰ ਬੰਦੇ ਨੇ ਹੰਢਾਇਆ ਹੁੰਦਾ, ਉਹ ਹੰਢਾਉਂਦਾ ਉਹਨੂੰ ਕਿਸ ਢੰਗ ਨਾਲ, ਉਹਦੇ ਢੰਗ ਤਰੀਕੇ ਜਾਂ ਉਹਦੇ ਆਪਣੇ ਵੱਖਰੇ ਵੱਖਰੇ ਉਹਦੇ ਐਦ ਹੁੰਦੇ ਆ। ਸੋ ਇਹ ਉਹ ਚੀਜ਼ਾਂ ਵੀ ਦਿਮਾਗ 'ਚ ਆ ਰਹੀਆਂ ਸੀਗੀਆਂ। ਜੀ ਬਿਲਕੁਲ ਡਾਕਟਰ ਸਾਹਿਬ, ਵੇਖੋ ਗੱਲਬਾਤ ਸੁਣੀ ਜਾ ਰਹੀ ਹੈ ਅਤੇ ਭੁਪਿੰਦਰ ਸਿੰਘ ਭਾਰਤ ਸਾਹਿਬ ਨੇ ਲਿਖਤਾ, ਕਹਿੰਦੇ ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਐਵੇਂ ਹੀ ਦਿਲ ਭਰ ਆਇਆ ਨਹੀਂ, ਉਹ ਗੀਤ ਭੇਜ ਦਿੱਤਾ ਹੈ। ਅਤੇ ਭਾਨ ਸਿੰਘ ਗਰੇਵਾਲ ਕਹਿੰਦੇ ਡਾਕਟਰ ਸਾਹਿਬ ਤੋਂ ਕੁਝ ਨਾ ਕੁਝ ਨਵੇਂ ਸਾਲ ਦਾ ਅਤੇ 2023 ਸਾਲ ਦੇ ਹੋ ਜੇ ਅੱਜ ਫਿਰ, ਕਹਿੰਦੇ ਇਹ ਆ ਜਾਓ ਜੀ ਡਾਕਟਰ ਸਾਹਿਬ, ਇੱਦਾਂ ਇਹ ਪਿਛਲੀ ਵਾਰੀ ਵੀ ਰਹਿ ਗਈ ਸੀ ਗੱਲ ਅਤੇ ਹੁਣ ਹੋਣੀ ਚਾਹੀਦੀ ਹੈ। ਧੰਨਵਾਦ ਜੀ, ਸ਼ੁਕਰੀਆ ਬੜਾ। ਇਹਨਾਂ ਮੈਂ ਕਾਫੀ ਚਿਰਾਂ ਦਾ, ਮੈਨੂੰ ਘੱਟੋ ਘੱਟ 15-20 ਦਿਨ ਹੀ ਹੋ ਗਏ, ਲਗਭਗ ਮਹੀਨਾ ਖੰਡੇ ਲਾ ਲਓ, ਔਰ ਮੈਂ ਸੋਚਦਾ ਸੀਗਾ ਕਿ ਕਵਿਤਾ ਜਿਹੜੀ ਇੱਕ ਕੋਈ ਵਧੀਆ ਜਿਹੜੀ ਆ ਉਹ ਆਪਾਂ ਰਚਨਾ ਸਾਂਝੀ ਕਰੀਏ। ਬਿਲਕੁਲ, ਤੇ ਉਹ ਇਸ ਤਰ੍ਹਾਂ ਇੱਕ ਕਿੰਨਾ ਚਿਰ ਸੰਗਿਆ, ਤਰਾਸ਼ਿਆ, ਜੋੜਿਆ, ਤੇ ਅੱਜ ਫਾਈਨਲ ਕੀਤਾ ਉਹਨੂੰ। ਕੁਛ ਇੱਕ ਦੋ ਅਖਬਾਰਾਂ ਨੂੰ ਵੀ ਘੱਲਿਆ ਸੀ, ਪਰ ਲੱਗਦਾ ਸ਼ਾਇਦ ਅੱਜ ਤੱਕ ਨਹੀਂ, ਉਹਨਾਂ ਤੱਕ ਪਹੁੰਚੀ ਜਾਣੀ ਨਹੀਂ ਛਾਪੀ ਉਹ। ਤੇ ਤੁਹਾਡੇ ਨਾਲ ਇੱਕ ਸਾਂਝ ਪਾਊਂਗਾ ਤੁਹਾਡੇ ਨਾਲ ਕਿ ਨਵੇਂ ਸਾਲ ਵਾਸਤੇ, ਓਏ ਬੱਚਿਓ ਜੀ, ਨਵੇਂ ਸਾਲ ਦੇ ਇੱਕ ਆਪਾਂ ਦੁਆ ਕਰਨੀ ਆ ਸੂਰਜ ਦੀਆਂ ਕਿਰਨਾਂ ਦੇ ਅੱਗੇ, ਕਿ ਸਾਰੇ ਜਿਵੇਂ ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ, ਹਰ ਬਸ਼ਰ ਲਈ ਨਵਾਂ ਸਾਲ ਖੁਸ਼ੀਆਂ ਤੇ ਖੇੜਿਆਂ ਭਰਪੂਰ ਹੋਵੇ। ਤੇ ਇੱਕ ਸਾਂਝੀ ਕਰ ਰਿਹਾ ਤੁਹਾਡੇ ਨਾਲ ਰਚਨਾ, ਨਵੇਂ ਸਾਲ ਦੇ ਸੂਰਜਾ ਸੁੱਖ ਲੈ ਕੇ ਆਈ। ਬਹੁਤ ਖੂਬ ਟਾਈਟਲ, ਬਹੁਤ ਸੁੰਦਰ ਹੈ। ਕਾਫੀ ਕੁਝ ਮੈਂ ਚਿੰਤਨ ਕਰਨ ਦੀ ਕੋਸ਼ਿਸ਼ ਕੀਤੀ ਆ ਜਿੰਨੀ ਕੁ ਮੇਰੀ ਪਕੜ ਚ ਆਇਆ, ਔਰ ਇਹ ਚ ਸਰਬੱਤ ਦਾ ਭਲਾ ਮੰਗਿਆ, ਕੁਝ ਗੱਲਾਂ ਜਿਹੜੀਆਂ ਉਹ ਥੋੜੀਆਂ ਕੌੜੀਆਂ ਵੀ ਵਿੱਚ ਦੇ, ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਸ਼ਾਮ ਨੂੰ ਦੇਖੋ ਕੌੜੇ ਘੁੱਟ ਕਰਨੇ ਪੈਂਦੇ, ਇਹਦੇ ਅਲੱਗ ਪਾਸੇ ਦੁਨੀਆ ਹੈ ਕੌੜਿਆਂ ਦੀ। ਤੇ ਨਵੇਂ ਸਾਲ ਦੇ ਆ ਸੂਰਜਾ ਜੀ, ਬਿਲਕੁਲ ਇਰਸ਼ਾਦ ਜੀ, ਡਾਕਟਰ ਸਾਹਿਬ। ਨਵੇਂ ਸਾਲ ਦੇ ਆ ਸੂਰਜਾ ਸੁੱਖ ਲੈ ਕੇ ਆਈ। ਬਹੁਤ ਖੂਬ। ਨਵੇਂ ਸਾਲ ਦੇ ਆ ਸੂਰਜਾ ਫਿਰ ਸੁੱਖ ਲੈ ਕੇ ਆਈ, ਦੁੱਖ ਦਲਿੱਦਰ ਸੁੱਕ ਜਾਣ, ਧੁੱਪ ਲੈ ਕੇ ਆਈ। ਦੁੱਖ ਦਲਿੱਦਰ ਸੁੱਕ ਜਾਣ, ਧੁੱਪ ਲੈ ਕੇ ਆਈ।
ਹਏ ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ। ਖੂਬ ਹੈ ਜੀ। ਨਵੇਂ ਸਾਲ ਦਿਆ ਸੂਰਜਾ ਸਾਡੇ ਦਰ ਘਰ ਵੇੜੇ, ਨਵੇਂ ਸਾਲ ਦਿਆ ਸੂਰਜਾ ਵੇ ਸਾਡੇ ਦਰ ਘਰ ਵੇੜੇ, ਪਾਓ ਫਟਾਲਾ ਨਵਾਂ ਕੋਈ ਮਿੱਠੀ ਦਸਤਕ ਦੇਵੇ। ਕੱਚੇ ਘਰ ਬਨੇਰਿਆਂ ਤੇ ਕੋਈ ਨੂਰ ਜਗਾਈ, ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ। ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ। ਕਾਹ ਟੁੱਟਾ ਜੀ ਜੀ। ਨਸ਼ੇ ਨਾਲ ਕਿਸੇ ਮਾਂ ਦਾ ਮਰ ਪੁੱਤ ਨਾ ਜਾਏ, ਭੈਣ ਵੀ ਲੇਖਾਂ ਵਿੱਚ ਲਿਖੀ ਘੋੜੀ ਵੀਰ ਦੀ ਗਾਏ, ਭੈਣ ਵੀ ਲੇਖਾਂ ਵਿੱਚ ਲਿਖੀ ਘੋੜੀ ਵੀਰ ਦੀ ਗਾਵੇ। ਹੋਵੇ ਕੁੱਖ ਸੁਲੱਖਣੀ ਨਾ ਮਾਂ ਤੜਫਾਈ, ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ। ਅੱਜ ਦੇ ਸਮੇਂ ਦੇ ਨਾਲ ਜੁੜਿਆ ਹੋਇਆ ਸਾਡੇ ਭਟਕ ਰਹੇ ਗੱਭਰੂ ਜੀ, ਨੇਰ ਜਾਲ ਵਿੱਚ ਫਸਣ ਨਾ ਗੱਭਰੂ ਵੱਲ ਵੇਲੇ, ਨੇਰ ਜਾਲ ਵਿੱਚ ਫਸਣ ਨਾ ਗੱਭਰੂ ਵੱਲ ਵੇਲੇ, ਹਾਏ ਮਿੱਟੀ ਧਰਤ ਪੰਜਾਬ ਦੀ ਹੌਂਕੇ ਲੈ ਬੋਲੇ, ਮਿੱਟੀ ਧਰਤ ਪੰਜਾਬ ਦੀ ਹੌਂਕੇ ਲੈ ਬੋਲੇ, ਮਾਪੇ ਕਰੀ ਉਡੀਕ ਦੇ ਪੁੱਤ ਪਰਤ ਲਿਆਈ, ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ, ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ। ਇੱਕ ਕਾਵ ਟੁੱਟਾ ਕਿਰਤੀਆਂ ਕਾਮਿਆਂ ਲਈ ਜੀ। ਗਰੀਬਾਂ ਕਿਰਤੀ ਕਾਮਿਆਂ ਦੇ ਕਾਲੇ ਲੇਖ ਬਦਲ ਦਈ, ਨਿਚੜੇ ਖੂਨ ਪਸੀਨੇ ਨੂੰ ਅੱਗ ਵਿੱਚ ਬਦਲ ਦਈ। ਦੁਹਰਾ ਰਿਹਾ ਜੀ, ਗਰੀਬਾਂ ਕਿਰਤੀ ਕਾਮਿਆਂ ਦੇ ਕਾਲੇ ਲੇਖ ਬਦਲ ਦਈ, ਨਿਚੜੇ ਖੂਨ ਪਸੀਨੇ ਨੂੰ ਅੱਗ ਵਿੱਚ ਬਦਲ ਦਈ, ਹੱਕ ਆਪਣੇ ਖੋ ਲੈਣ ਦੀ ਭੁੱਖ ਲੈ ਕੇ ਆਈ, ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ। ਵਾਤਾਵਰਨ ਚਿੜੀਆਂ ਪਰਿੰਦਿਆਂ ਲਈ ਇੱਕ ਕਵਿਤਾ ਦਾ ਬੰਦ ਹੈ ਜੀ। ਚਿੜੀਆਂ ਪਾਵਣ ਆਲਣੇ ਘੁੱਗੀ ਘੂੰ ਘੂੰ ਗਾਵੇ, ਪੀਂਗਾਂ ਪਾਵਣ ਬੱਚੜੇ ਘਰ ਰੌਣਕ ਆਵੇ, ਚਿੜੀਆਂ ਪਾਵਣ ਆਲਣੇ ਘੁੱਗੀ ਘੂੰ ਘੂੰ ਗਾਵੇ, ਪੀਂਗਾਂ ਪਾਵਣ ਬੱਚੜੇ
ਕਰ ਰੌਣਕ ਆਵੇ ਹੋ ਧੁੱਪ ਚੱਖੜਾਂ ਵਿੱਚ ਝੂਮਦੇ ਰੁੱਖ ਲੈ ਕੇ ਆਈ ਨਵੇਂ ਸਾਲ ਦਿਆ ਸੂਰਜਾ ਵੀ ਸੁੱਖ ਲੈ ਕੇ ਆਈ ਹੜਤਾਲਾਂ ਜੰਗਾਂ ਯੁੱਧ ਨਾ ਕਰਨੇ ਪੈਣ ਸਭ ਨੂੰ ਆਪਣੇ ਹੱਕ ਮਿਲਣ ਹੈਲੋ ਜੀ ਜੀ ਡਾਕਟਰ ਸਾਹਿਬ ਬਹੁਤ ਬੋਲਣਾ ਨਾ ਪਵੇ ਸਰ ਜਾਏ ਪਿਆਰ ਮੁਹੱਬਤ ਨਾਲ ਹੀ ਹੱਕ ਝੋਲੀ ਭਰ ਜਾਏ ਬਿਨ ਹਥਿਆਰਾਂ ਜਿੱਤ ਲਈਏ ਬਿਨ ਹਥਿਆਰਾਂ ਜਿੱਤ ਲਈਏ ਹੋ ਚੁੱਪ ਲੈ ਕੇ ਆਈ ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ ਸੁੱਖਾਂ ਦੀ ਕਾਮਨਾ ਕਰਦੇ ਹਾਂ ਪਰ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਵੀ ਬਹੁਤ ਆ ਸੁੱਖ ਵੀ ਬਹੁਤ ਆ ਇੱਕ ਦੁੱਖਾਂ ਦੇ ਪਹਾੜ ਆਉਣ ਪਰ ਜਰਨ ਜੋਗੇ ਦੁੱਖ ਮਿਲ ਜਾਣ ਪਰ ਸਹਿਣ ਜੋਗੇ ਹੁਣ ਇੱਕ ਉਹ ਕਾਵ ਟੂਟਾ ਹੈ ਜੀ ਮੌਤ ਸੋਗ ਤੇ ਦੁੱਖ ਬੜੇ ਘਰ ਘਰ ਵਿੱਚ ਰੋਗੀ ਕਈ ਵਕਤੋਂ ਪਹਿਲਾਂ ਤੁਰ ਗਏ ਰੱਜ ਉਮਰ ਨਾ ਭੋਗੀ ਮੌਤ ਸੋਗ ਤੇ ਦੁੱਖ ਬੜੇ ਉਹ ਘਰ ਘਰ ਵਿੱਚ ਰੋਗੀ ਕਈ ਵਕਤੋਂ ਪਹਿਲਾਂ ਗੁਜ਼ਰ ਗਏ ਰੱਜ ਉਮਰ ਨਾ ਭੋਗੀ ਹਾਏ ਕੱਢ ਨਾ ਖਾਏ ਕਾਲ ਜਾ ਐਸਾ ਦੁੱਖ ਨਾ ਪਾਈ ਹਾਏ ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ ਬਹੁਤ ਖੂਬ ਜੀ ਕਾ ਬੰਦ ਹੈ ਜੀ ਕਿ ਚਾਰ ਚਾਰ ਚੁਫੇਰਾ ਖਿੜ ਜਾਏ ਫੁੱਲ ਕਲੀਆਂ ਮਹਿਕਣ ਕੱਚੇ ਘਰ ਭਾਵੇਂ ਮਹਿਲ ਹੋਣ ਉੱਥੇ ਖੁਸ਼ੀਆਂ ਟਹਿਕਣ ਸਰਬੱਤ ਦਾ ਭਲਾ ਮੰਗਦੇ ਹਾਂ ਕਿ ਚਾਰ ਚੁਪੇ ਚੁਫੇਰਾ ਖਿੜ ਜਾਏ ਫੁੱਲ ਕਲੀਆਂ ਮਹਿਕਣ ਕੱਚੇ ਘਰ ਭਾਵੇਂ ਮਹਿਲ ਹੋਣ ਉੱਥੇ ਖੁਸ਼ੀਆਂ ਟਹਿਕਣ ਜੀਆ ਜੰਤ ਸਭ ਘੁੱਗ ਵਸਣ ਰੁੱਤ ਲੈ ਕੇ ਆਈ ਨਵੇਂ ਸਾਲ ਦੇ ਅਸੂਰਜਾ ਵੇ ਸੁੱਖ ਲੈ ਕੇ ਆਈ ਇੱਕ ਢਕੁੰਜੀ ਜਿਹੜੇ ਬਾਬੇ ਆ ਥੋੜਾ ਜਿਹਾ ਉਧਰ ਨੂੰ ਵੀ ਗੱਲ ਕਹਿਣੀ ਚਾਹੁੰਦਾ ਬਚਣਾ ਪਾਉਣਾ ਤੋਂ ਬਾਬਾ ਸ਼ਬਦ ਬਹੁਤ ਸਤਿਕਾਰ ਵਾਲਾ ਔਰ ਬੜਾ ਵੱਡਾ ਨਵੇਂ ਸਾਲ ਦਿਆ ਸੂਰਜਾ ਕੰਨ ਘਰ ਗੱਲ ਸੁਣ ਲੈ ਬੜਾ ਗੌਰ ਕਰਨ ਵਾਲਾ ਹੈ ਉਸ ਸਾਂਝਾ ਜੀ ਕਿ ਨਵੇਂ ਸਾਲ ਦਿਆ ਸੂਰਜਾ ਵੇ ਕੰਨ ਘਰ ਗੱਲ ਸੁਣ ਲੈ ਨੇਤਾ ਬਾਬੇ ਕਈ ਢੋਂਗ ਚੀ ਪੌਣੀ ਚੋਂ ਪੁਣ ਲੈ ਨੇਤਾ ਬਾਬੇ ਕਈ ਢੋਂਗ ਚੀ ਪੌਣੀ ਚੋਂ ਪੁਣ ਲੈ ਝੂਠ ਫਰੇਬ ਨੂੰ ਸਾੜ ਦਈ ਸੱਚ ਨੂੰ ਚਮਕਾਈ ਨਵੇਂ ਸਾਲ ਦਿਆ ਸੂਰਜਾ ਵੇ ਸੁੱਖ ਲੈ ਕੇ ਆਈ ਆਖਰੀ ਤੋਂ ਪਹਿਲਾਂ ਸੰਜਾ ਜੀ ਕਿ ਗਿੱਦੜ ਫਿਰਨ ਦਹਾੜ ਦੇ ਚੋਰੀ ਕਤਲ ਤੇ ਡਾਕੇ ਗੌਰ ਕਰਨਾ ਜੀ ਗਿੱਦੜ ਫਿਰਨ ਦਹਾੜ ਦੇ ਚੋਰੀ ਕਤਲ ਤੇ ਡਾਕੇ ਹਾਏ ਸੇਮੀ ਫਿਜ਼ਾ ਪੰਜਾਬ ਦੀ ਕੋਈ ਹੋਣੀ ਚੱਕੇ
ਸਹਿਮੀ ਫਿਜ਼ਾ ਪੰਜਾਬ ਦੀ ਕੋਈ ਹੋਣੀ ਚਾਕੇ, ਗੁਰੂਆਂ ਦੀ ਪਾਵਨ ਧਰਤ ਨੂੰ ਤੱਤੀ ਵਾਹ ਨਾ ਲਾਈ। ਹਾਏ ਨਵੇਂ ਸਾਲ ਦੇ ਸੂਰਜਾ ਵੇ ਸੁਖ ਲੈ ਕੇ ਆਈ। ਆਖਰੀ ਹੈ ਜੀ, ਅਰਮਨ ਸਾਰੇ ਧੀਆਂ ਪੁੱਤ ਕਰੀ ਨੱਚਣ ਟੱਪਣ, ਵੀਰ ਬਹਾਦਰ ਬਣ ਕੇ ਜਿਉਣ, ਅਣਖਾਂ ਵੀ ਰੱਖਣ। ਇਹ ਕਾਬੰਦ ਧੰਨ ਧੰਨ ਦਸ਼ਮੇਸ਼ ਪਿਤਾ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਦੀ ਲਾਸਾਨੀ ਸ਼ਹਾਦਤ, ਔਰ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ। ਨਵੇਂ ਵਰੇ ਤੇ ਉਹਨਾਂ ਤੋਂ ਸੇਧ ਪ੍ਰਾਪਤ ਕਰਨੀ ਹੈ ਅਸੀਂ। ਇਹ ਕਾਬੰਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ। ਬੱਚਿਆਂ ਨੂੰ ਸੇਧ ਦੇਣੀ ਆਪਾਂ। ਅਰਮਨ ਸਾਰੇ ਧੀਆਂ ਪੁੱਤ ਕਰੀ ਨੱਚਣ ਟੱਪਣ, ਹੋ ਵੀਰ ਬਹਾਦਰ ਬਣ ਕੇ ਜਿਉਣ, ਅਣਖਾਂ ਵੀ ਰੱਖਣ। ਦਸ਼ਮੇਸ਼ ਪਿਤਾ ਦੇ ਲਾਲਾਂ ਦਾ, ਦਸ਼ਮੇਸ਼ ਪਿਤਾ ਦੇ ਲਾਲਾਂ ਦਾ ਇਤਿਹਾਸ ਸੁਣਾਈ। ਵੇ ਨਵੇਂ ਸਾਲ ਦੇ ਸੂਰਜਾ ਸੁਖ ਲੈ ਕੇ ਆਈ, ਦੁੱਖ ਦਲਿੱਦਰ ਸੁੱਖ ਜਾਣ ਧੁੱਪ ਲੈ ਕੇ ਆਈ। ਵੇ ਨਵੇਂ ਸਾਲ ਦੇ ਸੂਰਜਾ ਵੇ ਸੁਖ ਲੈ ਕੇ ਆਈ, ਨਵੇਂ ਸਾਲ ਦੇ ਸੂਰਜਾ ਵੇ ਸੁਖ ਲੈ ਕੇ ਆਈ। ਸਾਰਿਆਂ ਨੂੰ ਨਵਾਂ ਸਾਲ 2024 ਮੁਬਾਰਕਬਾਦ, ਸ਼ੁਭਕਾਮਨਾਵਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਪ੍ਰਿੰਸੀਪਲ ਡਾਕਟਰ ਅਰਮਨਪ੍ਰੀਤ ਜੀ ਤੋਂ ਆਪਾਂ ਸੁਣ ਰਹੇ ਸਾਂ ਉਹਨਾਂ ਦੇ ਵਿਚਾਰ, ਉਹਨਾਂ ਦੀ ਸ਼ਾਇਰੀ ਅਤੇ ਉਹਨਾਂ ਦੇ ਸੰਗੀਤ, ਜਿਹੜੇ ਸੁਰ ਦੇ ਵਿੱਚ ਜਦੋਂ ਆਪਾਂ ਗਾਉਂਦੇ ਹਾਂ ਜਾਂ ਸੁਣਦੇ ਹਾਂ, ਕਿਉਂਕਿ ਸੁਰ ਵਿੱਚ ਸੁਣਨਾ ਵੀ ਚੰਗੀ ਚੀਜ਼ ਹੈ ਅਤੇ ਸੁਰ 'ਚ ਗਾਉਣਾ ਤਾਂ ਚੰਗੀ ਚੀਜ਼ ਹੈ ਹੀ ਹੈ, ਔਰ ਇਹਦੇ ਨਾਲ ਕਮਾਲ ਧਮਾਲ ਧਮਾਲ ਹੁੰਦੀ ਹੈ ਅਤੇ ਸਿੱਧੀ ਗੱਲ ਦਿਲ ਤੋਂ ਦਿਲ ਤੱਕ ਪਹੁੰਚਦੀ ਹੈ। ਅਤੇ ਦੋਸਤੋ, ਆਪਣੇ ਨਾਲ ਦੋਸਤ ਜੁੜ ਰਹੇ ਨੇ, ਆਪਾਂ ਉਹਨਾਂ ਨਾਲ ਵੀ ਕਰਦੇ ਹਾਂ ਰਾਬਤਾ। ਬਾਈ ਦਵਿੰਦਰ ਸਿੰਘ ਜੱਸਲ ਸਾਹਿਬ ਹੋਰਾਂ ਦਾ ਜਿਹੜਾ ਫੋਨ ਆ ਰਿਹਾ ਸੀ ਅਤੇ ਹੋਰ ਵੀ ਕਾਲਸ ਆ ਰਹੀਆਂ ਨੇ ਲਗਾਤਾਰ, ਮਿਸ ਗਈਆਂ ਨੇ ਕਾਲਸ ਕਿਉਂਕਿ ਕਾਲ ਦੇ ਉੱਤੇ ਗੱਲ ਹੋ ਰਹੀ ਸੀ। ਤੋ ਦੋਸਤੋ, 31-12-23 ਤੋਂ 31-12-23 31-12-23 31 ਦਸੰਬਰ 2023 ਇਸ ਦਿਨ ਦੇ ਵਿੱਚ ਅਲਵਿਦਾ ਕਹਿਣਾ ਬਣਦਾ ਹੈ। ਲੇਕਿਨ ਇੱਕ ਬੜੀ ਕਮਾਲ ਧਮਾਲ ਦੀ ਗੱਲ ਹੈ, ਪਰ ਸ਼ੁਕਰੀਆ ਜਿਹੜਾ ਸ਼ੁਕਰਾਨਾ ਸ਼ਬਦ ਹੈ ਇਹ ਬੜਾ ਜ਼ਬਰਦਸਤ ਹੈ, ਔਰ ਸ਼ੁਕਰੀਆ ਕਹਿਣਾ ਚਾਹੁੰਦੇ ਹਾਂ ਅਸੀਂ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੇ ਇਸ ਸਾਲ ਪੂਰਾ ਡਟ ਕੇ ਦੁਆਬਾ ਰੇਡੀਓ ਨੂੰ ਸਪੋਰਟ ਕੀਤਾ। ਬਾਈ ਸਿਕੰਦਰ ਸਿੰਘ ਔਜਲਾ ਜੀ ਔਰ ਉਹਨਾਂ ਦੇ ਨਾਲ ਮਹੇਸ਼ ਸਵਾਨ ਸਾਹਿਬ ਅਤੇ ਜਗਦੇਵ ਸਿੰਘ ਸੰਧੂ ਜੀ, ਨਾਹਰ ਸਿੰਘ ਸੋਹੀ ਸਾਹਿਬ ਅਤੇ ਸੁਮੀਤ ਜੌਹਲ ਜੀ, ਹਰਵਿੰਦਰ ਕੌਰ ਜੌਹਲ ਜੀ, ਅਸੀਂ ਮੈਂ ਕਹਿੰਦਾ ਜੀ ਜ਼ੋਰਦਾਰ ਤਾੜੀਆਂ ਇਹਨਾਂ ਦੀ ਤਾਂ ਬਣਦੀਆਂ ਨੇ ਬਾਬਿਓ, ਕਿਆ ਸਲੂਟ ਸਲੂਟ ਜੀ। ਅਤੇ ਪੰਜਾਬੀ ਬੋਲੀ, ਪੰਜਾਬੀ ਜ਼ੁਬਾਨ ਨੂੰ, ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਉਹ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਹੇ ਨੇ, ਅਤੇ ਉਹ ਇੰਝ ਹੀ ਜਿਹੜੀ ਆ ਜਿਹੜੀ ਚੜ੍ਹਾਈ ਉਹ ਹੁੰਦੀ ਰਹੇ, ਚੜ੍ਹਦੀ ਕਲਾ ਹੁੰਦੀ ਰਹੇ। ਅਤੇ ਬਹੁਤ ਬਹੁਤ ਸ਼ੁਕਰੀਆ ਜੀ ਦਿਲ ਦੀਆਂ ਗਹਿਰਾਈਆਂ ਤੋਂ। ਸੋ ਦੋਸਤੋ, ਕਿਉਂਕਿ ਵੀਡੀਓ ਕਾਲਸ ਅਸੀਂ ਨਹੀਂ ਲੈ ਪਾ ਰਹੇ, ਤਾਂ ਵੀਡੀਓ ਕਾਲਸ ਵੀ ਆ ਰਹੇ ਨੇ ਦੋਸਤਾਂ ਦੀਆਂ ਨਾਰੋਵਾਲ ਤੋਂ,
ਤੋ ਆਡੀਓ ਹੀ ਕਿਉਂਕਿ ਚੱਲ ਰਿਹਾ ਦੋਸਤੋ, ਆਉਣ ਵਾਲੇ ਸਮੇਂ 'ਚ ਆਪਾਂ ਵੀਡੀਓ ਕਾਲ ਵੀ ਲਵਾਂਗੇ, ਕਿਉਂਕਿ ਨਵਾਂ ਸਾਲ ਹੈ ਬਾਈ, ਨਵੇਂ ਤਰੀਕੇ ਰੱਖਣੇ ਪੈਣਗੇ ਸਾਨੂੰ। ਤੋ 950-111-3641 ਇਸ ਨੰਬਰ ਦੇ ਉੱਤੇ ਡਾਇਲ ਕਰਕੇ ਤੁਸੀਂ ਸ਼ਾਮਿਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਪ੍ਰੋਗਰਾਮ ਲਾਈਵ ਜਿਹੜਾ ਚੱਲ ਰਿਹਾ ਹੈ। ਸੋ ਦੋਸਤੋ, ਪਿਛਲੇ ਸਾਲ ਦੌਰਾਨ ਯਾਨੀ ਕਿ 2023 ਦੇ ਵਿੱਚ ਦੁਆਬਾ ਰੇਡੀਓ ਦੇ ਮੰਚ ਤੋਂ ਬਹੁਤ ਸਾਰੀਆਂ ਜਿਹੜੀਆਂ ਨੇ ਨਵੀਆਂ ਪਿਰਤਾਂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਉਹਨਾਂ 'ਚ ਅਸੀਂ ਬਹੁਤੇ ਕਾਮਯਾਬ ਹੋਏ ਜਾਂ ਨਹੀਂ ਹੋਏ, ਲੇਕਿਨ ਅਸੀਂ ਕੋਸ਼ਿਸ਼ ਕੀਤੀ। ਜਿਵੇਂ ਸ਼ਾਇਰੀ ਦਾ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਗਿਆ ਔਰ ਉਸ ਪ੍ਰੋਗਰਾਮ ਦੇ ਵਿੱਚ ਸ਼ਾਇਰੀ ਦੀ ਗੱਲ ਆਪਾਂ ਕਰਦੇ ਰਹੇ ਹਾਂ, ਤੋ IPS ਔਫਿਸਰ ਸਾਡੇ ਨਾਲ ਜੁੜੇ ਹੋਏ ਸਨ। ਬਹਰਹਾਲ ਚਰਚਾ ਆਪਾਂ ਕਰਾਂਗੇ, ਦੁਆਬਾ ਰੇਡੀਓ ਦਾ ਰਿਵਿਊ ਵੀ ਕਰਾਂਗੇ ਇਸ ਸਾਲ ਦਾ। ਤੋ ਮੈਨੂੰ ਲੱਗਦਾ ਹੈ ਕਿ ਜੇ ਰਿਵਿਊ ਦੋਸਤੋ ਤੁਹਾਡੇ ਵੱਲੋਂ ਹੋਵੇ ਤਾਂ ਹੋਰ ਜ਼ਿਆਦਾ ਬਿਹਤਰ ਹੋਏਗਾ, ਨਹੀਂ ਤਾਂ ਆਪਣੇ ਮੂੰਹ ਮੀਆਂ ਮਿੱਟੂ ਤਾਂ ਅਸੀਂ ਬਣੀ ਜਾਣਾ। ਤੋ ਕੈਪਟਨ ਦਵਿੰਦਰ ਜੱਸਲ ਜੀ ਸਾਡੇ ਨਾਲ ਦੋਸਤੋ ਜੁੜੇ ਹੋਏ ਨੇ ਅਤੇ ਆਪਾਂ ਕਰਦੇ ਹਾਂ ਸਵਾਗਤ ਜੀ ਆਇਆਂ ਨੂੰ। ਜੱਸਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਖੁਸ਼ ਆਮਦੀਦ ਬਾਬਿਓ। ਬਹੁਤ ਬਹੁਤ ਸ਼ੁਕਰੀਆ ਸ਼ਮੀ ਭਾਅ ਜੀ, ਬਹੁਤ ਬਹੁਤ ਤੁਹਾਡਾ ਵੀ ਅਤੇ ਸਾਰੇ ਸਰੋਤਿਆਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਕਾਫੀ ਟਾਈਮ ਬਾਅਦ ਮੌਕਾ ਮਿਲਿਆ ਤੁਹਾਡੇ ਨਾਲ ਜੁੜਨ ਦਾ। ਜੀ ਬਿਲਕੁਲ ਜੀ ਬਿਲਕੁਲ, ਹਾਂ ਰਿਟਾਇਰਮੈਂਟ ਤੋਂ ਬਾਅਦ ਅੱਜ ਪਹਿਲੀ ਵਾਰ ਮੈਂ ਤੁਹਾਡੇ ਰੂਬਰੂ ਹੋ ਰਿਹਾ। ਕਿਆ ਪਤਾ ਜੀ, ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਸਭ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਸਭ ਹੱਸਦੇ ਵਸਦੇ ਖੁਸ਼ੀਆਂ ਮਾਣਦੇ ਆਪਣੀ ਜ਼ਿੰਦਗੀ ਦੇ ਪੈਂਡੇ ਨੂੰ ਸਫਲ ਕਰਦੇ ਰਹਿਣ। ਕਿਆ ਬਾਤ ਹੈ ਜੀ, ਬਿਲਕੁਲ ਬਿਲਕੁਲ ਜੀ, ਚੜ੍ਹਦੀ ਕਲਾ ਜੀ, ਸ਼ੁਕਰੀਆ। ਬਿਲਕੁਲ ਜੀ, ਤੇ ਅੱਜ ਇੱਕ ਨਵੇਂ ਸਾਲ ਦੇ ਉਪਲਕਸ਼ ਦੇ ਵਿੱਚ ਮੈਂ ਨਵਾਂ ਸਾਲ ਮੁਬਾਰਕ ਨਦੀਆਂ ਨਾਲੇ ਪਰਬਤਾਂ ਸਾਗਰਾਂ ਤੇ ਰੁੱਖਾਂ ਨੂੰ, ਨਵਾਂ ਸਾਲ ਮੁਬਾਰਕ ਬੈਦ ਹਕੀਮ ਡਾਕਟਰ ਜੋ ਮੁਕਾਉਂਦੇ ਦੁੱਖਾਂ ਨੂੰ। ਵਾਹ ਜੀ ਵਾਹ, ਕਿਆ ਬਾਤ ਹੈ। ਨਵਾਂ ਸਾਲ ਮੁਬਾਰਕ ਕਾਮਿਆਂ ਕਿਰਤੀਆਂ ਪੱਠੇ ਦੇ ਮਜ਼ਦੂਰਾਂ ਨੂੰ ਜੀ, ਨਵਾਂ ਸਾਲ ਮੁਬਾਰਕ ਧੀਆਂ ਭੈਣਾਂ ਕੁੜੀਆਂ ਚਿੜੀਆਂ ਹੂਰਾਂ ਨੂੰ। ਕਿਆ ਬਤਾ ਕਿਆ ਬਤਾ, ਨਵਾਂ ਸਾਲ ਮੁਬਾਰਕ ਯਾਰਾਂ ਬੇਲੀਆਂ ਟੀਚਰਾਂ ਤੇ ਕਾਰੀਗਰਾਂ ਨੂੰ ਜੀ, ਨਵਾਂ ਸਾਲ ਮੁਬਾਰਕ ਜੱਜ ਵਕੀਲ ਚਪੜਾਸੀ ਤੇ ਵਸਦੇ ਘਰਾਂ ਨੂੰ। ਕਿਆ ਬਤਾ ਜੀ, ਤੇ ਬਸ ਇਹਦੇ ਨਾਲ ਹੀ ਉਮੀਦ ਕਰਦੇ ਹਾਂ ਜੀ ਪਰਮਾਤਮਾ ਸਭ ਨੂੰ ਆਉਣ ਵਾਲਾ ਸਾਲ ਜਿਹੜਾ ਆ ਖੁਸ਼ੀਆਂ ਭਰਿਆ ਲਿਆਵੇ, ਸਭ ਹੱਸਦੇ ਵਸਦੇ ਰਹਿਣ ਜੀ, ਤੇ ਸਭ ਨੂੰ ਰਿਜ਼ਕ ਬਖਸ਼ੇ, ਸਭ ਨੂੰ ਨਾਮਦਾਨ ਦੀ ਦਾਤ ਬਖਸ਼ੇ ਜੀ, ਤੇ ਇਹੀ ਉਮੀਦ ਕਰਦੇ ਹਾਂ। ਬਿਲਕੁਲ ਜੀ ਬਿਲਕੁਲ, ਬਹੁਤ ਹੀ ਖੂਬਸੂਰਤ ਕਲਾਮ ਤੇ ਦੁਆਵਾਂ, ਕਿਆ ਬਤਾ ਕਿਆ ਬਤਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਅੱਜ ਬਹੁਤ ਟਾਈਮ ਬਾਅਦ ਮੈਂ ਕਮ ਸੇ ਕਮ 2 ਸਾਲ ਬਾਅਦ ਤੁਹਾਡੇ ਨਾਲ ਜੁੜਿਆ ਦੁਆਰਾ, ਅਸੀਂ ਤੇ ਆਵਾਜ਼ ਸੁਣਨ ਨੂੰ ਤਰਸ ਗਏ ਸਾਂ ਕਿ ਜੱਸਲ ਸਾਹਿਬ ਮਤਲਬ ਉਹ ਕਹਿੰਦੇ ਸੀ ਰਿਟਾਇਰ ਹੋ ਕੇ ਫਿਰ ਗੱਲਬਾਤ ਖੁੱਲੀ ਹੋਇਆ ਕਰੇਗੀ, ਤੇ ਚਲੋ ਫਿਰ ਵੀ ਰੱਬ ਦਾ ਸ਼ੁਕਰ ਹੈ ਇਸੇ ਸਾਲ ਹੀ ਹੋ ਗਈ, ਨਹੀਂ ਤੇ ਅਗਲੇ ਸਾਲ ਹੋਣੀ ਸੀ। ਬਿਲਕੁਲ ਬਿਲਕੁਲ, ਤੇ ਕੋਈ ਗੱਲ ਨੀ ਜੀ, ਅਗਲੇ ਸਾਲ ਤੋਂ ਆਪਾਂ ਤੁਹਾਡੇ ਨਾਲ ਜੁੜੇ ਰਹਾਂਗੇ। ਕੁਛ ਮੇਰਾ ਟਾਈਮ ਹੀ ਇਸ ਤਰ੍ਹਾਂ ਦਾ ਲੱਗ ਗਿਆ ਜੀ, ਕਿਉਂਕਿ ਕਬੀਲਦਾਰੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ। ਬਿਲਕੁਲ ਬਿਲਕੁਲ, ਤੇ ਰਿਟਾਇਰਮੈਂਟ ਤੋਂ ਬਾਅਦ ਮੈਂ ਲੜਕੇ ਦੀ ਸ਼ਾਦੀ ਕੀਤੀ, ਲੜਕੇ ਤੋਂ ਬਾਅਦ ਫਿਰ ਦੂਸਰਾ ਲੜਕਾ ਫੋਰਨ ਦੀ ਤਿਆਰੀ, ਉਹਦੀ ਉਹਨੂੰ ਭੇਜਿਆ ਬਾਹਰ, ਤੇ ਉਸ ਤੋਂ ਬਾਅਦ ਲੜਕੀ ਹੁਣ 12-13 ਤਰੀਕ ਨੂੰ ਕੈਨੇਡਾ ਦੀ ਧਰਤੀ ਤੇ ਪਹੁੰਚ ਚੁੱਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਮੁਬਾਰਕਾਂ ਜੀ, ਬਹੁਤ ਬਹੁਤ ਉਹਦੇ ਵਿੱਚ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਮਸਰੂਫ ਰਹੇ ਹੋ ਉਹਦੇ ਵਿੱਚ ਹੀ।
ਜੀ, ਬਿਲਕੁਲ ਜੀ, ਬਿਲਕੁਲ। ਇਸ ਕਰਕੇ ਥੋੜਾ ਜਿਹਾ ਟਾਈਮ ਕੰਜਸਟਡ ਸੀ, ਨਹੀਂ ਲੱਗ ਸਕਿਆ, ਤੇ ਹੁਣ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਸ਼ੁਕਰੀਆ ਜੀ, ਮੋਸਟ ਵੈਲਕਮ ਜਨਾਬ, ਇੰਤਜ਼ਾਰ ਰਹੇਗਾ ਸਾਨੂੰ ਜੀ। ਬਹੁਤ ਬਿਲਕੁਲ ਬਹੁਤ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਮੁਹੱਬਤ ਸ਼ੁਕਰੀਆ ਜੀ, ਬਹੁਤ ਤੇ ਜ਼ਿੰਦਗੀ ਜਿੰਦਾਬਾਦ ਜੀ। ਓਕੇ। ਸੋ ਦੋਸਤੋ, ਕੈਪਟਨ ਦਵਿੰਦਰ ਜੱਸਲ ਜੀ ਹੋਰਾਂ ਨਾਲ ਰਾਬਤਾ ਸਾਡਾ ਹੋ ਰਿਹਾ ਸੀ। ਉਹਨਾਂ ਨੇ ਰਚਨਾ ਨਵੇਂ ਸਾਲ ਦੀ ਮੁਬਾਰਕ ਬੜੀ ਖੂਬਸੂਰਤ ਅੰਦਾਜ਼ ਦੇ ਵਿੱਚ ਉਹਨਾਂ ਨੇ ਪੇਸ਼ ਕੀਤੀ ਹੈ, ਕਿਆ ਬਤਾਂ। ਔਰ ਹੁਣ ਸਾਡੀਆਂ ਤਾਰਾਂ ਦਿਲ ਦੀਆਂ ਜੁੜ ਚੁੱਕੀਆਂ ਨੇ ਜਾ ਕੇ ਦਾਨਿਸ਼ ਜੀ ਦੇ ਨਾਲ। ਤੋ ਜਨਾਬ ਜੀ, ਆਇਆਂ ਨੂੰ ਜੀ ਖੁਸ਼ ਆਮਦੀਦ ਬਾਬੇ ਹੋ। ਬਿਲਕੁਲ ਬਿਲਕੁਲ ਜੀ, ਐਨ ਚੜ੍ਹਦੀ ਕਲਾ ਹੈ ਜੀ। ਤੁਸੀਂ ਸੁਣਾਓ, ਕਿਵੇਂ ਚੱਲ ਰਿਹਾ ਹੈ? ਅਸੀਂ ਵੀ ਠੀਕ ਠਾਕ ਆ। ਕੱਲ ਅਸੀਂ ਤੁਹਾਨੂੰ ਬੜਾ ਯਾਦ ਕਰਦੇ ਰਹੇ, ਕੱਲ ਪ੍ਰੋਗਰਾਮ ਪਤਾ ਨੀ ਤੁਸੀਂ ਸ਼ਾਇਦ ਨਹੀਂ ਕੀਤਾ। ਜੀ ਜੀ, ਲੱਭਦੇ ਰਹੇ ਅਸੀਂ, ਮਾਫੀ ਚਾਹੁੰਦੇ ਹਾਂ ਜੀ। ਕੱਲ ਅਸਲ ਵਿੱਚ ਥੋੜਾ ਮੌਸਮ ਠੀਕ ਨਹੀਂ ਸੀ, ਇਸ ਕਰਕੇ ਪ੍ਰੋਗਰਾਮ ਜਿਹੜਾ ਲਾਈਵ ਨਹੀਂ ਹੋ ਪਾਇਆ। ਮੈਂ ਟਰੈਵਲ ਕਰ ਰਿਹਾ ਸੀ, ਤੋ ਬਸ ਉਹਦੇ ਕਰਕੇ ਥੋੜਾ ਜਿਹਾ ਮਾਮਲਾ ਵਿਗੜ ਗਿਆ। ਲੇਕਿਨ ਇੱਕ ਗੱਲ ਹੈਗੀ ਹੈ ਜੀ ਖਾਸ, ਕਿ ਕੱਲ ਨੂੰ ਜਿਹੜਾ 1 ਤਰੀਕ ਹੈ, ਕਿਉਂਕਿ ਅਗਲੇ ਸਾਲ, ਮੈਂ ਪਹਿਲਾਂ ਕਹਿਣ ਲੱਗਾ ਸੀ ਅਗਲੇ ਸਾਲ, ਵੈਸੇ ਅਗਲਾ ਸਾਲ ਹੀ ਕੱਲ, ਅਤੇ ਵਿਸ਼ੇਸ਼ ਪ੍ਰੋਗਰਾਮ ਅਸੀਂ ਨਵੇਂ ਸਾਲ ਦੇ ਸਵਾਗਤ ਲਈ ਵੀ ਕਰ ਰਹੇ ਹਾਂ। ਇਸੇ ਸਮੇਂ ਹੀ ਉਹ ਵਿਸ਼ੇਸ਼ ਪ੍ਰੋਗਰਾਮ ਹੋਏਗਾ, 8 ਵਜੇ ਤੋਂ ਲੈ ਕੇ 10 ਵਜੇ ਭਾਰਤੀ ਸਮੇਂ ਮੁਤਾਬਕ। ਬਿਲਕੁਲ ਜੀ, ਉਹਦੇ ਵਿੱਚ ਵੀ ਸਾਨੂੰ ਉਡੀਕ ਰਹੇਗੀ। ਬਿਲਕੁਲ ਜੀ, ਜ਼ਰੂਰ ਹੈ। ਕੱਲ ਹੋਏਗਾ ਜੀ? ਹਾਂਜੀ, ਕੱਲ ਹੋ ਰਿਹਾ ਜੀ ਸਪੈਸ਼ਲ। ਜੀ ਠੀਕ ਹੋ ਗਿਆ ਜੀ, ਜਨਾਬ ਹਾਜ਼ਰੀ ਲਵਾਵਾਂਗੇ, ਰਲਤ ਕਰਾਂਗੇ, ਤੁਹਾਡੀਆਂ ਮੁਹੱਬਤ ਭਰੀਆਂ ਗੱਲਾਂ ਸੁਣਾਂਗੇ। ਇਹ ਜਿਹੜੇ ਤੁਹਾਡੇ ਖੂਬਸੂਰਤ ਜੁਮਲੇ ਲਫ਼ਜ਼ ਨੇ, ਇਹ ਵੇਖੋ ਕਿੱਥੋਂ ਤੱਕ ਲੋਕਾਂ ਨੂੰ ਅਪਣਾਈਅਤ ਦੇ ਰਹੇ ਨੇ, ਬੜੀ ਗੱਲ ਹੈ ਜੀ। ਵਾਹ ਜੀ ਵਾਹ, ਵਾਹ ਜੀ ਵਾਹ ਜੀ। ਔਰ ਨਵੇਂ ਸਾਲ ਦੇ ਹਵਾਲੇ ਨਾਲ ਗੱਲ ਹੋ ਰਹੀ ਹੈ, ਨਵਾਂ ਸਾਲ ਅੱਲਾ ਕਰੇ ਸੋਹਣਾ ਤੇ ਸੁੱਖਾ ਵਾਲਾ ਆਵੇ, ਤੇ ਜਿਹੜੇ ਦੁਖੀ ਨੇ ਉਹਨਾਂ ਦੇ ਸਾਰੇ ਦੁੱਖ ਅੱਲਾ ਦੀ ਜ਼ਾਤ ਰੱਬ ਮਿਟਾ ਦੇਵੇ, ਤੇ ਉਹਨਾਂ ਨੂੰ ਵੀ ਖੁਸ਼ੀਆਂ ਦੇ ਵਿੱਚ ਸ਼ਾਮਿਲ ਕਰ ਦੇਣ, ਸਾਡੀਆਂ ਦੁਆਵਾਂ ਨੇ ਸਭ ਦੀਆਂ। ਕਿਆ ਬਾਤਾਂ ਜੀ, ਬਿਲਕੁਲ ਜੀ ਬਿਲਕੁਲ, ਬਹੁਤ ਖੂਬ, ਬਹੁਤ ਖੂਬ ਜੀ ਜੀ। ਤੇ ਦੁੱਖਾਂ ਦੀਆਂ ਗੱਲਾਂ ਦੇ ਨਾਲ ਇੱਕ ਸ਼ੇਰ ਹੈ ਕਿ ਪੰਜਾਬੀ ਦਾ ਜੀ, ਦਿਲ ਬਰ ਹੋਵੇ ਤਾਂ ਦੁੱਖ ਸੁਣਾਏ, ਤੇ ਦੁਨੀਆਦਾਰ ਕੀ ਜਾਣੇ ਸਭ ਤੋਂ ਡਾਡਾ ਮਰਜ਼ ਇਸ਼ਕ ਦਾ, ਆਖਣ ਲੋਕ ਸਿਆਣੇ ਵਾਜਿਬਾ, ਤੇ ਜਿਨ੍ਹਾਂ ਦੇ ਸਿਰ ਤੇ ਮੁਰਸ਼ਿਦ ਹੁੰਦੇ ਕਦੀ ਵੀ ਨਹੀਂ ਹਾਰਦੇ, ਲੱਖ ਵਾਰੀ ਭਾਵੇਂ ਲੋਕੀ ਮਾਰਨ, ਉਹ ਕਦੀ ਨਹੀਂ ਉਹ
हा और वाजिब सरदार जी अज खसूसी तौर ते जेड़ा कलाम है वो ए है के नवा साल है ते नवे साल दे हवाले नाल दिल दी गल है जी के दिल दे बुए खोल वे बीबा खोल वे बीबा दिल दे बुए खोल वे बीबा मैनू ना हुन रोल वे बीबा दिल दे बुए खोल वे बीबा खोल वे बीबा हुन मैं अंदर तेरे ही वसा हुन मैं अंदर तेरे ही वसा मन विच मैनू टोल वे बीबा दिल दे बुए खोल वे बीबा खोल वे बीबा और शेर देख रहा सरदार जी जी कि मैथों किधरे वख ना होवी मैथों किधरे वख ना होवी दिल दे दुखड़े खोल वे बीबा दिल दे दुए खोल वे बीबा खोल वे बीबा मैनू ना हुन रोल वे बीबा दिल दे दुए खोल वे बीबा मन विच चाहती पाके वेखी मन विच चाहती पाके वेखी मैं तेरे कोल वे बीबा खोल वे बीबा खोल वे बीबा मैनू ना हुन रोल वे बीबा दिल दे बुए खोल वे बीबा और शेर देखना सरदार जी गौर करना जी 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 अच्छा जी
ਮੈਂ ਆ ਹੁਣ ਤੇ ਨਾ ਮੈਂ ਆ ਤੇਰੀ ਹੁਣ ਤੇ ਨਾ ਮੈਨੂੰ ਆਟੀ ਦੇ ਮੁੱਲ ਤੋਲ ਵੇ ਬੀਬਾ ਦਿਲ ਦੇ ਬੂਏ ਖੋਲ ਵੇ ਬੀਬਾ ਖੋਲ ਵੇ ਬੀਬਾ ਮੈਂ ਆ ਤੇਰੀ ਦੇ ਵਿੱਚ ਦਾਨਿਸ਼ ਦੀ ਤੂੰ ਜਿੰਦੜੀ ਦੇ ਵਿੱਚ ਜ਼ਹਿਰ ਨਾ ਐਵੇਂ ਕੋਲ ਵੇ ਬੀਬਾ ਦਿਲ ਦੇ ਕੋਲ ਬੀਬਾ ਕੋਲ ਬੀਬਾ ਮੈਨੂੰ ਰੋਲ ਬੀਬਾ ਦਿਲ ਦੇ ਬੂਏ ਕੋਲ ਬੀਬਾ ਕਿਆ ਬਤਾ ਕਿਆ ਬਤਾ ਬਹੁਤ ਹੀ ਖੂਬ ਦਾਨਿਸ਼ ਸਾਹਿਬ ਕਿਆ ਬਤਾ ਜੀ ਕਿਆ ਬਤਾ ਮੇਰੇ ਕੋਲ ਤੇ ਅਲਫਾਜ਼ ਨੇ ਕਿਹੜੇ ਅਲਫਾਜ਼ਾਂ ਦੇ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ ਜਾਏ ਤੇ ਕਮਾਲਾਂ ਧਮਾਲਾਂ ਹੋ ਗਈਆਂ ਜੀ ਵੇਖੋ ਜੀ ਕਮਾਲਾਂ ਵਾਲਿਆਂ ਨਾਲ ਰਲ ਕੇ ਕਮਾਲਾਂ ਹੁੰਦੀਆਂ ਨੇ ਨਾ ਕਮਾਲ ਇਕੱਲਾ ਕੁਛ ਵੀ ਨਹੀਂ ਹੁੰਦਾ ਇਹ ਤੁਹਾਡੇ ਨਾਲ ਤੁਹਾਡੀ ਵਜ੍ਹਾ ਨਾਲ ਕਮਾਲ ਹੋ ਰਿਹਾ ਦੁਆਬਾ ਰੇਡੀਓ ਦੇ ਵਿੱਚ ਬਹਿ ਕੇ ਤੇ ਜਨਾਬ ਤੁਸੀਂ ਜਿਹੜੀਆਂ ਖੁਸ਼ਬੂਆਂ ਵੰਡ ਰਹੇ ਹੋ ਪੂਰੀ ਦੁਨੀਆਂ ਤੇ ਵੇਖੋ ਸਾਡੇ ਦਿਲਾਂ ਚ ਵੀ ਆਈਆਂ ਤੇ ਸਾਡਾ ਵੀ ਮਨ ਕੀਤਾ ਕਿ ਜ਼ਰੂਰ ਅਸੀਂ ਵੀ ਹਿੱਸਾ ਪਾਈਏ ਕਿਆ ਬਤਾ ਜੀ ਕਿਆ ਬਤਾ ਇਹ ਤੇ ਕਹਿ ਲਓ ਜੀ ਮੁਹੱਬਤ ਦੇ ਜਿਹੜੇ ਪੁਲ ਉਹ ਸਾਰੇ ਜਾ ਰਹੇ ਨੇ ਇੱਕ ਕਮਾਲ ਨੇ ਵਾਹ 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 ਜੀ ਮੁਹੱਬਤ ਜ਼ਿੰਦਾਬਾਦ ਜੀ ਦਾਨਿਸ਼ ਸਾਹਿਬ ਤੇ ਇਹ ਨਵੇਂ ਸਾਲ ਦੇ ਵਿੱਚ ਵੀ ਸਾਡੀ ਜਿਹੜੀ ਮੁਲਾਕਾਤ ਇੰਝ ਹੀ ਹੁੰਦੀ ਰਹੇਗੀ ਐਸੀ ਅਸੀਂ ਦੁਆ ਕਰਦੇ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ਇਸੇ ਵਾਸਤੇ ਕਿਹਾ ਨਾ ਕਿ ਦਿਲ ਦੇ ਬੂਹੇ ਖੁੱਲੇ ਹੋਣੇ ਚਾਹੀਦੇ ਨੇ ਤਾਂ ਕਿ ਕੋਈ ਆਉਂਦਾ ਜਾਂਦਾ ਰਹੇ ਹਾਂਜੀ ਅੱਜ ਕੱਲ੍ਹ ਇੱਕ ਨਵਾਂ ਫੈਸ਼ਨ ਮੈਂ ਵੇਖਿਆ ਹੈ ਬਿਲਡਿੰਗਾਂ ਬਣਾਉਣ ਦੇ ਵਿੱਚ ਜਿਹੜੇ ਘਰ ਬਣਾ ਰਹੇ ਨੇ ਮਾਡਰਨ ਨੂੰ ਕਹਿੰਦੇ ਉਹਨੂੰ ਘਰ ਨੂੰ ਆਪਣੇ ਨੂੰ ਤੇ ਉਹ ਪੂਰਾ ਟਫਨ ਦਾ ਸ਼ੀਸ਼ਾ ਹੀ ਲਵਾ ਦਿੰਦੇ ਖਿੜਕੀ ਦੇ ਖੁੱਲਣ ਵਾਲੇ ਪੱਲੇ ਲਾਏ ਨਹੀਂ ਉਹਨਾਂ ਨੇ ਪੱਕੀ ਵਿੱਚ ਸ਼ੀਸ਼ਾ ਹੀ ਜੜ ਦਿੰਦੇ ਆ ਕਹਿੰਦੇ ਐ ਲਓ ਚੱਕ ਲਓ ਨਾ ਹਵਾ ਆਏ ਨਾ ਜਾਏ ਇਹੋ ਤੇ ਗੱਲ ਤਾਂ ਹੀ ਤੇ ਫਿਰ ਉਹ ਦਿਲ ਵੀ ਤਾਜ਼ਾ ਨਹੀਂ ਨਾ ਹੁੰਦਾ ਤਾਜ਼ਾ ਉਦੋਂ ਹੀ ਹੁੰਦਾ ਜਦੋਂ ਹਵਾ ਖਰਾਬ ਹੋਏ ਜੀ ਇਹ ਰੂਹਾਂ ਦੀ ਮਨਾਂ ਦੀ ਦਿਲਾਂ ਦੀ ਇਹ ਜਦੋਂ ਗੱਲਬਾਤ ਜ਼ੁਬਾਨ ਰਾਹੀਂ ਨਿਕਲਦੀ ਹੈ ਤੇ ਅੰਦਰ ਦੀ ਜਿਹੜੀ ਹਵਾ ਹੈ ਤੁਹਾਡੇ ਤੱਕ ਪਹੁੰਚਦੇ ਹੁਣ ਲਹਿਰਾਂ ਹੀ ਨੇ ਨਾ ਜਿਹੜੀਆਂ ਸਾਡੇ ਤੱਕ ਆ ਰਹੀਆਂ ਤੇ ਤੁਹਾਡੇ ਤੱਕ ਜਾ ਰਹੀਆਂ ਤੇ ਲਹਿਰਾਂ ਬੜੀਆਂ ਹੁਈਅਤ ਰੱਖਦੀਆਂ ਨੇ ਇਹੋ ਹੀ ਫਿਰ ਕਹਿੰਦੇ ਕਿ ਲਹਿਰ ਬਹਿਰ ਹੋ ਗਈ ਹੈ ਸਰਦਾਰ ਜੀ ਇੰਨੀਆਂ ਲਹਿਰਾਂ ਬਹਿਰਾਂ ਹੋ ਗਈਆਂ ਵੀ ਨਾਰੋਵਾਲ ਵਿੱਚ ਇੰਨੀਆਂ
ਮੁਹੱਬਤ ਭਰੀਆਂ ਠੰਡੀਆਂ ਹਵਾਵਾਂ ਆਈਆਂ ਨੇ, ਇੱਥੇ ਵੀ ਲਹਿਰਾਂ ਬਹਿਰਾਂ ਹੋ ਗਈਆਂ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਤੇ ਇਹ ਬਸ ਇਹ ਇਸ ਤਰ੍ਹਾਂ ਹੀ ਜਿਹੜੀ ਮੁਹੱਬਤ ਜਿਹੜੀ ਆ ਬਣੀ ਰਹੇ, ਇਹੋ ਆਪਾਂ ਦੁਆ ਕਰਦੇ ਹਾਂ। ਇਹ ਬੀਤੇ ਵਰ੍ਹੇ 'ਚ ਬਣੀ ਮੁਹੱਬਤ ਅਤੇ ਅਗਲੇ ਸਾਰੇ ਵਰ੍ਹਿਆਂ ਤੱਕ ਹਰ ਦਿਨ ਇਹ ਦਿਨ ਦੁੱਗਣੀ ਅਤੇ ਰਾਤ ਚੌਕਣੀ ਜਿਹੜੀ ਤਰੱਕੀ ਇਹ ਤਾਂ ਹੁੰਦੀ ਰਹੇ। ਅਤੇ ਸ਼ੁਕਰੀਆ ਜੀ, ਬਹੁਤ ਬਹੁਤ ਬਾਬਿਓ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਤੁਹਾਡੀਆਂ ਮੁਹੱਬਤਾਂ, ਤੁਹਾਡੀ ਮਿਹਰਬਾਨੀ, ਅੱਲਾਹ ਤੁਹਾਨੂੰ ਹਮੇਸ਼ਾ ਗੁਰੂ ਹਿਫਾਜ਼ਤ 'ਚ ਰੱਖਣ ਅਤੇ ਖੁਸ਼ ਵਸਦੇ ਰਹੋ, ਅਤੇ ਇਸੇ ਤਰ੍ਹਾਂ ਰੌਣਕਾਂ ਤੁਸੀਂ ਲਾਉਂਦੇ ਰਹੋ। ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਰੱਬ ਰਾਖਾ ਜੀ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਆਪਣੇ ਨਾਲ ਦਾਨਿਸ਼ ਸਾਹਿਬ ਨਰੋਵਾਲ ਤੋਂ ਸਾਂਝ ਪਾ ਰਹੇ ਸਨ, ਔਰ ਕਮਾਲ ਬਾਤ, ਕਮਾਲ ਧਮਾਲ ਕਰ ਦਿੱਤੀ ਹੈ। ਮੈਂ ਤਾਂ ਸਾਹ ਰੋਕ ਕੇ ਸੁਣ ਰਿਹਾ ਸਾਂ ਕਿ ਕੋਈ ਮਿਸ ਨਾ ਹੋ ਜਾਏ, ਕੋਈ ਅਲਫਾਜ਼ ਸਿਹਾਰੀ ਬਿਹਾਰੀ ਬਿੰਦੀ ਟਿੱਪੀ ਕੋਈ ਰਹਿ ਨਾ ਜਾਏ, ਔਰ ਹਰ ਲਫ਼ਜ਼ ਜਿਹੜਾ ਮੋਤੀਆਂ 'ਚ ਉਹਨਾਂ ਨੇ ਪਰੋਇਆ ਹੋਇਆ ਸੀ। ਕਮਾਲ ਧਮਾਲ, ਇੱਕ ਵਾਰੀ ਫਿਰ ਜ਼ੋਰਦਾਰ ਤਾੜੀਆਂ ਜਨਾਬ ਲਈ, ਮੁਹੱਬਤ ਜ਼ਿੰਦਾਬਾਦ। ਸੋ ਦੋਸਤੋ, ਅਲਵਿਦਾ ਕਰਦੇ ਕਰਦੇ ਆਪਾਂ ਇਸ ਮੁਕਾਮ 'ਤੇ ਪਹੁੰਚੇ ਹਾਂ, ਅਤੇ ਹੁਣ ਸਾਡੇ ਨਾਲ ਮਹਿਫਲ ਦੇ ਵਿੱਚ ਮੌਜੂਦ ਨੇ ਜਗਵੰਤ ਖੇੜਾ ਸਾਹਿਬ। ਅਮੈਰੀਕਾ ਆਪਾਂ ਸਿੱਧੇ ਪਹੁੰਚ ਗਏ ਹਾਂ, ਲੈਂਦੇ ਪੰਜਾਬ ਤੋਂ। ਤੋ ਸਵਾਗਤ ਕਰਦੇ ਹਾਂ ਜੀ ਖੇੜਾ ਸਾਹਿਬ, ਜੀਆਂ ਨੂੰ ਸਤਿ ਸ਼੍ਰੀ ਅਕਾਲ ਜੀ, ਖੁਸ਼ ਆਮਦੀਦ ਬਾਬਿਓ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀਵਨ ਮੇਂ ਖੁਸ਼ਹਾਲੀਆਂ ਲਾਏ ਆਨੇ ਵਾਲਾ ਸਾਲ। ਜੀ ਬਿਲਕੁਲ ਜੀ ਬਿਲਕੁਲ। ਅੱਛਾ ਬੁਰਾ ਸਿਖਾ ਗਿਆ ਹੋਗਾ ਜਾਣੇ ਵਾਲਾ ਸਾਲ। ਬਹੁਤ ਖੂਬ ਬਹੁਤ ਖੂਬ। ਜੀਵਨ ਮੇਂ ਖੁਸ਼ਹਾਲੀਆਂ ਲਾਏ ਆਨੇ ਵਾਲਾ ਸਾਲ। ਜੀ ਨਏ ਸਾਲ ਮੇਂ ਨਏ ਨਿਸ਼ਾਨੇ ਤੈ ਤੁਮ ਕਰਨਾ। ਨਏ ਸਾਲ ਮੇਂ ਨਏ ਨਿਸ਼ਾਨੇ ਤੈ ਤੁਮ ਕਰਨਾ, ਬਨੇ ਜੇ ਸਬਸੇ ਜ਼ਿਆਦਾ ਕਮਾਨੇ ਵਾਲਾ ਸਾਲ। ਕਿਆ ਬਤਾ, ਬਹੁਤ ਖੂਬ ਬਹੁਤ ਖੂਬ ਜੀ। ਅਭੀ ਤੱਕ ਜੋ ਨਹੀਂ ਮਿਲਾ ਮਿਲੇ ਸਭ ਕੋ। ਜੀ ਅਭੀ ਤੱਕ ਜੋ ਨਹੀਂ ਮਿਲਾ ਮਿਲੇ ਵੋ ਸਭ ਕੋ। ਜੀ ਬਣ ਜਾਏ ਖੁਸ਼ੀਆਂ ਮਨਾਨੇ ਵਾਲਾ ਸਾਲ। ਕਿਆ ਬਤਾ ਕਿਆ ਬਤਾ ਜੀ, ਬਣ ਜਾਏ ਖੁਸ਼ੀਆਂ ਮਨਾਨੇ। ਜੀਵਨ ਮੇਂ ਖੁਸ਼ਹਾਲੀਆਂ ਲਾਏ ਆਨੇ ਵਾਲਾ ਸਾਲ। ਜੀ ਕੋਈ ਭਟਕੇ ਨਾ ਰਾਸਤੇ ਸੇ ਬਹਿਕਾਵੇ ਮੇਂ ਆਕਰ। ਕੋਈ ਭਟਕੇ ਨਾ ਰਾਸਤੇ ਸੇ ਬਹਿਕਾਵੇ ਮੇਂ ਆਕਰ, ਜੀ ਬਨੇ ਕਿਸਮਤ ਕੀ ਰਾਹ ਰੁਸ਼ਨਾਨੇ ਵਾਲਾ ਸਾਲ। ਕਿਆ ਬਤਾ ਕਿਆ ਬਤਾ ਜੀ, ਖੂਬ ਹੈ ਜੀ ਜੀ ਭਾਜੀ। ਗਲਤ ਫਹਿਮੀ ਨਾ ਰਹੇ ਰਿਸ਼ਤੋਂ ਮੇਂ ਜਾਣੇ ਅਣਜਾਣੇ ਮੇਂ। ਜੀ ਗਲਤ ਫਹਿਮੀ ਨਾ ਰਹੇ ਰਿਸ਼ਤੋਂ ਮੇਂ ਜਾਣੇ ਅਣਜਾਣੇ ਮੇਂ। ਜੀ ਏਕ ਜੈਸਾ ਹੋ ਦਿਖਨੇ ਔਰ ਦਿਖਾਨੇ ਵਾਲਾ ਸਾਲ। ਕਿਆ ਬਤਾ, ਏਕ ਜੈਸਾ। ਜੀ ਕਿਸੀ ਕੋ ਭੀ ਨਾ ਸਤਾਏ ਔਲਾਦ ਕਾ ਦੁੱਖ। ਜੀ ਕਿਸੀ ਕੋ ਭੀ ਨਾ ਸਤਾਏ ਔਲਾਦ ਕਾ ਦੁੱਖ, ਜੀ ਬਨੇ ਨਾ ਕਿਸੀ ਕੇ ਲੀਏ ਭੀ ਰੁਲਾਨੇ ਵਾਲਾ ਸਾਲ। ਕਿਆ ਬਤਾ, ਆਮੀਨ ਜੀ। ਬਲਾਕ ਕੀਏ ਦੋਸਤੋਂ ਕੋ ਭੀ ਦੁਆ ਸਲਾਮ ਭੇਜੇ। ਬਲਾਕ ਕੀਏ ਇਹ ਤੁਹਾਡੇ ਵਾਲੇ ਪਾਸੇ ਪਿੱਛੇ ਮੈਨੂੰ ਲੱਗਦਾ ਖੇੜਾ ਸਾਹਿਬ
ਥੋੜਾ ਸ਼ੋਰ ਆ ਰਿਹਾ ਭਾਜੀ ਅੱਜ ਹਨਾ ਹਾਂ ਮੰਦਰ ਮੁੰਦਰ ਜਾ ਰਹੇ ਆ ਕਹਿੰਦਾ ਇਸ ਤੋਂ ਪਹਿਲਾਂ ਉਹ ਭਗਵਾਨ ਨਾਲ ਗੱਲਾਂ ਕਰ ਰਹੇ ਸਾਡੇ ਵੱਲੋਂ ਵੀ ਮਥਾ ਟੇਕ ਆਇਓ ਜੀ ਹਾਂਜੀ ਜੀ 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 ਭਾਜੀ ਨਾਲੇ ਵਾਹ ਨਵਾਂ ਸਾਲ ਚੜ੍ਹਨੇ ਵਾਲਾ ਤੁਹਾਡੇ ਵੱਲ ਤਾਰਾਂ ਜੋੜੀਆਂ ਹੋਈਆਂ ਉਹਨਾਂ ਨੇ ਜੀ ਵਾਹ ਜੀ ਵਾਹ ਕੀ ਬਤਾ ਜੀ ਬਲਾਕ ਕੀਏ ਦੋਸਤੋਂ ਕੋ ਵੀ ਦੁਆ ਸਲਾਮ ਭੇਜੇ ਹੋ ਬੜੋ ਦੁਬਾਰਾ ਛੋਟੋ ਕੋ ਸਮਝਾਨੇ ਵਾਲਾ ਸਾਲ ਬੜੋ ਦੁਬਾਰਾ ਛੋਟੋ ਕੋ ਸਮਝਾਨੇ ਵਾਲਾ ਸਾਲ ਕਿਆ ਬਤਾ ਕਿਆ ਬਤਾ ਜੀ ਭਾਜੀ ਜੀ ਦੋਸਤ ਜੋ ਪਿੱਛੇ ਰਹਿ ਗਏ ਮੀਲ ਪੱਥਰੋਂ ਕੀ ਤਰ੍ਹਾਂ ਜੀ 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 ਦੋਸਤ ਜੋ ਪਿੱਛੇ ਰਹਿ ਗਏ ਫੂਲ ਪੱਥਰੋਂ ਕੀ ਤਰ੍ਹਾਂ ਜੀ ਦੋਸਤ ਜੋ ਪਿੱਛੇ ਰਹਿ ਗਏ ਮੀਲ ਪੱਥਰੋਂ ਕੀ ਤਰ੍ਹਾਂ ਜੀ 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 ਹੋਣਾ ਚਾਹੀਏ ਉਨਕੋ ਸਾਥ ਲਾਣੇ ਵਾਲਾ ਸਾਲ ਜੋ ਖੋ ਗਿਆ ਵੋ ਤੇਰਾ ਨਹੀਂ ਥਾ ਜਗਵੰਤ ਵਾਹ ਗੱਲ ਜੋ ਖੋ ਗਿਆ ਵੋ ਤੇਰਾ ਨਹੀਂ ਥਾ ਜਗਵੰਤ ਜੀ 2024 ਤੋਂ ਹੋਗਾ ਹੀ ਪਾਣੇ ਵਾਲਾ ਸਾਲ ਕਿਆ ਬਤਾ ਕਿਆ ਬਤਾ ਜੀ ਜੀਵਨ ਮੇ ਖੁਸ਼ਹਾਲੀਆਂ ਲਾਣੇ ਵਾਲਾ ਸਾਲ ਜੀ ਅੱਛਾ ਬੁਰਾ ਸਿਖਾ ਗਿਆ ਹੋਗਾ ਜਾਣੇ ਵਾਲਾ ਸਾਲ ਬਹੁਤ ਖੂਬ ਜੀ ਭਾਜੀ ਇੱਧਰ ਮੇਰੀ ਮਤਲਬ ਗਜ਼ਲ ਖਤਮ ਹੋਈ ਤਾਂ ਉੱਧਰੋਂ ਫਿਰ ਉਹ ਸ਼ੋਰ ਮਚਾਉਣੇ ਵਾਲੇ ਬਾਹਰ ਹੋ ਗਏ ਘਰ ਤੋਂ ਜੀ ਭਾਜੀ ਕਹਿੰਦੇ ਭਾਜੀ ਦੇਖੋ ਹੈ ਨਾ ਪਹਿਲਾਂ ਮੈਂ ਫੋਨ ਮਿਲਾਇਆ ਮਿਲਿਆ ਨੀ ਇੱਕ ਲਿਖਿਆ ਹੈ ਨਾ ਫਿਰ ਡਾਕਟਰ ਸਾਹਿਬ ਆ ਗਏ ਦੂਸਰਾ ਲਿਖਿਆ ਫਿਰ ਦਾਨਿਸ਼ ਜੀ ਆ ਗਿਆ ਫਿਰ ਤੀਸਰਾ ਲਿਖਿਆ ਹੈ ਨਾ ਹੁਣ ਦੂਸਰਾ ਸੁਣੋ ਭਾਜੀ ਅੱਛਾ ਜੀ ਕੁਛ ਘੰਟੋ ਮੇ ਆਗਾਜ਼ ਹੋਗਾ ਨਏ ਸਾਲ ਕਾ ਕੋਈ ਸ਼ੱਕ ਨੀ ਜੀ ਇੱਕ ਔਰ ਕਦਮ ਹੋਗਾ ਜੀ ਸਮੇਂ ਕੀ ਚਾਲ ਕਾ ਜੀ ਕੁਛ ਘੰਟੋ ਮੇ ਆਗਾਜ਼ ਹੋਗਾ ਨਏ ਸਾਲ ਕਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਲੋਗੋ ਕੇ ਘਰ ਮੇ ਕਦਮ ਹੀ ਨਹੀਂ ਟਿਕਤੇ ਜੀ ਭਾਜੀ ਉਹਨਾਂ ਨੇ ਸਾਰਿਆਂ ਨੇ ਥੋੜੀ ਨਾ ਮਹਿਫਲ ਮਿੱਤਰਾਂ ਦੀ ਪ੍ਰੋਗਰਾਮ ਕਰਨਾ ਹੁੰਦਾ ਜੀ ਜਾਂ ਕਰਵਾਉਣਾ ਹੁੰਦਾ ਜੀ ਜੀ ਬਹੁਤ ਲੋਗੋ ਕੇ ਤੋਂ ਘਰ ਮੇ ਕਦਮ ਹੀ ਨਹੀਂ ਟਿਕਤੇ ਮਨਾ ਰਹੇ ਹੋਗੇ ਸ਼ਿਮਲਾ ਮਨਾਲੀ ਔਰ ਕਾਲਕਾ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਇੱਕ ਔਰ ਕਦਮ ਹੋਗਾ ਜੀ ਸਮੇਂ ਕੀ ਚਾਲ ਕਾ ਕਿਆ ਬਾਤ ਹੈ ਕੁਛ ਘੰਟੋ ਮੇ ਆਗਾਜ਼ ਹੋਗਾ ਨਏ ਸਾਲ ਕਾ ਵਾਹ ਭਾਜੀ ਕਹਿੰਦੇ ਟਿਸ਼ੂ ਪੇਪਰੋਂ ਕੇ ਜ਼ਮਾਨੇ ਮੇ ਪੇੜੋਂ ਕੀ ਕੁਰਬਾਨੀ ਬਹੁਤ ਸੈਡ ਹੈ ਜੀ ਬਹੁਤ ਸੈਡ ਹੈ ਬਿਲਕੁਲ ਟਿਸ਼ੂ ਪੇਪਰੋਂ ਕੇ ਜ਼ਮਾਨੇ ਮੇ ਪੇੜੋਂ ਕੀ ਕੁਰਬਾਨੀ ਪਤਾ ਨਹੀਂ ਕਹਾਂ ਖੋ ਗਿਆ ਚਲਨ ਪਤਾ ਨਹੀਂ ਕਹੀਂ ਖੋ ਗਿਆ ਚਲਨ ਰੁਮਾਲ ਕਾ ਜੀ ਬਿਲਕੁਲ ਜੀ ਬਿਲਕੁਲ ਇਹ ਰੁਮਾਲ ਵਾਲਾ ਤੇ ਮੈਂ ਕਹਿੰਦਾ ਜੀ ਐਂਡੀ ਹੋ ਗਿਆ ਹਾਂਜੀ ਭਾਜੀ ਆਦਤੇ ਜੋ ਛੋੜ ਨਹੀਂ ਪਾਏ
छोड़ना नए साल में जी, आदतें जो छोड़ नहीं पाए छोड़ना नए साल में, नींद में ना करना ड्राइविंग सुन रे चालका, क्योंकि कुछ ही घंटों में आगाज होगा नए साल का। जी क्या बता, ये दिखता नहीं मगर होता है बड़ा खतरनाक जी, ये दिखता नहीं जी, पाजी क्या हो सकता है बताओ जी, ये पाजी थोड़ा टेस्ट लेते हैं, खतरनाक ही है जी वैसे कुछ जो भी है। ये दिखता नहीं मगर होता है बड़ा खतरनाक जी, शिकार ना अब बने रहना नेट के जाल का, नेट के जाल वो का, काम करना जो पसंद हो परिवार को जी, वो काम करना जो पसंद हो परिवार को। हाँ जी पाजी, परिवार कहे तो पाप कर लो, परिवार कहे तो पुण्य कर लो जी। नहीं आई है जी, आई है जी, बिल्कुल बिल्कुल, परिवार ही पार लाउंदा सब कुछ। हाँ जी, वो का वो काम करना जो पसंद हो परिवार को जी, एहसास होगा गहराई तक बीट और ताल का। वाह जी वाह जी वाह, खूब है खूब है, बीट और ताल। कुछ मांस मच्छी खाकर भी खुश नहीं होते। जी पाजी, आलू खा के अगर थोड़े दिल विच रिग्रेट रहे ना, वो चिकन बराबर है, और चिकन खा के सानू अगर रिग्रेट ना हो तो वो आलू खाने दे बराबर है। बड़ा ही मतलब टेक्निकल गल सी काफी ये। हाँ जी भाजी, कुछ मांस मच्छी खाकर भी खुश नहीं होते, नहीं होते, किसी को बड़ा मजा आता है घर की दाल का। वाह जी वाह, वाह जी वाह, पाजी मैं, पाजी मैं भी तुहाडे नाल दा। पाजी पंजाबी च नहीं हिंदी च, मैं पहले ना नाल दा लिखण लगा सीगा, फिर ओ नाल का आना चाहिदा ना, ये हिंदी च है ना जी। आई इत्थे साथ वाला चक्कर पै जाणा जी, बिल्कुल। हाँ जी हाँ जी, पाजी मत भूलना कभी भी झड़ सकते हो हवा से। ओए होए होए होए, वाह, मत भूलना कभी भी झड़ सकते हो हवा से जी, पत्ता फल फूल है जीवन, पत झड़ की डाल का। आहा, पत झड़ की डाल का जी, उम्र बढ़ती है या कम होती है साल दर साल जी, उम्र बढ़ती है या कम होती है साल दर साल, जगवंत को तो जवाब नहीं मिला कभी इस सवाल का। ओ हो, क्योंकि कुछ ही घंटों में आगाज होगा नए साल का, नए साल का क्या एक और कदम होगा जी, समय की चाल का, समय की चाल का, समय की चाल का। जी वाह जी वाह, बहुत खूब भाजी। एक ना कमेंट देख रहा सीगा, ਅਤੇ ਦੋਸਤਾਂ ਨੇ ਜਿਹੜੇ ਕਮੈਂਟ ਕੀਤੇ ਨਾ, ਬੜੇ ਕਮਾਲ ਦੇ ਕਰ ਦਿੱਤੇ ਆ ਸੁਣਦੇ ਸੁਣਦੇ, ਕਿਉਂਕਿ ਜਿਹੜੀ ਬੈਕਗਰਾਊਂਡ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ ਤੁਹਾਡੇ ਨਾ, ਉਹ ਸਾਰੀਆਂ ਰਿਕਾਰਡ ਹੋ ਗਈਆਂ ਨੇ, ਅਤੇ ਇੱਕ ਜਿਹੜਾ ਫਰੇਜ਼ ਆ ਉਹ ਬਾਹਲਾ ਹੀ ਹਿੱਟ ਹੋ ਗਿਆ, ਆ ਦਰਵਾਜ਼ਾ ਬੰਦ ਕਰ ਦਿਓ।
ਭਾਜੀ ਸਭ ਕੋਲ ਚਾਬੀਆਂ ਹੈਗੀਆਂ ਆਪਣੀਆਂ ਆਪਣੀਆਂ, ਫਿਰ ਵੀ ਦਰਵਾਜ਼ਾ ਮੇਰੇ ਤੋਂ ਬੰਦ ਕਰਾਉਣਾ। ਹਾਂਜੀ ਭਾਜੀ, ਇਹ ਸਬੂਤ ਹੈ ਮਹਿਫਲ ਮਿੱਤਰਾਂ ਦੀ ਤੇ ਦੁਆਬਾ ਰੇਡੀਓ ਦੇ ਪਿਆਰ ਨਾਲ, ਵੀ ਤੁਸੀਂ ਜਿੱਥੇ ਜਾਣਾ ਚਾਹੋ ਆਪਾਂ ਤਾਂ ਦੁਆਬਾ ਰੇਡੀਓ ਦੇ ਸਮਰਪਿਤ ਆ, ਉਹੀ ਸੁਣਾਂਗੇ, ਉਹੀ ਆਪਣੀ ਕਵਾਂਗੇ ਗੱਲ। ਜ਼ਿੰਦਗੀ ਜ਼ਿੰਦਾਬਾਦ ਹੈ ਜੀ, ਕੀ ਪਤਾ। ਹਾਂਜੀ ਭਾਜੀ ਮੈਸੇਜ ਹੈ ਜੀ ਜੀ, ਮੈਂ ਕਿਹਾ ਇਸ ਪਹਿਲੇ ਤੁਸੀਂ ਬੋਲੋ ਕਿ ਮੈਸੇਜ ਦੇ ਦਿਓ, ਫਿਰ ਨਾ ਮੈਂ ਦੇ ਦੇਵਾਂ ਜੀ। ਜੀ ਨਿਆ ਸਾਲ ਮੁਬਾਰਕ ਹੋ, ਆਹਾ ਨਾ ਹੀ ਕਿਸੇ ਪਰ ਸ਼ੱਕ ਹੋ, ਆਹਾ ਰੁਕ ਜਾਇਆ ਕਰੋ ਸਹਾਰਾ ਲੇਕਰ ਜੀ, ਦੇਖ ਕਰ ਜਬ ਧੱਕ ਧੱਕ ਹੋ, ਵਾਹ ਵਾਹ, ਫੂਲ ਕੋ ਦੇਖਾ ਕਰੋ ਮੁਸਕਰਾਤੇ ਜੀ, ਸਾਹਮਣੇ ਜਬ ਰਾਸਤੇ ਮੇਂ ਅੱਕ ਹੋ, ਅੱਕ ਹੋ, ਕਿਆ ਬਤਾ। ਵਾਹ ਜੀ ਵਾਹ, ਕਿਆ ਬਾਤ, ਕਿਆ ਬਾਤ, ਕਿਆ ਬਾਤ ਹੋ ਗਈ ਜੀ। ਜਿੰਨੇ ਵੀ ਪ੍ਰੋਗਰਾਮ ਦਿੰਦੇ ਉਹਨਾਂ ਜੀ ਮਜ਼ਾ ਹੀ ਆ ਜਾਂਦਾ, ਮਹਿਫਲ ਮਿੱਤਰਾਂ ਦੀ ਤਾਂ ਮਿੱਤਰਾਂ ਦੀ ਹੋ ਜਾਂਦੀ ਹੈ ਜੀ। ਵਾਹ ਵਾਹ ਵਾਹ, ਜਿੰਨੇ ਵੀ ਤੁਸੀਂ ਕਈ ਵਾਰੀ, ਹੁਣ ਤਾਂ ਚਲੋ ਅੱਜ ਤਾਂ ਨਵੇਂ ਸਾਲ ਬਾਰੇ ਕਹਿ ਰਹੇ ਜੀ, ਤੁਹਾਨੂੰ ਸਾਰੇ ਇਸ ਰੇਡੀਓ ਪਰਿਵਾਰ ਨੂੰ ਸਾਡੇ ਪਰਿਵਾਰ ਵੱਲੋਂ ਤੇ ਸਾਰੇ ਜਗਤ ਦੇ ਜਿੰਨੇ ਵੀ ਰਹਿਣ ਵਾਲੇ ਭੈਣ ਭਰਾ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਬਿਲਕੁਲ ਜੀ, 2023 ਨੂੰ ਅਲਵਿਦਾ ਜੀ। ਜੀ ਬਿਲਕੁਲ ਜੀ ਜੀ ਬਿਲਕੁਲ, ਹੋਰ ਜੀ ਸਭ ਠੀਕ ਠਾਕ ਜੀ। ਜਿਹੜਾ ਨਵੇਂ ਸਾਲ ਬਾਰੇ ਪੁਰਾਣੇ ਸਾਲਾਂ ਦਾ ਜੋ ਕੁਛ ਵੀ ਦੱਸਿਆ ਨਾ ਜੀ, ਮਨ ਪਸੀਜ ਗਿਆ ਜੀ, ਉਹ ਜੀ ਵਾਕਈ ਇੰਨਾ ਕੁਛ ਸੱਚ ਸਾਹਮਣੇ ਆਇਆ ਜੀ, ਉਹਨੂੰ ਸੁਣ ਕੇ ਨਾ ਜੀ ਮਨ ਨਾ ਇੰਨਾ ਇੱਕ ਪਾਸਿਓ ਦੁਖੀ ਵੀ ਇੱਕ ਪਾਸਿਓ ਸੁਖੀ ਵੀ, ਸਾਰੇ ਉਹਨਾਂ ਨੇ ਇੰਨਾ ਕੁਛ ਦੱਸਤਾ ਤੇ ਉਹਨਾਂ ਨੂੰ ਬਹੁਤ ਮੁਬਾਰਕਾਂ ਜੀ, ਜਿਹਨਾਂ ਨੇ ਆਪਦੀ ਕਲਮ ਚੋਂ ਲਿਖ ਕੇ ਸਾਰੇ ਸਰੋਤਿਆਂ ਨੂੰ ਸਾਰੇ ਜਗਤ ਨੂੰ ਇਹ ਪੈਗਾਮ ਦਿੱਤਾ ਜੀ, ਤੇ ਬਹੁਤ ਮਜ਼ਾ ਆਇਆ ਜੀ, ਬਹੁਤ ਮਜ਼ਾ। ਡਾਕਟਰ ਹਰਮਨਪ੍ਰੀਤ ਜੀ ਵਾਕਈ ਬਹੁਤ ਖੂਬਸੂਰਤ ਲਿਖਦੇ ਆ ਜੀ, ਤੇ ਇੱਕ ਉਹਨਾਂ ਦੀ ਜਿਹੜੀ ਆਵਾਜ਼ ਵਿੱਚ ਵੀ ਚਲੋ ਵੀ ਪੂਰੀ ਠਹਿਰਾ ਹੈ, ਤੇ ਲੈ ਦੇ ਵਿੱਚ ਜਿਹੜੀ ਉਹਨਾਂ ਨੇ ਸੁਣਾਈ, ਕਿਆ ਬਾਤਾਂ, ਤਰਨਮ ਦਾ ਐਂਡ ਕਰਤਾ ਜੀ। ਓਏ ਹੋਏ ਹੋਏ, ਕਿਆ ਜੀ ਐਂਡ ਹੀ ਹੋ ਜਾਂਦਾ, ਐਂਡ ਹੋ ਗਿਆ ਜੀ, ਬਹੁਤ ਬਹੁਤ ਹੀ ਮਜ਼ਾ ਹੀ ਆ ਗਿਆ ਜੀ, ਵਾਹਿਗੁਰੂ ਨਾ ਜੀ ਕਰਦਾ ਜੀ, ਦੁਬਾਰਾ ਇੱਕ ਵਾਰ ਉਹ ਲਾਈਵ ਹੋ ਕੇ ਦੁਬਾਰੇ ਸੁਣਾ ਦੇਣ ਤੇ ਹੋਰ ਇੱਕ ਗਾਰਡਨ ਗਾਰਡਨ ਹੋ ਜਾਏ ਮਨ ਜੀ। ਇਹੀ ਬਰਬਾਦ ਸਾਹਿਬ ਨਾ, ਜਿਹੜੀ ਇੰਟਰਨੈਟ ਦੀ ਇਹ ਖੂਬਸੂਰਤੀ ਇਹੀ ਆ, ਜਿਵੇਂ ਹੁਣ ਆਪਾਂ ਇਹਨੂੰ ਕਰ ਰਹੇ ਹਾਂ ਡਿਜੀਟਲਾਈਜ਼ ਕਰ ਲਿਆ ਕਹਿ ਲਓ, ਬੋਲ ਜਿਹੜੇ ਆ ਉਹ ਕੈਦ ਹੋ ਗਏ, ਬੋਲਾਂ ਨੂੰ ਅਸੀਂ ਕੈਦ ਕਰ ਲਿਆ, ਹਵਾਵਾਂ 'ਚ ਜਿਹੜੀਆਂ ਮਹਿਕਾਂ ਸੀਗੀਆਂ ਉਹਨਾਂ ਨੂੰ ਅਸੀਂ ਕੈਦ ਕੀਤਾ, ਔਰ ਇਹ ਜਿੰਨੀ ਵਾਰੀ ਮਰਜ਼ੀ ਰਿਪੀਟ ਕਰ ਕਰਕੇ ਆਪਾਂ ਸੁਣ ਲਈਏ ਤੇ ਕੋਈ ਐਂਡ ਨਹੀਂ, ਸੁਪਰ ਹੈ ਜੀ। ਬਿਲਕੁਲ 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 ਜੀ, ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਜੀ। ਮੈਂ ਕਈ ਵਾਰੀ ਕਾਲ ਤਾਂ ਲਾਈ ਜੀ, ਮੈਂ ਕਿਹਾ ਜੀ ਜੇ ਕੇ ਉੱਤੇ ਲਿਖਿਆ ਆ ਰਿਹਾ ਨੰਬਰ ਉਹੀ ਆ, ਮੈਂ ਕਿਹਾ ਵੀ ਚਲੋ ਦੁਬਾਰੇ ਟਰਾਈ ਤੋਂ ਟਰਾਈ ਮਾਰਦੇ ਆ ਜੀ। ਜੀ ਜੀ ਬਸ ਲਾਈਨਸ ਬਿਜੀ ਆ ਰਹੀਆਂ ਸੀਗੀਆਂ, ਇਸ ਕਰਕੇ ਥੋੜਾ ਜਿਹਾ ਸਾਨੂੰ ਤੇ ਪੂਰੀ ਉਡੀਕ ਰਹਿੰਦੀ ਹੈ ਮਿੱਤਰਾਂ ਦੀ, ਕਦੋਂ ਆਵਾਜ਼ ਕੰਨ 'ਚ ਪਵੇ ਤੇ ਜ਼ਿੰਦਗੀ ਜ਼ਿੰਦਾਬਾਦ ਹੋ ਜਾਏ। ਹਾਂਜੀ ਭੁਪਿੰਦਰ ਸਿੰਘ ਭਾਰਤੀ ਜੀ ਨਾਲ ਇੱਕ ਦਿਨ ਹੋਈ ਜੀ ਗੱਲਬਾਤ, ਹੋਈ ਬਹੁਤ ਬੜੇ ਵਧੀਆ, ਜਦੋਂ ਗੱਲ ਹੋਈ ਤੇ ਬਾਗੋ ਬਾਗ ਹੋ ਗਏ ਜੀ ਅਸੀਂ ਵੀ ਤੇ ਉਹ ਵੀ ਹੋ ਗਏ ਜੀ, ਕਿਉਂਕਿ ਇਹ ਨਾ ਜੀ ਅੰਦਰੋਂ ਹੀ ਜੋ ਵੀ ਫੁਰਨਾ ਆਉਂਦਾ ਜੀ ਅੰਦਰੋਂ ਹੀ ਆਉਂਦਾ, ਤੇ ਅੰਦਰੋਂ ਹੀ ਰੱਬ ਜਿਹੜਾ ਅੰਦਰੋਂ ਜੋੜਦਾ ਜੀ। ਜੀ ਜੀ ਵਾਕਈ ਜੀ ਵਾਕਈ, ਦਿਲਾਂ ਦੀਆਂ ਤੰਦਾਂ ਨੇ ਕਿਉਂਕਿ ਮੋਹ ਦੀਆਂ ਤੰਦਾਂ। ਹਾਂਜੀ 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 ਬਿਲਕੁਲ ਜੀ, ਪਹਿਲਾਂ ਤਾਂ ਨਾ ਜੀ ਟਰਾਂਜਿਸਟਰ ਤੋਂ ਜੁੜੇ ਹੋਏ ਸੀਗੇ ਜੀ, ਜੀ
ਤੇ 1982 ਤੋਂ ਰੇਡੀਓ ਤੇ ਚਿੱਠੀਆਂ ਪਾਉਂਦੇ ਸੀ, ਦਿੱਲੀ ਹੋ ਗਿਆ, ਜੰਮੂ ਕਸ਼ਮੀਰ, ਸੂਰਤਗੜ੍ਹ, ਕੋਈ ਕੋਈ ਸਟੇਸ਼ਨ ਨੀ ਛੱਡਿਆ ਵਿਦੇਸ਼ਾਂ ਤੱਕ। ਜੀ 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 1982 ਤੋਂ ਜੁੜੇ ਹੋਏ, ਉਸ ਤੋਂ ਬਾਅਦ ਹੁਣ ਬਸ 95-96 ਤੋਂ ਬਾਅਦ ਜਿਵੇਂ ਜਿਵੇਂ ਆ ਮੋਬਾਈਲ ਦਾ ਦੌਰ ਆ ਗਿਆ ਜੀ, ਉਹ ਟਰਾਂਜਿਸਟਰਾਂ ਨੂੰ ਜਿਹੜਾ ਨਾ ਜੀ ਲੋਕਾਂ ਨੇ ਸਾਡੀ ਉਹ ਜਿਹੜੀ ਆ ਤਾਰਾਂ ਏਦਾਂ ਜੁੜਦੀਆਂ ਰਹਿਣਗੀਆਂ ਤੇ ਮੁਹੱਬਤ ਦੀ ਬਾਤ ਜਿਹੜੀ ਆ ਇੰਜ ਪੈਂਦੀ ਰਹੇਗੀ। ਬਿਲਕੁਲ 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 ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੀ, ਓਕੇ ਜੀ, ਧੰਨਵਾਦ ਜੀ, ਸ਼ੁਕਰੀਆ ਜੀ, ਰੱਬ ਰੱਖਾ। ਦੋਸਤੋ ਆਪਾਂ ਗੱਲਾਂ ਬਾਤਾਂ ਕਰ ਰਹੇ ਸਨ ਬਾਈ ਜੀ ਮਲਕੀਤ ਸਿੰਘ ਬਰਵਾਲ ਸਾਹਿਬ ਰਣੀਆਂ ਤੋਂ, ਤੋ ਹੁਣ ਚੱਲਦੇ ਹਾਂ ਜੀ ਸਿੱਧੇ ਹੀ ਹਰਿਆਣੇ ਦੀ ਧਰਤੀ ਤੋਂ, ਆਪਾਂ ਫਲਾਈਟ ਲੈ ਲਈ ਆ, ਪਹੁੰਚ ਗਏ ਹਾਂ, ਲੈਂਡ ਹੋ ਗਈ ਫਲਾਈਟ ਬਾਈ, ਅਮਰੀਕਾ ਪਹੁੰਚ ਗਏ ਬਾਈ ਔਜਲਾ ਜੀ ਕੋਲ, ਸਿਕੰਦਰ ਸਿੰਘ ਔਜਲਾ ਸਾਹਿਬ ਸਾਡੇ ਨਾਲ ਨੇ ਇਸ ਵੇਲੇ ਅਤੇ ਅਸੀਂ ਉਹਨਾਂ ਦੇ ਨਾਲ ਆ, ਅਤੇ ਐਂ ਨਾਲ ਨਾਲ ਬਹਿ ਕੇ ਅਸੀਂ ਅਲਵਿਦਾ ਕਰ ਰਹੇ ਹਾਂ ਨਵੇਂ ਜਿਹੜਾ ਨਵਾਂ ਸਾਲ ਸੀ, ਥੋੜ੍ਹੀ ਦੇਰ ਪਹਿਲਾਂ ਉਹ ਪੁਰਾਣਾ ਸਾਲ ਹੋ ਗਿਆ ਕਿਉਂਕਿ ਨਵਾਂ ਤਾਂ ਅਜੇ ਆਉਣਾ ਵੀਰੇ, 3-4 ਘੰਟੇ ਰਹਿ ਗਏ, ਤੋ ਉਹਦਾ ਵੀ ਆਪਾਂ ਸਵਾਗਤ ਕਰਨਾ, ਕੱਲ੍ਹ ਵਿਸ਼ੇਸ਼ ਪ੍ਰੋਗਰਾਮ ਕਰਨਾ ਬਾਈ, ਭੁੱਲ ਨਾ ਜਾਇਓ, ਡਾਇਰੀ ਡੂਰੀ 'ਤੇ ਲਿਖ ਲਿਓ 8-10। ਤੋ ਸਵਾਗਤ ਕਰਦੇ ਹਾਂ ਜੀ ਬਾਈ ਸਿਕੰਦਰ ਸਿੰਘ ਔਜਲਾ ਜੀ ਦਾ, ਜੀ ਆਇਆਂ ਨੂੰ ਜਨਾਬ, ਸਤਿ ਸ਼੍ਰੀ ਅਕਾਲ ਜੀ, ਖੁਸ਼ ਆਮਦੀਦ ਬਾਬਿਓ। ਸਤਿ ਸ਼੍ਰੀ ਅਕਾਲ ਸ਼ਮੀ ਭਾਜੀ ਅਤੇ ਸਤਿਕਾਰ ਸਰੋਤਿਆਂ ਨੂੰ। ਇੱਕ ਨਾ ਜਿਵੇਂ ਆਪਣੇ ਪਿੰਡਾਂ 'ਚ ਮੇਤੋਂ ਤੋਂ ਬਾਅਦ ਆਇਆ ਸਿਸਟਮ ਸਾਰਾ ਹੀ ਜੀ, ਇਨਵੈਟਰ ਰੱਖੇ ਹੋਏ ਨੇ ਨਾ, ਇਨਵੈਟਰ ਨੇ ਉਹ ਕੀ ਇਨਵੈਟਰ ਕਹਿੰਦੇ ਬਿਜਲੀ ਵਾਲੇ, ਬਿਲਕੁਲ ਬਿਲਕੁਲ ਜੀ ਰੱਖੇ ਜੀ, ਇਹ ਇੰਟਰਨੈਟ ਦਾ ਵੀ ਬਣਾਓ ਮਾੜਾ ਜਿਹਾ ਵੀ, ਉਹ ਵੀ 15 ਕੁ ਮਿੰਟ ਧੱਕੇ ਲਾ ਦਿਆ ਕਰੇ ਜੀ, ਬਿਜਲੀ ਲੱਗ ਜਾਂਦਾ। ਵਾਕਈ ਲੱਗਦਾ ਹੈ ਜੀ, ਤਾਂ ਬੜਾ ਮਤਲਬ ਇਹਨੂੰ ਦੁਖੀ ਕਰ ਰੱਖਿਆ ਜੀ ਆਪਾਂ, ਮੈਂ ਲੱਗਦਾ ਜੀ ਜਿਹੜੀ ਸੋਚ ਰਹੇ ਹਾਂ ਕਾਫੀ ਮੇਰੇ ਖਤਰਨਾਕ ਸਕੀਮਾਂ ਆ ਰਹੀਆਂ ਵੀ, ਜਿੱਦਾਂ ਹੀ ਕੈਲੰਡਰ ਬਦਲਾਂਗੇ ਲੱਗਦਾ ਇਹਨਾਂ ਨੂੰ ਵੀ ਬਦਲਣਾ ਹੀ ਪੈਣਾ। ਸਾਡੇ ਕਿੱਥੇ ਆਉਂਦਾ ਜੀ, ਪਰ ਉਹ ਤਾਂ ਵਾਈਫਾਈ ਬੂਸਟ ਕਰਦਾ ਇਕੱਲਾ, ਵੈਸੇ ਹੋਰ ਤਾਂ ਉਹਨੂੰ ਕੁਛ ਨੀ ਕਰਦੇ। ਮੈਂ ਸੋਚਦਾ ਸੀਗਾ ਜਦ ਪਿੱਛੇ ਸਾਡੇ ਨਾ, ਮੈਨੂੰ ਤਾਂ ਪਹਿਲਾਂ ਐਂ ਲੱਗਿਆ ਮੈਂ ਕਿਤੇ ਮੇਰੀ ਐਂ ਹੁੰਦਾ, ਲੈਣ ਜੀ ਸਾਡੇ ਨਾ ਘੁੰਮਣ ਲੱਗ ਜਾਂਦਾ ਭਮੀਰੀ ਜੀ, ਅੱਛਾ ਜੀ ਹੁੰਦਾ ਤੁਹਾਡੇ ਖਰਾਬ ਹੈ ਤੇ ਭਮੀਰੀ ਸਾਡੇ ਫੇਸਬੁੱਕ ਤੇ ਘੁੰਮਣ ਲੱਗ ਜਾਂਦੀ ਹੈ, ਸਭ ਦੀ ਘੁੰਮਦੀ ਹੁੰਦੀ ਜਿਹੜੇ ਬਾਹਰ ਬੈਠੇ ਦੇਖਦੇ ਆ, ਤੇ ਤੁਹਾਡਾ ਕਦੇ ਹੱਥ ਖੜਾ ਹੋ ਜਾਂਦਾ, ਕਦੇ ਉਂਗਲ ਖੜੀ ਹੋ ਜਾਂਦੀ, ਉੱਥੇ ਹੀ ਅੜ ਜਾਂਦਾ ਗਾ, ਉਹ ਚਰਖਾ ਚੱਲਣ ਲੱਗ ਪੈਂਦਾ। ਹਾਂ ਉਹੀ ਉਹ ਚਰਖਾ ਦਾ ਚੱਲ ਜਿਹੜਾ ਚੱਲਦਾ ਸੀ ਉਹ ਤਾਂ ਚੱਲੀ ਜਾਂਦਾ, ਤੁਹਾਡਾ ਜਿੱਥੇ ਉਂਗਲ ਉਂਗਲ ਜਿੱਥੇ ਬੁੱਲ ਖੜੇ ਹੁੰਦੇ ਉੱਥੇ ਖੜ ਜਾਂਦੇ ਨੇ, ਉਹ ਜਿੱਦਾਂ ਨਿਆਣੇ ਗੇਮ ਖੇਡਦੇ ਆ ਸਟੈਚੂ ਸਟੈਚੂ ਹੋ ਜਾਂਦਾ ਬੰਦਾ ਉੱਥੇ। ਵੈਸੇ ਤਾਂ ਜੇ ਸੋਚਿਆ ਜਾਵੇ ਸ਼ਮੀ ਭਾਜੀ, ਹਰ ਦਿਨ ਨਵਾਂ ਸਾਲ ਹੈ ਜੀ, ਇੱਕ ਕੈਲੰਡਰ ਹੀ ਬਦਲ ਹੁੰਦਾ, ਹੋਰ ਤਾਂ ਕੁਛ ਨੀ। ਇਹ ਜਿਹੜੇ ਬੰਦੇ ਨੇ ਬਾਈ ਮੈਨੂੰ ਤਾਂ ਲੱਗਦਾ ਕੈਲੰਡਰ ਬਣਾਇਆ ਨਾ, ਉਹ ਬੰਦਾ ਸ਼ਰਾਰਤੀ ਰਿਹਾ ਹੋਏਗਾ ਪੱਕਾ, ਜਿਵੇਂ ਚਮਕੀਲੇ ਨੇ ਕਹਿੰਦਾ ਕੰਤ ਨਿਆਣੇ ਨੇ ਮੈਂ ਰੀਠੇ ਖੇਡਣ ਲਾ ਦੀ, ਤੇ ਉਹੀ ਕੰਮ ਕਰਦਾ ਬੰਦੇ ਨੇ, ਮੈਂ ਦਿਨ ਗਣ ਨੀ ਲਾਤਾ ਇਹਦੇ, ਗਿਣਦਾ ਗਿਣਦਾ ਬੰਦਾ ਵਾਲੇ ਹੀ ਹੋ ਗਏ, ਕਦੇ ਕਹਿੰਦਾ ਹੋਇਆ ਹੀ ਕੁਛ ਨੀ। ਮੈਂ ਤੁਹਾਨੂੰ ਕਹਾਣੀ ਸੀ ਅਲਜਬਰੇ ਵਰਗਾ ਹੋਣਾ ਜੀ, ਅਲਜਬਰੇ ਵਰਗਾ ਅਲਜਬਰਾ ਸਾਰਾ ਸ਼ਰਾਰਤੀ, ਉਹਨੇ ਵੀ ਇਹ ਜਿਹਾ ਆਪਾਂ ਬੜੂ ਗੁੱਸਾ ਹੀ ਪਾਇਆ ਸੀ, ਉਹ ਸਾਰਾ ਸ਼ਰਾਰਤੀ ਉਹ ਸੀ, ਉਹਨੂੰ ਟਕਾਉਣ ਲਈ ਮਾਸਟਰ ਨੇ ਕਹਿ ਤਾ ਉਹਨੂੰ ਆਪ ਨੀ ਸੀ ਪਤਾ ਸਵਾਲ, ਉਹਨੇ ਕੱਢ ਕੇ ਦੇਤਾ, ਇਹ ਵੀ ਮੈਨੂੰ ਲੱਗਦੀ ਐਂ ਹੋਇਆ ਹੋਣਾ ਜੀ, ਇਹ ਕੋਈ ਸਿਕੰਦਰ ਹੋਊਗਾ ਜੀ, ਵਾਕਈ ਵਾਕਈ ਵੀ ਇਹਨੂੰ ਟਕਾਓ, ਉਹ ਕਹਿੰਦਾ ਲੈ ਮੈਂ ਟਿਕ ਗਿਆ ਸਾਰਾ ਤੁਹਾਨੂੰ ਹੀ ਟਿਕਣਾ। ਤੁਸੀਂ 31 ਦਸੰਬਰ ਨੂੰ ਲਿਖੀ ਜਾਓ ਚਿੱਠੀਆਂ, ਉਹ ਕਹਿੰਦਾ ਲੈ ਮੈਂ ਤਾਂ ਪੜਦਾ ਵਾਸਾ, ਹੁਣ ਤੁਸੀਂ ਪਾਈ ਜਾਓ ਕਾਰਡ,
ਸ਼ਮੀ ਭਾਈ ਅੱਜ ਵੀ ਚੱਲਦਾ ਕੰਮ ਮਤਲਬ ਕਾੜਾ ਕੂੜਾ ਵਾਲਾ? ਨਹੀਂ ਅੱਜ ਕੱਲ ਭਾਈ ਕਾਰਡ ਤੇ, ਉਹ ਕਾਰਡ ਤੇ ਛੱਡੋ, ਅੱਜ ਕੱਲ ਤੇ ਵਿਆਹ ਦਾ ਕਾਰਡ ਨਹੀਂ ਕੋਈ ਦੂਜਾ ਛਪਾਉਂਦਾ, ਉਹ ਵੀ ਵਟਸਐਪ ਤੇ ਭੇਜ ਦਿੰਦੇ ਆ। ਅੱਗੇ ਉਹ ਸ਼ਗਨ ਵੀ ਅਗਲੇ ਫੋਟੋ ਖਿੱਚਦੇ ਨੋਟ ਦੀ, ਕਹਿੰਦੇ ਐਂ ਲੈ ਕੱਕ 2100 ਰੁਪਏ ਦੀ ਫੋਟੋ ਖਿੱਚੀ ਹੈ ਤੈਨੂੰ ਪਾਉਣਾ ਸੀ, ਆਹ ਚੱਕ ਲੈ ਇੱਦਾਂ ਹੀ। ਆਪਣੇ ਵੇਲੇ ਦਾ ਜੀ ਬੰਦਾ ਕਿੰਨੀਆਂ ਦੁਕਾਨਾਂ ਦੇ ਕਾਰਡ ਲੱਭਦਾ ਹੁੰਦਾ ਸੀ, ਕਿਤੇ ਬੜਾ ਦਿਲ ਹੋਵੇ ਛੋਟਾ ਹੋਵੇ ਫੁੱਲ ਹੋਵੇ, ਆ ਵਿੱਚੋਂ ਜੋ ਖੁੱਲਦਾ, ਵਿੱਚੋਂ ਕਈ ਕੁਛ ਉਹ ਚੋਂ ਨਿਕਲਦਾ, ਇੱਧਰ ਨੂੰ ਫੋਲਡ ਹੋਇਆ। ਫਿਰ ਜਸਵੰਤ ਸਿੰਘ ਕੰਵਲ ਉਹਨਾਂ ਦੇ ਨਾਵਲ ਵੀ ਪੜ੍ਹਨੇ ਪੈਂਦੇ ਸੀਗੇ ਜੀ, ਉਹ ਚੋਂ ਵੀ ਫਿਰ ਲੱਭਣਾ ਪੈਂਦਾ ਜੀ, ਐ ਮੇਰੀ ਮੁਹੱਬਤ, ਆੜੇ ਨੂੰ ਦਲਾਵਾਂ ਲੈ ਕੇ ਐ ਮੇਰੀ ਮੁਹੱਬਤ, ਆਪ ਨੂੰ ਪਤਾ ਨੀ ਹੁੰਦਾ ਇਹਦਾ ਮਤਲਬ ਜੀ। ਗਾਣੇ ਵੀ ਉਹੀ ਸੁਣਨੇ, ਦੋ ਤਾਰਾ ਵੱਜਦਾ ਵੇ ਰਾਂਝਣਾ, ਨੂਰ ਮਹਿਲ ਅਜੇ ਤੱਕ ਨੀ ਦੇਖਿਆ ਸਿਕੰਦਰ ਉਹਨਾਂ ਨੇ। ਟਿੱਬਿਆਂ ਤੇ ਉੱਗੇ ਹੋਏ ਫੁੱਲ ਵਰਗਾ, ਦੇਖੋ ਵੀ ਟਿੱਬਿਆਂ ਵਾਲੇ ਫੁੱਲ ਨੂੰ ਪੁੱਛ ਕੇ ਦੇਖੋ ਵਿਚਾਰਾ ਇਕੱਲਾ ਹੀ ਬੈਠਾ ਤਾਂ ਮੀਂਹ ਨਾ ਕਣੀ ਨਾ। ਟਿੱਬੇ ਵਾਲੇ ਫੁੱਲ ਨੂੰ ਟੇਡੇ ਨੀ ਛੱਡਦੇ, ਅਗਲਾ ਕਹਿੰਦਾ ਟਿੱਬਿਆਂ ਜੋਗੇ ਹੋਏ ਫੁੱਲ ਵਰਗਾ, ਜਾਂ ਕਿੱਕਰਾਂ ਦੇ ਫੁੱਲ ਵਰਗਾ, ਦੱਸ ਕਿੱਕਰਾਂ ਦੇ ਫੁੱਲ ਨੂੰ ਕੌਣ ਉਹ ਦਿੰਦਾ ਜੀ ਸਫੈਦਿਆਂ ਦੇ ਨੂੰ, ਬੰਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਕਿਹਨੂੰ ਜੋੜਦਾ ਹੈ ਜੀ। ਹਾਂਜੀ ਵਾਕਈ ਕਿੱਕਰ ਦੇ ਕਾਟੋ ਰਹਿੰਦੀ ਬੇਚਾਰਾ, ਲਿਖੇ ਹੋਏ ਲਫ਼ਜ਼ਾਂ 'ਚ ਆਪਦੇ ਆਪ ਨੂੰ ਤਰਾਸੀ ਜਾਂਦਾ ਬੰਦਾ। ਚਲੋ ਵੈਸੇ ਸ਼ਬਦਾਂ ਚ ਆਪਦੇ ਆਪ ਨੂੰ, ਆਪਦੇ ਸਹੱਪਣ ਨੂੰ, ਆਪਦੇ ਪਿਆਰ ਨੂੰ, ਆਪਦੇ ਆਪ ਨੂੰ ਤਰਾਸਣਾ, ਇਹ ਵੀ ਇੱਕ ਖੂਬਸੂਰਤੀ ਹੈ ਜੀ। ਜਦੋਂ ਕੋਈ ਕਿਸੇ ਨੂੰ ਕੋਈ ਸ਼ਬਦਾਂ ਰਾਹੀਂ ਲਿਖ ਕੇ ਦਿੰਦਾ ਹੈ, ਚਾਹੇ ਮੈਂ ਲਿਖਦਾ ਚਾਹੇ ਤੁਸੀਂ ਲਿਖਦੇ ਹੋ ਮੈਨੂੰ ਲਿਖਦੇ ਹੋ, ਮੈਂ ਇਹ ਨੀ ਕਹਿੰਦਾ ਵੀ ਕਿਸੇ ਨੂੰ ਵੀ, ਜਦ ਬੰਦਾ ਉਹ ਚੋਂ ਆਪਦੇ ਆਪ ਨੂੰ ਤਰਾਸਦਾ ਉਹ ਵੀ ਇੱਕ ਮਨ ਦੀ ਆਪਦੇ ਆਪ ਦੀ ਖੂਬਸੂਰਤੀ ਬਹੁਤ ਹੈ ਜੀ। ਕਦੇ ਸੋਚ ਕੇ ਦੇਖੋ ਜੀ ਵੀ ਤੁਹਾਡੇ ਲਈ ਬੰਦਾ ਇਹ ਤਾਂ ਸੋਚਦਾ ਵੀ ਤੁਹਾਡੇ ਲਈ ਕਿਸੇ ਲਈ ਮੈਂ ਕਹੇ ਜਾ, ਮੇਰੇ ਲਈ ਕੌਣ ਕਹੇ ਜਾ ਜੀ, ਉਹ ਵੀ ਇੱਕ ਮਨ ਦੀ ਬਹੁਤ ਵੱਡੀ ਆਪਣੇ ਤਸੱਲੀ ਲਾ ਲਓ ਉਹਨੂੰ, ਜਾਂ ਜਿੱਦਾਂ ਵੀ ਲਾ ਲਓ, ਇੱਕ ਸਕੂਨ ਲਾ ਲਓ ਜੋ ਵੀ ਹੈ ਹਨਾ। ਦੇਵੀ ਸਾਹਿਬ ਦਾ ਇਹਦੇ ਤੇ ਇੱਕ ਮਨੋਹਰ ਵਾਸ ਨੇ ਜੀ ਤੋਂ ਸ਼ੁਰੂਆਤ ਕੀਤੀ ਸੀ ਗੀਤ ਦੀ ਗਾਇਕੀ ਦੀ, ਉਹਦੇ ਵਿੱਚ ਲਾਈਨਾਂ ਨੇ, ਕਹਿੰਦਾ ਤਕਦੀਰ ਬਦਲਣ ਵਾਲੀ ਨਹੀਂ ਤੂੰ ਬਦਲੀ ਵਾਂਗ ਤਰੀਕਾਂ ਦੇ, ਕੰਧਾਂ ਉੱਤੋਂ ਕਈ ਕੈਲੰਡਰ ਬਦਲੇ ਵਿੱਚ ਉਡੀਕਾਂ ਦੇ। ਕਿਆ ਬਤਾ ਕਿਆ ਬਦਲੇ ਥੋੜੇ ਅਸੀਂ ਵੀ, ਪਹਿਲਾਂ ਜਿਹਾ ਹੰਗਾਰਾ ਕੀ ਗੈਰਾਂ ਪਿੰਗਾਂ ਝੂਟ ਦੀਏ ਤੈਨੂੰ ਅਸੀਂ ਹਲਾਰਾ ਕਿਉਂ ਦਈਏ, ਐਂ ਸੀ ਉਹ ਗੀਤ। ਇਹ ਦੇਖੋ ਜਿਹੜੇ ਇਹ ਗੀਤ ਪਿੱਛੇ ਮੈਨੂੰ ਲੱਗਦਾ ਕਾਰਨ ਦੋ ਰਹਿ ਗਏ ਹੋਣਗੇ, ਜਾਂ ਤੇ ਬੰਦਾ ਕਮਜ਼ੋਰ ਹੀ ਇੰਨਾ ਹੋ ਗਿਆ ਕਿ ਉਹਦੇ ਕੋਲ ਵਿਚਾਰੇ ਕੋਲ ਨਾ ਉਹ ਧੱਕਾ ਨਹੀਂ ਦਿੱਤਾ ਜਾ ਰਿਹਾ ਪੀਂਘ ਨੂੰ, ਤੇ ਜਾਂ ਫਿਰ ਪੀਂਘ ਤੇ ਉਹਦੇ ਚ ਦੂਰੀ ਬੜੀ ਹੋ ਗਈ ਆ। ਆ ਦੂਰੇ ਹੋਣੀ ਉਹ ਵੈਨਕੂਵਰ ਸੀਗਾ ਜੀ, ਪੀਂਘ ਇੱਥੇ ਹੋਣੀ ਆ ਕਿਤੇ ਮਕਸੂਦਪੁਰ ਹੁਸ਼ਿਆਰਪੁਰ, ਕਿਤੇ ਇੱਧਰ ਬੰਗੇ ਮੁੰਗੇ ਮਾਲਪੁਰ ਕਿਤੇ। ਉਸ ਤਾਂ ਹੋਏ ਹੋਣਾ ਜੀ, ਤਾਂ ਹੀ ਲਿਖਿਆ ਗਿਆ। ਇਹ ਕੋਈ ਚੱਕਰ ਤੇ ਨਵਾਂ ਸਾਲ ਸਭ ਲਈ ਦੁਆ ਖੁਸ਼ੀਆਂ ਭਰਿਆ ਹੋਵੇ ਜੀ, ਸਾਰੀ ਦੁਨੀਆਂ ਦੇ ਉੱਪਰ ਸੁੱਖ ਸ਼ਾਂਤੀ ਹੋਵੇ ਜੀ, ਬਸ ਇਹੀ ਇੱਕ ਦੁਆ ਹੈ। ਬਿਲਕੁਲ, ਮੈਂ ਵੀ ਸ਼ੇਅਰ ਲਿਖਿਆ ਜੀ ਇੱਕ, ਅੱਜ ਫੇਸਬੁੱਕ ਤੇ ਵੀ ਪਾਵਾਂਗੇ, ਕਿਉਂਕਿ ਜਿਹੜੇ ਸ਼ਬਦ ਹੁੰਦੇ ਆ, ਇੱਕ ਸ਼ਬਦ ਬਹੁਤ ਕੁਛ ਕਹਿ ਜਾਂਦਾ ਹੁੰਦਾ ਜੀ। ਬਿਲਕੁਲ, ਸ਼ਬਦ ਇੱਕ ਇਹੀ ਚੀਜ਼ ਆ, ਕਲਮ ਇੱਕ ਇਹੀ ਚੀਜ਼ ਆ, ਤਲਵਾਰ ਨੂੰ ਵੱਧ ਕੰਮ ਕਰ ਜਾਂਦੀ ਹੈ ਜੀ।
ਅੱਜ ਦੇ ਦਿਨਾਂ ਦੀ ਗੱਲ ਹੈ ਵੀ ਗੁਰੂ ਜੀ ਨੇ ਜਫ਼ਰਨਾਮਾ ਹੀ ਲਿਖਿਆ ਸੀ ਇੱਕ, ਤੇ ਜਿਹਦੇ ਨਾਲ ਔਰੰਗਜ਼ੇਬ ਪੜ੍ਹ ਕੇ ਮੁੜ ਕੇ ਉੱਠਿਆ ਨਹੀਂ ਸੀ ਮੰਜੇ ਤੋਂ, ਕਿਉਂਕਿ ਸ਼ਬਦਾਂ 'ਚ ਬਹੁਤ ਕੁਛ ਹੁੰਦਾ ਜੀ, ਬਹੁਤ ਸ਼ਕਤੀ ਹੈ ਜੀ। ਮੈਂ ਵੀ ਲਿਖਿਆ ਕਿ ਦੁਆ ਹੈ ਸਿਕੰਦਰ ਦੀ ਸਾਰੇ ਹੱਸ ਬਸਣ ਜੀ, ਦੁਆ ਹੈ ਸਿਕੰਦਰ ਦੀ ਸਾਰੇ ਹੱਸ ਬਸਣ ਜੀ, ਭੁੱਖੇ ਢਿੱਡ ਰਹਿ ਦੁਨੀਆ ਤੇ ਕੋਈ ਨਾ ਕਦੇ ਹੱਸਣ ਜੀ। ਕਿਆ ਬਾਤ ਹੈ, ਭੁੱਖੇ ਢਿੱਡ ਰਹਿ ਦੁਨੀਆ ਤੇ ਕੋਈ ਨਾ ਕਦੇ ਹੱਸਣ ਜੀ, ਮਾਪਿਆਂ ਬਿਨ ਬੱਚੇ ਕਦੇ ਕੋਈ ਗੋਦੀ ਵਿੱਚ ਨਾ ਸੌਵਣ ਨਾ, ਮਾਪਿਆਂ ਬਿਨ ਬੱਚੇ ਕਦੇ ਗੋਦੀ ਵਿੱਚ ਸੌਵਣ ਨਾ, ਹਰ ਦਾ ਘਰ ਆਪਣਾ ਹੋਵੇ, ਸੁੱਖ ਦੀ ਨੀਂਦ ਹੋਵਣ। ਵਾਹ ਵਾਹ ਜੀ ਵਾਹ, ਕਿਆ ਬਤਾ, ਕੋਈ ਨਾ ਰੋਜੀ ਰੋਟੀ ਖਾਤਰ ਛੱਡੇ ਸੋਹਣੇ ਘਰ ਆਪਣੇ ਨੂੰ ਜੀ, ਕੋਈ ਨਾ ਰੋਜੀ ਰੋਟੀ ਖਾਤਰ ਛੱਡੇ ਸੋਹਣੇ ਘਰ ਆਪਣੇ ਨੂੰ, ਮਾਪਿਆਂ ਦੇ ਹੋਵਣ ਪੂਰੇ ਪਾਲੇ ਜੋ ਸੁਪਨੇ ਹਨ ਜੀ। ਕਿਆ ਬਤਾ, ਅਕੜਾਹੇ ਪਿੰਡ ਸਿਕੰਦਰ ਦਾ ਬਸ ਆਖਰੀ ਸਾਹ ਹੋਵੇ, ਚੜ੍ਹਦੀ ਕਲਾ ਵਿੱਚ ਸਾਲ 2024 ਸਭ ਲਈ ਸੁੱਖ ਵਾਲਾ ਹੋਵੇ। ਵਾਹ ਜੀ ਵਾਹ, ਚੜ੍ਹਦੀ ਕਲਾ ਵਿੱਚ ਵਾਹ ਜੀ ਵਾਹ, ਵਾਹ ਜੀ ਵਾਹ। ਪਰ ਹੁਣ ਤਾਂ ਇਹ ਹਾਲਾਤ ਹੋ ਗਏ, ਚਲੋ ਇਹ ਮੈਂ ਆਪ ਸਾਡੇ ਵੇਲੇ 'ਚ ਲਿਖਿਆ, ਹੁਣ ਤਾਂ ਰੋਜੀ ਰੋਟੀ ਖਾਤਰ ਤਾਂ ਅਸੀਂ ਘਰ ਨਹੀਂ ਛੱਡਦੇ ਜੀ, ਹੁਣ ਤਾਂ ਸੁੱਖੀ ਸਾਂਦੀ ਛੱਡਦੇ ਆ। ਹਾਂਜੀ ਹਾਂਜੀ, ਬਸ ਉਹ ਵਕਤ ਹੋਰ ਸੀ ਜਦੋਂ ਰੋਜੀ ਰੋਟੀ ਖਾਤਰ ਛੱਡਦੇ ਸੀਗੇ, ਹੈ ਨਾ ਜੀ ਜੀ ਬਿਲਕੁਲ। ਹੁਣ ਤਾਂ ਸੁੱਕੀ, ਹੁਣ ਤਾਂ ਪੈਸੇ ਜੇਬ 'ਚ ਪਾ ਕੇ ਚੜ੍ਹਦੇ ਹਾਂ ਜੀ, ਅਸੀਂ $10 ਲੈ ਕੇ ਉਤਰੇ ਸੀ ਤੇ ਉਹ 18,000 ਦੀ ਫੀਸ ਭਰ ਕੇ ਉਤਰਦੇ ਨੇ ਜੀ ਇੱਥੇ। ਵਾਕਈ ਇਹ ਤੇ ਪਰਸਪੈਕਟਿਵ ਤੇ ਬਦਲ ਗਿਆ ਜੀ, ਵਾਕਈ ਬਦਲ ਗਿਆ ਜੀ, ਹੈ ਨਾ। ਚਲੋ ਕਿਉਂਕਿ ਆਪਦੇ ਸਮੇਂ ਨੂੰ ਯਾਦ ਕਰਕੇ ਲਿਖਿਆ ਜੀ, ਇਹ ਲਿਖਣਾ ਵੀ ਚਾਹੀਦਾ ਜੀ, ਤੇ ਸਭ ਲਈ ਸਾਹਮਣਾ ਹੋਵੇ ਜੀ। ਆਪਾਂ ਤਾਂ ਇਹੀ ਕਹਿੰਦੇ ਹਰ ਦਿਨ ਹਰ ਚੜ੍ਹਦੇ ਸੂਰ ਦੀ ਸਵੇਰ ਸਭ ਲਈ ਸਾਹਮਣੀ ਹੋਵੇ। ਬਿਲਕੁਲ ਬਿਲਕੁਲ, ਕੋਈ ਵੀ ਬਿਲਕੁਲ, ਕਿਆ ਬਾਤ ਹੈ ਜੀ। ਮੈਂ ਆਪਣੇ ਉਹ ਜਿਹੜਾ ਫਲਸਤੀਨ 'ਚ ਹੋ ਰਿਹਾ ਉਹ ਮੇਰੇ ਗੱਲ ਯਾਦ ਆਈ ਰਾਤੀ, ਤੇ ਮੈਂ ਕਿਹਾ ਵੀ ਉਹ ਬੱਚੇ ਵਿਚਾਰੇ ਜਿਹਨਾਂ ਦੇ ਮਾਪੇ ਤੁਰ ਗਏ, ਵੀ ਬੱਚਿਆਂ ਲਈ ਸਾਰਿਆਂ ਨਾਲੋਂ ਵੱਡਾ ਚਾਹੇ ਜਿੱਡਾ ਮਰਜ਼ੀ ਗਰੀਬ ਮਾਪਾ ਹੋਵੇ ਜਾਂ ਬੱਚਾ ਵਿਛੜ ਜਾਂਦਾ ਨਾ, ਉਹ ਆਪਦੀ ਮਾਂ ਨੂੰ ਪਿਓ ਨੂੰ ਰੋਂਦਾ ਜੀ। ਉਦੋਂ ਉਹਨੂੰ ਐਂ ਨਹੀਂ ਦੀਦਾ ਵੀ ਅਸੀਂ ਗਰੀਬ ਹਾਂ ਕਿ ਅਮੀਰ ਹਾਂ, ਉਹਨੂੰ ਹੁੰਦਾ ਮੇਰੀ ਮਾਂ ਪਿਓ ਦੀ ਮੇਰੇ ਗੋਦ ਹੋਵੇ ਮੇਰੇ ਕੋਲ ਬਸ। ਬਿਲਕੁਲ, ਉਹਦੇ ਨਾਲ ਸਾਰਿਆਂ ਨਾਲੋਂ ਵੱਡਾ ਹੁੰਦਾ। ਅੱਜ ਜੇ ਅਸੀਂ ਦੇਖਦੇ ਹਾਂ ਤਰਾਸਦੀ ਹਾਂ ਕਿ ਇਸ ਕਰਕੇ ਵੀ ਸਾਰੇ ਬੱਚੇ ਭਾਈ ਆਪਦੀ ਮਾਂ ਦੀ ਸੁੱਖ ਪਿਓ ਦਾ ਸੁੱਖ ਦੀਆਂ ਗੋਦ ਮੰਨਣ ਜੀ। ਬੱਚਾ ਜਿੱਡਾ ਮਰਜ਼ੀ ਹੋ ਜਾਵੇ ਜੀ, ਚਾਹੇ ਕਿਸੇ ਦੇਸ਼ ਦਾ ਰਾਜਾ ਬਣ ਜਾਵੇ, ਦੁਨੀਆਂ ਦਾ ਰਾਜਾ ਬਣ ਜਾਵੇ, ਪਰ ਮਾਂ ਤੇ ਪਿਓ ਦੀ ਗੋਦ ਨਾਲ ਵੱਡਾ ਉਹਦਾ ਸਲਤਨਤ ਕੋਈ ਨਹੀਂ ਹੁੰਦੀ, ਕੋਈ ਕੁਰਸੀ ਨਹੀਂ ਹੁੰਦੀ। ਵਾਕਈ ਸਭ ਲਈ ਜੀ ਆਪਾਂ ਕਹਿੰਦੇ ਹਾਂ, ਦੁਆ ਕਰਦੇ ਹਾਂ ਜੀ। ਤੇ ਬਾਕੀ ਆਪਣਾ ਏੜੂਆ ਪਰਿਵਾਰ ਐਕਣੇ ਮਹਿਕਾ ਬਣਦਾ ਰਹੇ ਜੀ। ਦੇਖੋ ਕਿੱਥੋਂ ਕਿੱਥੋਂ ਅਸੀਂ ਜੁੜਦੇ ਹਾਂ ਬਾਈ ਜੀ, ਪਾਕਿਸਤਾਨ ਤੋਂ ਆਏ ਡਾਕਟਰ ਸਾਹਿਬ ਨੇ ਅੱਜ ਬਹੁਤ ਸੋਹਣੀ ਭਾਵਕ ਕਵਿਤਾ, ਮੈਂ ਉਹਦੇ ਵਿੱਚੋਂ ਦੋ ਤਿੰਨ ਲਫ਼ਜ਼ ਚਲੋ ਮੈਂ ਪਹਿਲਾਂ ਲਿਖ ਦਿੱਤੀ, ਨਹੀਂ ਮੈਂ ਦੋ ਕੁ ਲਫ਼ਜ਼ ਲਿਖਣੇ ਵੀ, ਘਰ ਚਾਹੇ ਕੱਚਾ ਹੋਵੇ ਚਾਹੇ ਹੋਵੇ ਪੱਕਾ ਜੀ। ਨਹੀਂ ਵਾਕਈ ਕਿੱਡੀ ਵੱਡੀਆਂ ਉਹਨਾਂ ਨੇ ਗੱਲ ਕਹਿ ਗਈ ਉਹਦੇ ਵਿੱਚ, ਬਹੁਤ ਕਮਾਲ, ਨਾ ਤਰਾਸਦੀ ਨਾ ਹੋਵੇ ਜੀ। ਬਿਲਕੁਲ, ਮਾਪੇ ਜਿਉਂਦਿਆਂ ਤੇ ਬੱਚੇ ਨਾ ਜਾਣ, ਕਿਸੇ ਮਾਪੇ ਦੇ ਮੋਢੇ ਤੇ ਉਹਦੇ ਬੱਚੇ ਦੀ ਲਾਸ਼ ਨਾ ਜਾਵੇ ਜੀ, ਇਹ ਸਾਡੀ ਦੁਆ ਰੇਡੂ ਪਰਿਵਾਰ ਵੱਲੋਂ। ਬਿਲਕੁਲ ਬਿਲਕੁਲ ਜੀ, ਸਭ ਲਈ ਸੁੱਖ ਸ਼ਾਂਤੀ ਹੋਵੇ ਜੀ, ਹੈ ਨਾ ਜੀ। ਬਾਕੀ ਖਹਿਰਾ ਸਾਹਿਬ ਕਹਿੰਦੇ ਸੀ ਵੀ ਆਲੂ ਮੀਟ ਜਦ ਮੂਹਰੇ ਗਲਾਸ ਚ ਕੁਛ ਪਾਇਆ ਪਿਆ ਹੋਵੇ, ਚਾਹੇ ਫਿਰ ਜੀ ਕੁਛ ਵੀ ਨਾ ਹੋਵੇ ਜੀ, ਮੈਂ ਉਹਨਾਂ ਦਾ ਭੁਲੇਖਾ ਦੂਰ ਕਰ ਦਿੰਦਾ, ਚਾਹੇ ਮੀਟ ਚਾਹੇ ਮੱਛੀ ਚਾਹੇ ਆਲੂ।
ਗਲਾਸ ਚ ਮਿਕਸ ਜਿਹਾ ਹੋਵੇ ਸਮਾਨ ਫਿਰ ਸਭ ਕੁਛ ਚਾਲੂ। ਭਾਂਬੜ ਮੱਚਦੇ, ਬੜੀ ਸੇਵਾ ਹੋਈ ਪ੍ਰਾਹੁਣੇ ਦੀ ਜੀ, ਬਹੁਤ ਸੇਵਾ ਹੋਈ ਆ। ਮੈਂ ਆਪ ਦੇਖਿਆ ਜੀ, ਤੁਸੀਂ ਦੇਖੋ ਅੱਗੇ ਪੁਰਾਣੇ ਸਮੇਂ ਦੇ ਵਿੱਚ ਬੁੜੀਆਂ ਸਾਰੀ ਦਿਹਾੜੀ ਵਿਚਾਰੀਆਂ ਕਿਹੜਾ ਟਾਈਮ ਉਹ ਚੁੱਲ੍ਹਾ ਬਾਲਦੀਆਂ ਸੀ, ਲੱਕੜਾਂ ਲੁੱਕੜਾਂ ਨਾ ਬਾਲਣ ਨਾ ਪਾਥੀਆਂ ਨਾ, ਤੇ ਜੇ ਪ੍ਰਾਹੁਣੇ ਨੂੰ ਪੈਗ ਨਾ ਦੇਣਾ ਉਹਨਾਂ ਕਹਿਣਾ ਰਾਤ ਸੇਵਾ ਨੀ ਕਰੀ, ਪ੍ਰਾਹੁਣੇ ਨੂੰ ਭੂਆ ਫੜਾ ਦੋ ਚਾਹੇ ਬਾਣ ਵਾਲੇ ਮੰਜੇ ਤੇ ਪਾ ਦੋ, ਦਾਣ ਵਾਲੇ ਪਾਸੇ ਪਿਆ ਕੇ ਦੂਜੇ ਪਾਸੇ ਵੀ ਅੱਗੇ ਜੰਨ ਦੇ ਵਿੱਚ ਕੀ ਹੁੰਦਾ ਸੀਗਾ ਜੀ, ਮੈਂ ਆਪ ਕਈ ਛੋਟੇ ਛੋਟੇ ਹੁੰਦੇ ਜੰਨ ਜਾਂਦੇ ਹੁੰਦੇ ਸੀ, ਚਾਰ ਮੰਜਿਆਂ ਦੇ ਇੱਕ ਬੋਤਲ ਤੇ ਵਿਚਾਲੇ ਥਾਲ ਦੇ ਵਿੱਚ ਪਕੌੜੀਆਂ ਲੂਣ ਵਾਲੀਆਂ ਮਿਰਚਾਂ ਜਿਹੜੀਆਂ ਹੁੰਦੀਆਂ ਸੀ ਆਪਣੇ ਹਲਵਾਈਆਂ ਨੇ ਕੱਢੀਆਂ ਹੁੰਦੀਆਂ, ਉਹ ਥਾਲ ਚ ਪਜਾਲੇ ਪਈਆਂ ਹੁੰਦੀਆਂ ਸੀ, ਕਹਿੰਦੇ ਵੀ ਉੱਥੇ ਸੇਵਾ ਪੂਰੀ ਹੋਈ। ਟੋਕਰਾ ਹੋਰ ਥਾਲ ਦੇ ਵਿੱਚ ਵਿਚਾਰੇ ਮੰਜੇ ਦੇ ਵਿਚਾਲੇ ਬੰਦੇ ਸੀ, ਚਾਰ ਬੰਦੇ ਬੈਠੇ ਦੇ ਇੱਕ ਬੋਤਲ ਦੇ ਦਿੰਦੇ ਸੀ, ਜਨ ਦੀ ਸੇਵਾ ਬਹੁਤ ਕੀਤੀ ਵੀ ਗਾਹ ਪਾਤਾ ਜੀ ਗਾਹ। ਤੇ ਹੁਣ ਦੇਖੋ ਜੀ, ਹੁਣ ਚਾਰ ਵਿਚਾਰੀਆਂ ਉਹ ਖੜੀਆਂ ਹੁੰਦੀਆਂ ਨੇ ਲਈ ਗਲਾਸਾਂ ਚ, ਕੋਈ ਕੁਛ ਚੱਕੀ ਫਿਰਦਾ ਹੁੰਦਾ, ਕੋਈ ਕੁਛ ਚੱਕੀ ਫਿਰਦਾ ਹੁੰਦਾ, ਹੁਣ ਲੋਕ ਹੁਣ ਖੁਸ਼ ਹੈ ਨੀ ਜੀ। ਵਾਕਈ ਨਾ ਮੰਗਾਂ ਜ਼ਿਆਦਾ ਵੱਧ ਗਈਆਂ ਤੇ ਉਹ ਸੰਤੁਸ਼ਟੀ ਜਾਂ ਸੈਟੀਸਫੈਕਸ਼ਨ ਉਹ ਨਹੀਂ ਹੋ ਰਹੀ, ਹੋ ਨਹੀਂ ਉਹ ਤਾਂ ਹੋਣੀ ਵੀ ਨਹੀਂ ਜੀ। ਜੀ ਜੀ ਇਸ ਕਰਕੇ ਨਾ ਜਿੰਨਾ ਚ ਇਹ ਜਿਹੜੀ ਗਰੀਬੀ ਤਾਂ ਨਹੀਂ ਮੈਂ ਇਹਨੂੰ ਕਹਿ ਸਕਦਾ, ਇਹਨੂੰ ਤੁਸੀਂ ਕੀ ਕਹੇਂਗੇ ਉਹ ਸ਼ਬਦ ਮੈਂ ਹੁਣ ਮੇਰੇ ਯਾਦ ਸੀਗਾ ਗੱਲ ਕਰਦੇ ਕਰਦੇ ਭੁੱਲ ਗਿਆ, ਵੀ ਜਿਹੜੀ ਘਾਟ ਹੁੰਦੀ ਹੈ, ਘਾਟ ਲਾ ਲਓ ਵੀ ਜਿਹੜੀ ਚੀਜ਼ ਦੀ ਘਾਟ ਹੁੰਦੀ ਹੈ ਜਾਂ ਸਾਨੂੰ ਉਹ ਮਿਲਦੀ ਹੈ ਨਾ, ਉਹ ਜਿਹੜੀ ਸੰਤੁਸ਼ਟੀ ਹੁੰਦੀ ਹੈ ਬੰਦੇ ਨੂੰ, ਐਂ ਹੁੰਦਾ ਵੀ ਹਾਂ ਅਸਲ 'ਚ ਹੁਣ ਸਾਡੇ ਆਲੇ ਦੁਆਲੇ ਹੋਏ ਬਹੁਤ ਕੁਛ ਗਿਆ, ਇਸ ਕਰਕੇ ਅਸੀਂ ਠੁੱਡੇ ਮਾਰਨ ਲੱਗ ਗਏ। ਹਾਂਜੀ ਜੀ ਜੀ ਹਾਂ ਵੀ ਆਹ ਤਾਂ ਚੱਲ ਹੈਗਾ ਹੀ ਹੈ, ਹੋਰ ਹੋਰ ਚੈੱਕ। ਹਾਂ ਬਸ ਇਹ ਕੰਮ ਹੋ ਗਿਆ ਜੀ, ਅਸਲ 'ਚ ਇਹ ਠੁੱਡੇ ਮਾਰਨ ਲੱਗ ਗਏ। ਜੀ 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 ਬਿਲਕੁਲ। ਹੁਣ ਤੁਸੀਂ ਦੇਖੋ ਵੀ ਜਿਹੜਾ ਕੁਛ ਲਾਇਆ ਹੁੰਦਾ ਵਿਆਹਾਂ ਚ ਵੜਦੇ ਉਹਨੂੰ, ਕਿਤੇ ਗੋਲ ਗੱਪੇ, ਕਿਤੇ ਟਿੱਕੀਆਂ, ਕਿਤੇ ਫਲਾਨਾ, ਕਿਤੇ ਯਾਰ ਖਾਣਾ ਦਾ 200 ਗ੍ਰਾਮ ਹੈ। ਅੱਗੇ ਹੀ ਵਿਆਹ ਦੇਖੀ ਆ ਆਪਾਂ, ਮੈਂ ਤਾਂ ਦੇਖੇ ਨੇ ਜੀ ਕੀ ਹੁੰਦਾ ਸੀ, ਹੈ ਸਵੇਰੇ ਜਾਓ ਚਾਹ ਪੀ ਲਓ, ਬਾਅਦ ਚ ਆਨੰਦ ਕਾਰਜ, ਤੇ ਉਦੋਂ ਬਾਅਦ ਜਾ ਕੇ ਫਿਰ ਜਿੱਥੇ ਹੁੰਦਾ ਜੀ ਧਰਮਸ਼ਾਲਾ, ਉੱਥੇ ਜਾ ਕੇ ਬੰਦੇ ਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਥਾਲੀ ਚ ਪਕੌੜੀਆਂ ਇੱਕ ਬੋਤਲ, ਤੇ ਬੰਦਾ ਮਤਲਬ ਕੀ ਸੀ ਵੀ ਸੰਤੁਸ਼ਟੀ ਸੀ ਜੀ ਅਸਲ। ਜੀ 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 ਸਬਰ ਦੇ ਬੰਨ ਟੁੱਟ ਗਈ ਸਾਡੇ, ਅਸਲ ਮੈਂ ਇਹੀ ਕਹੂੰਗਾ। ਬਿਲਕੁਲ ਜੀ, ਬਰਬਾਦੀ ਜ਼ਿਆਦਾ ਹੋ ਗਈ, ਬਰਬਾਦੀ ਚ ਪੈਸੇ ਦੀ ਬਰਬਾਦੀ ਹੋ ਗਈ, ਤੇ ਅਸੀਂ ਇੱਕ ਦਿਖਾਵੇ ਪਿੱਛੇ ਆਪਦੇ ਆਪ ਨੂੰ ਮਾਰਨ ਲੱਗ ਗਈ ਮੇਰੇ ਹਿਸਾਬ ਨਾਲ। ਬਿਲਕੁਲ ਔਜਲਾ ਸਾਹਿਬ, ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਹੁਣ ਕੈਲੰਡਰ ਆਪਾਂ ਬਦਲਣ ਜਾ ਰਹੇ ਹਾਂ, ਇੱਕ ਦੋ ਘੰਟੇ ਰਹਿ ਗਏ, 2 ਘੰਟੇ ਰਹਿ ਗਏ ਜੀ, 10 ਵੱਜ ਗਏ ਆ, 12 ਵਜੇ ਚਲੋ ਕੈਲੰਡਰ ਬਦਲ ਦਿਆਂਗੇ, ਅਤੇ ਹੋ ਸਕਦਾ ਕਿ ਜਿਹੜੀਆਂ ਆਦਤਾਂ ਨੇ ਸਾਡੀਆਂ ਉਹ ਵੀ ਬਦਲ ਜਾਣ, ਕੁਛ ਚੰਗੀਆਂ ਜਿਹੜੀਆਂ ਆਦਤਾਂ ਉਹ ਪੈਣ। ਵਧੀਆ ਗੱਲ ਸੁਣਾਉਣਾ ਜੀ ਐਂਡ 'ਤੇ, ਮੇਰੀ ਭਾਣੀ ਹੈ ਜੀ ਇੱਥੇ ਕੈਨੇਡਾ ਜੀ, ਅਤੇ ਉਹ ਵਿਆਹ ਕਰਾਉਣ ਗਈ ਜੀ ਪਿਛਲੇ ਮਹੀਨੇ, ਅਤੇ ਚਲੋ ਮੇਰੀ ਉਹਦੇ ਨਾਲ ਗੱਲ ਹੁੰਦੀ ਹੈ, ਮੈਂ ਉਹਨੂੰ ਕਿਹਾ ਵਾ ਪੱਤ ਗੱਲ ਸੁਣ ਮੇਰੀ, ਕਹਿੰਦੀ ਹਾਂ ਮੈਂ ਕਿਹਾ ਕਿਵੇਂ ਲੰਘਿਆ 2 ਸਾਲ, ਕਹਿੰਦੀ ਮਾਮਾ ਜੀ ਬਹੁਤ ਐਂ ਕਰਿਆ, ਔਖੇ ਕੱਢੇ ਐਂ ਕੱਢੇ, ਮੈਂ ਕਿਹਾ ਵਿਆਹ 'ਤੇ ਜਾ ਕੇ ਭਵੱਕੜ ਨਾ ਕੱਢ ਦਿਓ ਹੁਣ, ਮੈਂ ਕਿਹਾ ਆਪਦੇ ਘਰ ਦਾ ਨੰਬਰ ਦੇ ਮੈਨੂੰ, ਹੈ ਨਾ ਚਲੋ ਉਹ ਜਾਣਦੀ ਸੀ ਮੁੰਡੇ ਜੀ ਤਾਂ ਮੰਗੀ ਹੋਈ ਸੀ, ਮੈਂ ਉਹਦਾ ਵੀ ਫੜਾ ਮੇਰੇ ਨੰਬਰ ਉਹਨੇ ਦੇ ਤਾ, ਮੈਂ ਉਹਨੂੰ ਮਾਰੀ ਕਰ ਮੈਂ ਗੱਲ ਸੁਣ, ਕਹਿੰਦਾ ਹਾਂਜੀ, ਮੈਂ ਕਿਹਾ ਕੋਈ ਲੋੜ ਨਹੀਂ ਆਰਾਮ ਨਾਲ ਜਾ ਕੇ ਵਿਆਹ ਕਰਕੇ ਨਾ ਆਜੋ, ਜਿਹੜੇ 4 ਪੈਸੇ ਬਚਣਗੇ ਨਾਲ ਲੈ ਇੱਥੋਂ ਨਾ ਬੇਸਮੈਂਟ 'ਚ, ਤੇ ਤੁਸੀਂ ਤੇ ਉਹ ਥੋੜ੍ਹਾ ਜਿਹਾ ਉੱਪਰਲੀ ਫਲੋਰ 'ਚ ਰਹਿ ਲਿਓ,
ਉਸ ਪੈਸੇ ਨਾਲ ਕਿਆ ਬਤਾ, ਘੱਟੋ ਘੱਟ ਬੇਸਮੈਂਟ ਤਾਂ ਨੀ ਰਹਿਣਗੇ, ਉਕਣੇ ਕਰਿਆ ਜੀ ਉਹਨਾਂ ਨੇ ਵਿਆਹ ਜੀ। ਮੈਂ ਕਿਹਾ ਜਿਹਨੂੰ ਖਵਾਇਆ ਹੈ ਉਹਨਾਂ ਨੇ, ਤੁਸੀਂ ਕਿੰਨੇ ਸਾਲ ਬਾਅਦ ਜਾ ਕੇ ਦੇਖਣਾ, ਕੋਈ ਦੇਖਣਾ ਖਬਰਾਂ ਕਢਾਉਣਾ ਹੀ ਕਰਨੀ, ਮੁੜ ਕੇ ਜਾਣਾ ਤੁਹਾਡੇ ਕੋਲ ਨਹੀਂ ਜਾ ਹੋਣਾ ਹੈ, ਇੱਥੇ ਤਾਂ ਫਿਰਨਾ ਤੁਸੀਂ ਰੈਂਟ ਭਰਦਿਆਂ ਨੇ। ਉਹਨਾਂ ਨੇ ਵਿਆਹ ਵੀ, ਮੈਂ ਆਪਦੀ ਭੈਣ ਨੂੰ ਵੀ ਕਿਹਾ, ਮੇਰੀ ਭੂਆ ਦੀ ਬੇਟੀ ਆ ਉਹਦੀ ਤਾਂ ਬੇਟੀ ਸੀ, ਉਹਨੂੰ ਵੀ ਮੈਂ ਕਾਲ ਕਰਕੇ ਗਿਆ, ਮੈਂ ਆਪਦਾ ਘਰੇ ਉਹਨਾਂ ਨੇ ਘਰੇ ਵਿਆਹ ਕੀਤਾ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ, ਉੱਕਣੇ ਲਾ ਕੇ ਸਾਦਾ ਵਿਆਹ ਕਰਕੇ। ਉਹ ਮੈਨੂੰ ਕਹਿੰਦੇ ਵੀ ਹਾਂ ਵੀ ਗੱਲ ਤਾਂ ਤੇਰੀ ਵਧੀਆ। ਮੈਂ ਕਿਹਾ ਜਿਹਨੂੰ ਇਹ ਜਿਹਨਾਂ ਨੂੰ ਖਵਾ ਦੇਣਾ ਇਹਨਾਂ ਦੋ ਜਵਾਕਾਂ ਨੇ, ਇਹਨਾਂ ਨੇ ਮੁੜ ਕੇ ਕਿਹਦੇ ਖਾਣ ਜਾਣਾ? ਜੇ ਵੱਧ ਵੀ ਖਵਾ ਦੇਗਾ ਤਾਂ ਵੀ ਗੱਲਾਂ ਕਰਕੇ ਹਟ ਜਾਣਗੇ, ਘੱਟ ਖਵਾਤਾ ਤਾਂ ਵੀ ਕਰਕੇ ਹਟ ਜਾਣਗੇ। ਮੈਂ ਕਿਹਾ ਵਧੇ ਪੈਸੇ ਸੇਵ ਕਰੋ। ਹੋਇਆ ਵੀ ਐਂ ਜੀ, ਮੁੰਡੇ ਨੂੰ ਕਿਹਾ, ਮੈਂ ਕਿਹਾ ਤੂੰ ਆ ਚਾਰ ਪੈਸੇ ਨਾਲ ਲੈ, ਮੈਂ ਕਿਹਾ ਇਹ ਤਾਂ 100 ਕਿਲੋ ਇਹਦਾ ਵਜਨ ਘਟਿਆ ਪਿਆ ਇੱਥੇ ਕਰ ਕਰ ਕੰਮ ਇਹਦਾ ਵਿਚਾਰੀ ਦਾ ਹਨਾ, ਤੇ ਇੱਥੇ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲੱਗੇ ਹੋਏ ਹੋ। ਮੈਂ ਕਿਹਾ ਜਿਹੜਾ 2 ਲੱਖ 4 ਲੱਖ ਬਚਾਉਣਾ ਇਹ ਨਾਲ ਇਹਦੇ ਡਾਲਰ ਬਣਾ ਕੇ ਲੈ ਆਈ, ਘੱਟੋ ਘੱਟ ਤੁਸੀਂ ਫਸਟ ਫਲੋਰ ਤੇ ਤਾਂ ਰਹਿ ਲੇਂਗੇ ਆ ਕੇ ਬੇਸਮੈਂਟ ਤੋਂ। ਹਾਂ ਵੱਡੀ ਗੱਲ ਹੈ, ਬਿਲਕੁਲ ਜੀ, ਆਪਦੀ ਜ਼ਿੰਦਗੀ ਤਾਂ ਸੌਖੀ ਕਰੋ ਲੋਕਾਂ ਨੂੰ, ਲੋਕ ਤਾਂ ਸੌਖੇ ਨਾ ਖੁਸ਼ ਹੋਏ ਨਾ ਸੌਖੇ ਹੋਏ, ਨਾ ਖੁਸ਼ ਹੋਣਾ ਜੀ ਉਹਨਾਂ ਨੇ ਜੀ। ਬਿਲਕੁਲ, ਇਹ ਮੈਂ ਕਿਸੇ ਨੂੰ ਚਾਹੀਦੀ ਹੋਈ, ਮੇਰੇ ਕੋਲ ਮੂਵੀ ਵੀ ਹੈਗੀ, ਮੈਂ ਭੇਜ ਵੀ ਦਊ। ਵਧੀਆ ਉਹਨਾਂ ਨੇ ਘਰੇ ਵਿਆਹ ਕੀਤਾ ਜੀ, ਮੈਂ ਕਿਹਾ ਵੀ ਜੇ ਦੇਖ ਲਓ ਜੋ ਵੀ ਗਾਹਾਂ ਵਾਲੇ ਜਵਾਕ ਲਈ ਜੋ ਅਸੀਂ ਕਰ ਸਕਦੇ, ਮੈਂ ਮੁੜ ਕੇ ਕਰਨਾ ਵੀ ਨਹੀਂ, ਮੈਂ ਧਮਕੀ ਵੀ ਦਿੱਤੀ ਸੀ। ਚਲੋ ਵਧੀਆ ਕੀਤਾ ਉਹਨਾਂ ਨੇ, ਖੁਸ਼ ਹੋਏ ਉਹ ਵੀ, ਕਹਿੰਦੇ ਠੀਕ ਹੈ ਜੀ ਵਧੀਆ ਹੋ ਗਿਆ ਸਾਰਾ। ਉਵੇਂ ਸਾਦਾ ਵਿਆਹ ਹੋਇਆ ਜੀ, ਉਵੇਂ ਕੁਰਸੀਆਂ ਡਾ ਕੇ ਉਹਨਾਂ ਨੇ ਸ਼ਗਨ ਪਾਤਾ। ਔਰ ਫਿਰ ਬਾਅਦ ਦੇ ਵਿੱਚ ਮੈਨੂੰ ਇਹ ਵੀ ਕਿਹਾ, ਕਹਿੰਦੇ ਵੀ ਵਧੀਆ ਲੱਗਿਆ, ਸਾਰੇ ਲੋਕਾਂ ਨੇ ਵੀ ਕਿਹਾ ਵੀ ਵਧੀਆ ਹੋਇਆ, ਘੱਟੋ ਘੱਟ ਸਾਰੇ ਇਕੱਠੇ ਤਾਂ ਸੀਗੇ, ਕੋਲ ਤਾਂ ਬੈਠੇ। ਵੱਡੀ ਗੱਲ ਹੈ, ਵੱਡੀ ਗੱਲ ਹੈ, ਬਿਲਕੁਲ ਜੀ, ਬਿਲਕੁਲ, ਵੀ ਘੱਟੋ ਘੱਟ ਕੋਲ ਤਾਂ ਸੀਗੇ ਸਾਰੇ ਇੱਕ ਦੂਜੇ ਦੇ। ਹਾਲਾਂ 'ਚ ਕੀ ਹੁੰਦਾ ਜੀ, ਕੋਈ ਇੱਧਰ ਦੀ ਨਿਕਲ ਜਾਂਦਾ, ਕੋਈ ਉੱਧਰ ਦੀ ਨਿਕਲ ਜਾਂਦਾ। ਮੈਂ ਤਾਂ ਮੇਲਾ ਕਹਿਣਾ, ਮੈਂ ਤਾਂ ਵਿਆਹ ਦੇਖੀ ਨਹੀਂ, ਮੈਂ ਤਾਂ ਮੇਲੇ ਦੇਖਿਆ ਜੀ, ਮੇਲੇ। ਉਹ ਤਾਂ ਉਹਨਾਂ ਨੇ ਸੱਚ ਲਿਖਿਆ ਹੁੰਦਾ ਜੀ, ਹਾਲ ਦੇ ਬਾਹਰ ਹਾਲ ਦੇਖੋ ਕਹਿਣਾ, ਉਹ ਤਾਂ ਲਿਖਿਆ ਹੁੰਦਾ ਬਾਹਰ, ਕਹਿਣਾ ਹਾਲ ਦੇਖੋ ਅੰਦਰ, ਤੇ ਮੇਲੇ ਹੀ ਨਹੀਂ ਜੀ, ਹੋਰ ਕੀ ਹੈ। ਇਹ ਜਨਤਾ ਦਾ ਹਾਲ ਬਣ ਜਾਂਦਾ ਹਾਲ 'ਚ ਜਾ ਕੇ ਜੀ। ਇੰਨਾ ਕੁਛ ਖਾ ਪੀ ਕੇ ਵੀ ਅਸੀਂ ਖੁਸ਼ ਨਹੀਂ ਹੋ ਕੇ ਤੁਰਦੇ ਜੀ ਉੱਥੇ। ਹਾਂਜੀ ਬਿਲਕੁਲ ਬਿਲਕੁਲ ਜੀ, ਬਿਲਕੁਲ, ਮੁੜ ਕੇ ਹਾਜ ਮੁਲੇ ਲੱਭਦੇ ਫਿਰਦੇ ਜੀ ਜੀ। ਤੋ ਇਸ ਕਰਕੇ ਮੈਂ ਤਾਂ ਕਹਿੰਦਾ ਵਧੀਆ ਹੈ ਜੀ। ਹੁਣ ਵੀ ਮੈਂ ਸਾਰੇ ਜਿੰਨੇ ਨੇ ਕਿਸੇ ਨੇ ਜਵਾਕ ਭੇਜਣਾ ਭਾਈ, ਇੱਥੇ ਨਾਲੋਂ ਸਾਰਾ ਕੁਛ ਕਰਨਾ, ਜਵਾਕ ਨੂੰ 4 ਪੈਸੇ ਦੇ ਦਿਓ, ਘੱਟੋ ਘੱਟ ਵਿਚਾਰਾ ਇੱਥੇ ਦਾ ਸੁੱਖ ਦਾ ਸਾਹ ਲੈ ਲੂ ਜੀ 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 ਬਿਲਕੁਲ ਬਿਲਕੁਲ। ਇਹ ਹਾਲ ਦੇਖੋ ਨਾ ਆ ਕੇ ਜਵਾਕਾਂ ਦੇ ਤੁਸੀਂ, ਨਹੀਂ ਸੁਪਰ ਹੈ ਜੀ, ਅਲਟੀਮੇਟ ਹੈ ਤੇ ਭਾਈਆ ਭਾਈਏ ਦੇ ਜਵਾਕ ਨੇ ਜੀ, ਇੱਥੇ ਟੋਰਾਂਟੋ ਦੇ ਸੜਕਾਂ ਦੇ ਵਿਚਾਰੇ ਹਵਾ ਨਾਲ ਉੱਡਦੇ ਫਿਰਦੇ ਨੇ, ਨਾ ਕੱਦ ਨੇ ਜੀ ਹੈ ਨਾ ਵਜਨ ਹੈ ਜੀ, ਬਿਲਕੁਲ। ਉਹਨਾਂ ਵਿਚਾਰੇ ਦੇ ਹਾਲ ਦੇਖੋ ਕਿਵੇਂ ਤੁਰੇ ਫਿਰਦੇ ਨੇ, ਉਹ ਘੱਟੋ ਘੱਟ ਉਹਨਾਂ ਨੂੰ ਤਾਂ ਸੌਖੇ ਕਰੋ ਤੁਸੀਂ, ਇੱਥੇ ਟੋਰਾਂ ਦੇ ਮਾਰੇ ਅਸੀਂ ਮੁੱਛ ਦੇ ਸਵਾਲ ਨਾਲ ਇੱਥੇ ਰੋਲ ਕੇ ਰੱਖ ਦਿੰਦੇ ਜਵਾਕਾਂ ਦੀ, ਉਹ ਘੱਟੋ ਘੱਟ ਇੱਥੇ ਤਾਂ ਸੁੱਖ ਦੀ ਨੀਂਦ ਸੌਣਗੇ, ਜਿਹੜਾ 4 ਲੱਖ ਇੱਥੇ ਨੱਚਣ ਤੇ ਲਾਉਣਾ ਉਹਨੂੰ ਦੇ ਦਿਓ ਵਿਚਾਰੇ ਨੂੰ ਜਾਂ ਵਿਚਾਰੇ ਨੂੰ। ਇਹ ਬਾਕੀ ਉਹਨਾਂ ਸਾਹਿਬ ਬਹੁਤ ਹੀ ਕਮਾਲ ਦਾ ਸੁਨੇਹਾ ਹੈ, ਅਤੇ ਮੈਨੂੰ ਲੱਗਦਾ ਕਿ ਕਿਉਂਕਿ ਦੋਸਤਾਂ ਦੇ ਕਮੈਂਟ ਵੀ ਆ ਰਹੇ ਨੇ, ਉਹਨਾਂ ਨੂੰ ਇਹ ਗੱਲ ਪਸੰਦ ਆ ਰਹੀ ਆ ਕਿ ਸਾਦਗੀ ਦਾ ਕੋਈ ਤੋੜ ਨਹੀਂ, ਜਿੰਨਾ ਅਸੀਂ ਸਾਦਗੀ ਦੇ ਵਿੱਚ ਰਹਾਂਗੇ, ਮਨ ਨੀਵਾਂ ਮਤ ਉੱਚੀ ਵਾਲਾ ਕੰਮ ਜਿਹੜਾ ਹੋਏ ਤਾਂ ਕਮਾਲ ਹੋਏਗੀ, ਕਮਾਲ ਹੋਏਗੀ। ਅਤੇ ਇਹੀ ਜਿਹੜਾ ਮੈਨੂੰ ਲੱਗਦਾ ਹੈ ਕਿ ਮੇਰੇ ਹਾਰਡ ਲਫ਼ਜ਼ ਜਾਂ ਮੇਰਾ ਹਾਰਡ ਸੁਨੇਹਾ ਜਾਂ ਹਾਰਡ ਲਫ਼ਜ਼ ਕੁੜੀ ਨੂੰ, ਕੁੜੀ ਦੇ ਹਸਬੈਂਡ ਨੂੰ ਪਸੰਦ ਆਇਆ ਜਾਂ ਉਹ ਡਰ ਗਏ, ਮੈਨੂੰ ਨਹੀਂ ਪਤਾ ਕੀ ਹੋਇਆ, ਪਰ ਕੰਮ ਆਇਆ ਜੀ ਉਹਨਾਂ ਦੇ ਕੰਮ ਆਇਆ। ਕਿਆ ਪਤਾ ਕਿਆ ਪਤਾ, ਵਾਕਈ ਮੈਂ ਇਹ ਕਿਹਾ, ਮੈਂ ਕਿਹਾ ਕੀ ਲੈਣਾ ਤੁਸੀਂ ਕਿਸੇ ਨੂੰ, ਮੈਂ ਕਿਹਾ ਪਹਿਲਾਂ ਤੁਸੀਂ ਐਂ ਦੱਸ, ਮੈਂ ਤੇਰੇ ਸ਼ਮੀ ਭਾਜੀ ਤੁਸੀਂ ਉਹ ਬੇਟੀ ਭੇਜਤੀ ਇੰਨੇ ਪੈਸੇ ਲਾ ਕੇ, ਬੇਟੀ ਨੇ ਵਿਆਹ ਤੇ ਜਾਂ ਮੇਰੀ ਬੇਟੀ ਦੇ ਵਿਆਹ ਤੇ ਜਿੰਨਾ ਕੋਲ ਖਵਾ ਗਏ ਉਹ, ਉਹਨਾਂ ਨੇ ਕਦੋਂ ਜਾਣਾ ਮੁੜ ਕੇ, ਉਹਨਾਂ ਦਾ ਲਾਲੇ ਪਏ ਉਹਦੇ ਇੱਥੇ
ਰੈਂਟ ਭਰਨ ਦੇ, ਉਹ ਬਾਹਰ ਕਿਹਦੇ ਵਿਆਹ ਤੇ ਮੁੜ ਕੇ ਜਾਣਗੇ ਜੀ ਉਹ? ਜੀ 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 ਬਿਲਕੁਲ, ਇਸ ਕਰਕੇ ਕੀ ਲੋੜ ਹੈ ਸਾਨੂੰ ਜੀ? ਬਿਲਕੁਲ ਬਿਲਕੁਲ, ਜਿਹੜੇ ਜਾਂਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਮੈਂ ਇਹ ਨੀ ਇਕੱਲਾ ਕਹਿੰਦਾ ਵੀ ਇਕੱਲੇ ਮਾਪਿਆਂ ਨੂੰ, ਜਿਹੜੇ ਅਸੀਂ ਵੀ ਮਾਪੇ ਹਾਂ ਕਿਸੇ ਦੇ, ਜਿਹੜੇ ਕਿਸੇ ਦੇ ਵਿਆਹ ਤੇ ਜਾਂਦੇ ਨੇ ਉਹ ਵੀ ਮਾਪੇ ਨੇ ਕਿਸੇ ਦੇ। ਜੀ ਜੀ, ਘੱਟੋ ਘੱਟ ਸਾਨੂੰ ਐਂ ਤਾਂ ਕਰਨਾ ਚਾਹੀਦਾ ਭਾਈ ਠੀਕ ਆ, ਇਹ ਕਰਕੇ ਬੱਚੇ ਲਈ ਕਰੋ। ਜਿਹੜੇ ਬੱਚੇ ਨੂੰ ਤੁਸੀਂ, ਉਹ ਤਾਂ ਵਿਚਾਰੇ ਇੱਥੇ ਹਾਲ ਦੇਖੋ ਜੀ ਕੀ ਹੋ ਰਹੇ ਨੇ, ਤੰਬੂਆਂ 'ਚ ਰਹਿਣ ਵਾਲਾ ਕੰਮ ਹੋਇਆ ਪਿਆ ਜੀ। ਨਹੀਂ ਵਾਕਈ ਦਿਖਾਵੇ ਬਾਜ ਦਾ ਕੋਈ ਜ਼ਰੂਰਤ ਨਹੀਂ ਹੈ, ਅਤੇ ਉਹ ਜਿਵੇਂ ਪਹਿਲਾਂ ਘਰਾਂ 'ਚ ਝੰਡੀਆਂ ਵਿਹੜੇ 'ਚ ਲਾ ਕੇ ਉਹ ਕਰ ਲੈਂਦੇ ਸੀ ਵਿਆਹ, ਅਤੇ ਖੁਸ਼ੀ ਸੀ ਨਾ, ਉਹੀ ਮੈਂ ਪਹਿਲਾਂ ਉਹੀ ਗੱਲ ਕੀਤੀ, ਖੁਸ਼ੀ ਸੀ, ਖੁਸ਼ੀ ਸੀ ਕਿ ਨਾ, ਕਿੰਨੀ ਖੁਸ਼ੀ ਹੁੰਦੀ ਸੀ ਉਹਦੇ ਵਿੱਚ। ਜੀ ਜੀ, ਉਹ ਹਵਾ ਜਿਹੜਾ ਵਿਆਹ ਖੁਸ਼ੀਆਂ ਨਾਲ ਝੰਡੀਆਂ ਵਿਹੜੇ 'ਚ ਘੁਮਾਈਆਂ ਹੁੰਦੀਆਂ ਸੀ, ਉਹਨਾਂ ਦੇ ਜਵਾਬ ਹੀ ਕੋਈ ਨਹੀਂ। ਹੁਣ ਕਿਹੜੀ ਖੁਸ਼ੀ ਆਈ, ਕਿਹੜਾ ਕਿਹੜਾ ਵਿਆਹ 'ਚ ਖੁਸ਼ੀ ਕਿਸੇ ਦੀ ਕਰਦਾ, ਅਗਲਾ ਦੇਖਣ ਜਾਂਦਾ ਵੀ ਕੀ ਕਰਦੇ ਨੇ, ਹਨਾ। ਬਿਲਕੁਲ ਬਿਲਕੁਲ, 40-40 ਲੱਖ ਲਾ ਕੇ ਤੇ ਮੁੜ ਕੇ 40 ਲੱਖ ਕਦੇ ਜਵਾਕ ਨੂੰ ਨਾਲ ਦੇ ਕੇ ਤੋਰ ਕੇ, ਤਾਂ ਦੇਖੋ ਕਿੰਨਾ ਜਵਾਕ ਇੱਥੇ ਵਿਚਾਰਾ ਆਪਦੇ ਆਪ ਨੂੰ ਸਕੂਨ ਮਹਿਸੂਸ ਕਰੂਗਾ ਜੀ। ਜੀ 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 ਬਿਲਕੁਲ ਬਿਲਕੁਲ, 4 ਘੰਟੇ 40 ਲੱਖ ਲਾਉਣ, ਤੇ ਉਹ ਕਹਿੰਦਾ ਕਹਿੰਦਾ ਵੀ 4 ਘੰਟੇ ਦਾ ਵਿਆਹ 4 ਕਿੱਲੇ ਖਾ ਜਾਂਦਾ। ਗੱਲ ਤਾਂ ਸੱਚੀ ਹੈ ਜੀ, ਗੱਲ ਸੱਚੀ ਹੈ ਜੀ। ਉਹ ਬਜ਼ੁਰਗ ਦੀ ਕਿਸੇ ਦੀ ਮੈਨੂੰ ਬਹੁਤ ਵਧੀਆ ਗੱਲ ਲੱਗੀ, ਉਹ ਕਹਿੰਦਾ 4 ਘੰਟੇ ਦਾ ਵਿਆਹ 4 ਕਿੱਲੇ ਖਾ ਜਾਂਦਾ। ਉਹੀ 4 ਕਿੱਲੇ ਭਾਈ ਜਵਾਕ ਨੂੰ ਦੇ ਕੇ ਤੋਰ ਦਿਓ, ਜਵਾਕ ਦਾ ਘੱਟੋ ਘੱਟ ਇੱਥੇ ਵਿਚਾਰਾ ਸੌਖਾ ਰਹੂ। ਉਹ ਤਾਂ ਸੌਖਾ ਰਹੇਗਾ ਜੀ, ਬਿਲਕੁਲ। ਸਾਡੇ ਪਿੰਡ ਦਾ ਇੱਕ ਮੁੰਡਾ 41 ਸਾਲ ਦਾ ਆਇਆ, ਮੈਂ ਫੇਸਬੁੱਕ ਤੇ ਜੁੜ ਗਿਆ, ਮੈਂ ਗੱਲ ਕਰਨ ਲੱਗ ਗਿਆ। ਮਹਾ ਵੀ ਵਿਆਹ ਮਹਾਂ ਕਿੰਨੇ ਸਾਲ ਦਾ? ਕਹਿੰਦਾ 41 ਸਾਲ ਦਾ ਹੋ ਗਿਆ। ਮਹਾਂ ਵਿਆਹ? ਕਹਿੰਦਾ ਵਿਆਹ ਜੀ ਚਾਚਾ ਜੀ। ਕਹਿੰਦਾ ਮੈਨੂੰ ਤਾਂ 25 ਹਜ਼ਾਰ ਦਾ ਇਹ ਫਿਕਰ ਲੱਗਾ ਵੀ 25 ਹਜ਼ਾਰ ਜੋੜ ਕੇ ਮੈਂ PR ਲੈਣੀ ਹੈ ਜੀ। ਵਿਆਹ ਤਾਂ ਕਹਿੰਦਾ ਮੈਨੂੰ ਕੋਈ ਯਾਦ ਹੀ ਨਹੀਂ ਹੈ ਵੀ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ। ਜੀ 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 ਬਿਲਕੁਲ ਬਿਲਕੁਲ, 25 ਹਜ਼ਾਰ ਪਹਿਲਾਂ ਮੇਰਾ ਜੁੜੂਗਾ, ਕਹਿੰਦਾ ਫਿਰ ਮੈਂ ਉਹਨੂੰ PR ਲਈ ਭਰੂੰਗਾ, ਜਿਹਨੂੰ ਜਿਹੜੇ ਵੀ ਪੰਜਾਬੀ ਨੂੰ ਦੇਣੇ ਨੇ ਜਿਹਨੇ PR ਲੈ ਕੇ ਦੇਣੀ ਆ, ਪੈਸੇ ਚੱਲਦੇ ਅੱਜ ਕੱਲ੍ਹ। ਕਹਿੰਦਾ ਮੈਨੂੰ ਤਾਂ ਉਹਦਾ ਫਿਕਰ ਲੱਗਿਆ ਹੈ ਵੀ ਮੈਂ 25 ਹਜ਼ਾਰ ਕਦੋਂ ਜੋੜਨਾ, ਵਿਆਹ ਮੇਰੇ ਕਿੱਥੇ ਯਾਦ ਆਈ ਜਾਂਦਾ। ਇਹ ਹਾਲਾਤ ਨੇ ਸਾਡੇ। ਮਹਾਂ ਬਾਪੂ ਹੁਣੀ ਭੰਗੜੇ ਪਾਉਂਦੇ ਹੋਣੇ, ਮੁੰਡਾ ਕੈਨੇਡਾ 'ਚ, ਬਾਪੂ ਗੁਆਂਢੀਆਂ ਨੂੰ ਬੁਲਾਉਣਾ, ਬਾਪੂ ਗੁਆਂਢੀਆਂ ਨੂੰ ਬੁਲਾਉਣਾ ਹਟ ਗਿਆ ਵੀ ਮੁੰਡਾ ਕੈਨੇਡਾ ਤੁਹਾਡਾ ਇੱਥੇ ਫਿਰਦਾ। ਸੁਧਰਨੇ ਚਾਹੀਦੇ ਨੇ ਜੀ ਦੇਖੋ ਦੱਸਣੇ ਵੀ ਚਾਹੀਦੇ ਨੇ ਜੀ ਮੈਂ ਤਾਂ ਹਮੇਸ਼ਾ ਕਹਿਣਾ ਕਿ ਅਸੀਂ ਇਹ ਇਕੱਲੀਆਂ ਜਿਹੜੀਆਂ ਅਸੀਂ ਵੀ ਟੋਰਾਂ ਮਾਰਦੇ ਹਾਂ ਜਾ ਕੇ, ਚਲੋ ਮੈਂ ਤਾਂ ਨਹੀਂ ਕਰਦਾ ਇਹੋ ਜਿਹਾ ਕੁਛ, ਮੈਂ ਹੁਣ ਵੀ ਕਹਿਣਾ ਕਦੇ ਵੀ ਆਪਾਂ
ਕਰਕੇ ਨੇ ਟਰੱਕ ਦੇ ਵਿੱਚ ਤਿੰਨ ਦਿਨ ਦੀ ਰੋਟੀ ਖਾਂਦਾ ਤੇ ਉੱਥੇ ਜਹਾਜ਼ 'ਚ ਕੜੇ ਕੱਢ ਕੇ ਪਾਉਣ ਲੱਗ ਜਾਂਦੇ ਨੇ ਜਦੇ ਮਤਲਬ ਬੜੇ ਬੜੇ ਹਾਰ ਮੇਰੇ ਨਾਲ ਪਾਉਣ ਲੱਗ ਗਏ ਸੀ ਕਿ ਮੈਂ ਬਾਈ ਕੈਨੇਡਾ ਤੋਂ ਆਇਆ ਕਹਿੰਦਾ ਕੀ ਗੱਲ ਮੈਂ ਕਿਹਾ ਯਾਰ ਤੂੰ ਮੈਂ ਤਾਂ ਜਿਵੇਂ ਬੈਠਾ ਹੀ ਆ ਚੋਵੇਂ ਬੈਠਾ ਰਿਹਾ ਹੁਣ ਕਾਹਨੂੰ ਖਰਾਬ ਕਰਨਾ ਬਾਹਰਲਿਆਂ ਨੂੰ ਤੂੰ ਮੈਂ ਤਾਂ ਹਟ ਨਹੀਂ ਸਕਦਾ ਨਾ ਬੋਲਣ ਮੈਂ ਰਹਿਣ ਦੇ ਉੱਧਰ ਘਰ ਵਾਲੀ ਨੇ ਵੀ ਕੱਢ ਲਿਆ ਉਹਨੇ ਵੀ ਕੱਢ ਲਿਆ ਮੈਂ ਕਿਹਾ ਰਹਿਣ ਦੇ ਕਾਹਨੂੰ ਖਰਾਬ ਕਰਦੇ ਹੋ ਯਾਰ ਮੈਂ ਕੀ ਕਰਦਾ ਕਹਿੰਦਾ ਟਰੱਕ ਚਲਾਉਣਾ ਮੈਂ 94 ਤੇ ਉਹਨਾਂ ਨਾਲ ਕਹਿੰਦਾ ਬਾਈ ਕਿੱਥੋਂ ਨੂੰ ਕਿਵੇਂ ਪਤਾ ਮੈਂ ਵੀ ਅਮੈਰੀਕਾ ਤੋਂ ਆਇਆ ਉੱਥੇ ਦੀ ਲੰਘਦੇ ਨੇ ਸਾਰੇ ਜਿੱਥੇ ਮੇਰਾ ਪੰਪ ਹੈ ਉੱਥੇ ਦੀ ਜਾਂਦੇ ਨੇ ਸਾਰੇ ਮੈਂ ਕਾਹਦੇ ਵਾਸਤੇ ਯਾਰ ਹੈ ਮੈਂ ਕਿਉਂ ਖਰਾਬ ਕਰਦੇ ਹੋ ਤੁਸੀਂ ਉਹ ਵੀ ਲਾਗੀ ਬਰੱਸ਼ ਜਿਹਾ ਕੱਢ ਕੇ ਮਾਰਨ ਤੇ ਉਹਨੇ ਕੜਾ ਕੱਢ ਲਿਆ ਵੱਡਾ ਸਾਰਾ ਵਾਹ ਕਹਿੰਦੀ ਭਾਜੀ ਰਿਕਾਰਡ ਆ ਹੁਣ ਵੀ ਫੋਟੋ ਖਿੱਚ ਕੇ ਭੇਜ ਦੂ ਜਿਹੋ ਜਿਹੇ ਇੱਥੇ ਰਹੀਦਾ ਇਹ ਆ ਕੇ ਪਿੰਡ ਰਹੀ ਬਿਲਕੁਲ 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 ਜੀ ਇਹੀ ਇਹ ਸਾਦਗੀ ਜਿਹੜੀ ਹੈ ਇਹ ਜ਼ਿੰਦਾਬਾਦ ਹੈ ਜੀ 17 ਸਾਲ 18 ਸਾਲ ਪਹਿਲਾਂ ਇੱਕ US ਹਜ਼ੂਰ ਸਾਹਿਬ ਤੋਂ ਕੜਾ ਲਿਆ ਕੇ ਦਿੱਤਾ ਜੀ ਇੱਕ ਮਿੱਤਰ ਨੇ ਮੇਰੇ ਉਹੀ ਪਾਇਆ ਹੋਇਆ ਜੀ ਅੱਜ ਵੀ ਤੇ ਪਿੰਡ ਵੀ ਤੁਸੀਂ ਮਿਲੇ ਹੋਣੇ ਆ ਉਹੀ ਪਾਇਆ ਹੋਇਆ ਜੀ ਕਿਉਂ ਕਾਹਦੇ ਵਾਸਤੇ ਦੱਸੋ ਭਾਈ ਅਸੀਂ ਉੱਥੇ ਵੀ ਇੱਕਣੇ ਰਹਿ ਰਹੇ ਜੀ ਬਿਲਕੁਲ ਤਾਂ ਹੀ ਲੋਕ ਖਰਾਬ ਨਹੀਂ ਹੋਣਗੇ ਖਰਾਬ ਅਸੀਂ ਕੀਤੇ ਆ ਜੀ ਜਾ ਕੇ ਇੱਥੋਂ
ਐਡ ਐਡ ਕਰ ਕਰਕੇ ਇਹੋ ਜੀ ਬਿਲਕੁਲ ਐਡਾ ਕੜਾ ਕੱਢ ਕੇ ਪਾ ਲੈਣਾ ਮੈਂ ਕਿਹਾ ਉੱਥੇ ਪਾਇਆ ਕਰਨਾ ਟਰੱਕ ਚਲਾਉਂਦਾ ਫੇਰ ਦੇਖੋ ਜਿਹੋ ਜਿਹੇ ਰਹਿੰਦੇ ਉਹੋ ਜਿਹੇ ਦੱਸੋ ਭਾਈ ਇੱਕਣੇ ਰਹਿੰਦੇ ਆ ਕੇ ਆਈ ਆ ਭਾਈ ਸੌਖਾ ਨਹੀਂ ਪੈਸਾ ਕਿਤੇ ਵੀ ਨਹੀਂ ਸੌਖਾ ਬਣਦਾ ਮੈਂ ਤਾਂ ਕਹਿੰਦਾ ਚਾਹੇ ਕੋਈ ਸਮਗਲਿੰਗ ਕਰਦਾ ਉਹ ਵੀ ਸੌਖਾ ਨਹੀਂ ਬਣਾਉਂਦਾ ਪੈਸਾ ਆਪਾਂ ਕਹਿ ਦਿੰਦੇ ਹਾਂ ਪੈਸਾ ਕਿਤੇ ਵੀ ਸੌਖਾ ਨਹੀਂ ਬਣਦਾ ਜੀ ਚਾਹੇ ਪੰਜਾਬ ਹੈ ਚਾਹੇ ਕਿਤੇ ਵੀ ਹੈ ਜੀ ਸੌਖਾ ਕਮਾਈਆਂ ਕਿਤੇ ਵੀ ਸੌਖੀਆਂ ਨਹੀਂ ਹੈਗੀਆਂ ਇਸ ਕਰਕੇ ਸਾਨੂੰ ਸੱਚਾਈ ਦਾ ਸਾਹਮਣਾ ਕਰਕੇ ਸੱਚਾਈ ਦੱਸਣੀ ਚਾਹੀਦੀ ਹੈ ਭਾਈ ਨਹੀਂ ਸੌਖਾ ਨਹੀਂ ਬਿਲਕੁਲ ਬਿਲਕੁਲ ਜੀ ਓਹਲਾ ਸਾਹਿਬ ਧੰਨਵਾਦ ਇਸ ਕਰਕੇ ਸਾਨੂੰ ਕੁਝ ਸਿੱਖਣਾ ਚਾਹੀਦਾ 2023 ਤੋਂ ਸਿੱਖ ਕੇ 24 ਦੇ ਵਿੱਚੋਂ ਨਹੀਂ ਕਰਨਾ ਚਾਹੀਦਾ ਸਾਰਿਆਂ ਲਈ ਪਰਿਵਾਰਾਂ ਲਈ ਭੈਣਾਂ ਲਈ ਇਹੀ ਬੇਨਤੀ ਹੈ ਬਿਲਕੁਲ 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 ਜੀ ਕਿਆ ਬਾਤ ਆ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਨਵਾਂ ਸਾਲ ਮੁਬਾਰਕ ਇੱਕ ਵਾਰੀ ਫੇਰ ਤੇ ਕੱਲ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਹਾਂ ਸ਼ੁਕਰੀਆ ਜੀ ਮਿਲਦੇ ਹਾਂ ਸਾਹਿਬ ਜੀ ਲਓ ਦੋਸਤੋ ਸਮਾਂ ਕਿਉਂਕਿ 10 ਵਜੇ ਤੱਕ ਜਿਹੜਾ ਸਮਾਂ ਅਤੇ 10 ਹੋ ਗਏ ਵੀਰੇ ਹੁਣ ਕਹਿੰਦੇ 10 ਮਤਲਬ ਬਸ ਕਿਉਂਕਿ ਬਸ ਉੱਧਰ ਨਵੇਂ ਸਾਲ ਵਾਲੀ ਛੁਰਲੀਆਂ ਵੀ ਚੜ੍ਹਨ ਵਾਲੀਆਂ ਨੇ ਤੋ ਦੋਸਤੋ ਪੈਗਾਮ ਸੁਨੇਹੇ ਦੋਸਤਾਂ ਦੇ ਜਿਹੜੇ ਨੇ ਉਹ ਕਾਫੀ ਮੇਰੇ ਤੋਂ ਮਿਸ ਵੀ ਹੋਏ ਆ ਅਤੇ ਆਪਾਂ ਅਰਚਨਾ ਗੌਰ ਜੀ ਸੁਨੇਹੇ ਭੇਜ ਰਹੇ ਨੇ ਉਹਨਾਂ ਦਾ ਸ਼ੁਕਰੀਆ ਬਹੁਤ ਬਹੁਤ ਕਹਿੰਦੇ ਜੀ ਲਾਈਵ ਸ਼ੋਅ ਉਹ ਵੀ ਕਰਦੇ ਨੇ ਜਿਸ ਦਾ ਥੀਮ ਹੁੰਦਾ ਹੈ ਦਿਲ ਕੀ ਬਾਤ ਜ਼ੁਬਾਨ ਸੇ ਕਿਆ ਬਤਾ ਕਿਆ ਬਤਾ ਅਰਚਨਾ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਖੂਬ ਭਾਨ ਸਿੰਘ ਗਰੇਵਾਲ ਜੀ ਅਤੇ ਸਤਪਾਲ ਗਿਰੀ ਗੋਸਵਾਮੀ ਸਾਹਿਬ ਹੋਰਾਂ ਦੀ ਜਿਹੜੀ ਵਾਰਤਾਲਾਪ ਉਹ ਚੱਲ ਰਹੀ ਆ ਫੇਸਬੁੱਕ ਦੇ ਰਾਹੀਂ ਤੋ ਦੋਨੋਂ ਦੋਸਤਾਂ ਨੂੰ ਬਾਈਆਂ ਨੂੰ ਸਲਾਮ ਕਿਆ ਬਾਤਾਂ ਜੀ ਸ਼ੁਕਰੀਆ ਬਹੁਤ ਬਹੁਤ ਉਹ ਇੰਝ ਜੀ ਰਜਿੰਦਰ ਸਿੰਘ ਬਾਈ ਜੀ ਨੇ ਸੁਨੇਹਾ ਭੇਜਿਆ ਅਤੇ ਉਹ ਵੀ ਮੁਬਾਰਕਾਂ ਦੇ ਰਹੇ ਨੇ ਨਵੇਂ ਸਾਲ ਦੀਆਂ ਵੀ ਅਤੇ ਜ਼ਿੰਦਗੀ ਜਿੰਦਾਬਾਦ ਵਾਲੀਆਂ ਸੁਰਿੰਦਰ ਕੌਰ ਮਾਹਿਲ ਜੀ ਲਗਾਤਾਰ ਸੁਨੇਹੇ ਭੇਜ ਰਹੇ ਨੇ ਔਰ ਬਹੁਤ ਹੀ ਵਧੀਆ ਸੁਨੇਹੇ ਨੇ ਉਹਨਾਂ ਦੇ ਕਿਆ ਬਾਤਾਂ ਕਾਲਸ ਕੁਝ ਮਿਸ ਗਈਆਂ ਨੇ ਰਵਿੰਦਰ ਚੋਰ ਜੀ ਹੋਰਾਂ ਦੇ ਸੁਨੇਹੇ ਵੀ ਆ ਰਹੇ ਨੇ ਅਤੇ ਉਹਨਾਂ ਨਾਲ ਗੱਲਬਾਤ ਆ ਬਾਈ ਜਿਹੜਾ ਜੋਤਸ਼ੀ ਬਾਬਾ ਜੀ ਪਤਾ ਨਹੀਂ ਕਿੱਧਰੋਂ ਆ ਜਿਹੜਾ ਬਾਈ ਗੁਜਰੂ ਬੰਗਾਲੀ ਆ ਗਏ ਦੇ ਵਿੱਚ ਅਤੇ ਹੱਲ ਫੁੱਲ ਪਤਾ ਨਹੀਂ ਇਹਨਾਂ ਕੋਈ ਹੈਗਾ ਕਿ ਨਹੀਂ ਹੈਗਾ ਪਰ ਗੱਲਾਂ ਬਹੁਤ ਨੇ ਤੋ ਇਸੇ ਤਰ੍ਹਾਂ ਹੀ ਦੋਸਤੋ ਸਤਪਾਲ ਗਿਰੀ ਗੋਸਵਾਮੀ ਜੀ ਰਾਮਜੀਤ ਖੰਗੂੜਾ ਸਾਹਿਬ ਹੋਰਾਂ ਨੇ ਮੁਬਾਰਕਾਂ ਸਾਰੇ ਦੋਸਤਾਂ ਨੂੰ ਭੇਜੀਆਂ ਜੀ ਸ਼ੁਕਰੀਆ ਜੀ ਖੰਗੂੜਾ ਸਾਹਿਬ ਜੀ ਆਇਆਂ ਨੂੰ ਤੋ ਇੰਝ ਜੀ ਮੈਂ ਬਸ ਸਕਰੋਲ ਕਰ ਰਿਹਾ ਜਾਂਦੇ ਜਾਂਦੇ ਅਤੇ ਉਹ ਸਟਰੋਲ ਅਤੇ ਸਕਰੋਲ ਜਿਹੜਾ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਮਹਿੰਗਾ ਸਿੰਘ ਸ਼ੌਕਰ ਜੀ ਲਿਖਦੇ ਨੇ ਕਹਿੰਦੇ ਕਿਆ ਬਾਤ ਆ ਨਵਾਂ ਸਾਲ ਮੁਬਾਰਕ ਜੀ ਸ਼ੌਕਰ ਸਾਹਿਬ ਜੀ ਆਇਆਂ ਨੂੰ ਅਤੇ ਇਸੇ ਤਰ੍ਹਾਂ ਹੀ ਦੋਸਤੋ ਮੈਨੂੰ ਲੱਗਦਾ ਕਿ ਸਕਰੋਲ ਮੇਰਾ ਕਿਸੇ ਹੱਦ ਤੱਕ ਪਹੁੰਚ ਗਿਆ ਹੈ ਤੋ ਅਰਚਨਾ ਗੌਰ ਜੀ ਭੁਪਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਰਵਿੰਦਰ ਸਿੰਘ ਚੋਟ ਸਾਹਿਬ ਮਨਿੰਦਰ ਕੌਰ ਜੀ ਸੁਖਨੰਦਾ ਚੌਰੀਆ ਜੀ ਜਗਵੰਤ ਖੇੜਾ ਸਾਹਿਬ ਭਾਰਤ ਸਾਹਿਬ ਯੋਗੇਸ਼ਵਰ ਸਲਾਰੀਆ ਜੀ ਰਜਿੰਦਰ ਸਿੰਘ ਧਾਲੀਵਾਲ ਜੀ ਨਾਹਰ ਸਿੰਘ ਸੋਹੀ ਸਾਹਿਬ ਲਖਵਿੰਦਰ ਸੰਮੇਵਾਲੀ ਜੀ ਅਤੇ ਭੁਪਿੰਦਰ ਸਿੰਘ ਜੀ ਰਿਆਜ਼ ਭੱਟੀ ਸਾਹਿਬ ਦਵਿੰਦਰ ਸਿੰਘ ਜੀ ਜਗਜੀਤ ਸਿੰਘ ਜੀ ਗਣੇਸ਼ਪੁਰ ਅਤੇ ਹੋਰ ਬਹੁਤ ਸਾਰੇ ਦੋਸਤਾਂ ਨੇ ਪ੍ਰੋਗਰਾਮ ਨੂੰ ਮੁਹੱਬਤ ਭੇਜੀ ਹੈ ਜੀ ਉਹ ਸ਼ੁਕਰੀਆ ਉਹਨਾਂ ਦਾ ਵਿਸ਼ਾਲ ਆਪਟੀਕਲ ਵਾਲੇ ਵਿਸ਼ਾਲ ਬਾਈ ਜੀ ਅਤੇ ਗਗਨ ਜੀ ਦੋਸਤੋ ਅੱਜ ਲਈ ਇੰਨਾ ਹੀ ਅਤੇ ਆਪਾਂ ਕੱਲ੍ਹ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਆਪਾਂ ਨਵੇਂ ਸਾਲ 'ਤੇ ਕਰ ਰਹੇ ਹਾਂ ਨਵੇਂ ਸਾਲ ਦੀ ਜਿਹੜੀ ਆ ਆਮਦ 'ਤੇ ਤੋ ਕੁਛ ਸੁਨੇਹੇ ਅਗਰ ਮੇਰੇ ਤੋਂ ਮਿਸ ਹੋ ਗਏ ਹੋਣ ਤਾਂ ਬਾਈ ਬਈ ਮੈਂ ਮਿਸ ਕਰੂੰਗਾ ਬਹੁਤ ਮਿਸ ਕਰੂੰਗਾ ਬਾਈ ਬਸ ਨਵਾਂ ਸਾਲ ਆਉਣ ਵਾਲਾ ਹੀ ਹੈ ਬਸ ਅਤੇ ਜਾਂਦੇ ਜਾਂਦੇ ਆਪਾਂ ਨੂੰ ਸੁਨੇਹਾ ਲੈਂਦੇ ਹਾਂ ਰਵਿੰਦਰ ਸਿੰਘ ਚੋਟ ਸਾਹਿਬ ਦੇ ਕੋਲੋਂ ਚੋਟ ਸਾਹਿਬ ਆਪਾਂ ਪਹੁੰਚ ਗਏ ਜੀ ਫਗਵਾੜੇ ਤੁਹਾਡੇ ਕੋਲ ਜੀ ਆਇਆਂ ਨੂੰ ਖੁਸ਼ ਆਮਦੀਦ ਬਾਬੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਕਾਫੀ ਦੇਰ ਦਾ ਟਰਾਈ ਕਰ ਰਿਹਾ ਸੀ ਮੈਂ ਕਿਹਾ ਵੀ ਅੱਜ ਸ਼ਮੀ ਜੀ ਨੂੰ ਤੇ ਦੁਆਬਾ ਪਰਿਵਾਰ ਨੂੰ ਸਾਰਿਆਂ ਨੂੰ ਨਾ ਨਵਾਂ ਸਾਲ ਮੁਬਾਰਕ ਕਹਿ ਦੇਣਾ ਪਹਿਲਾਂ
ਕਿਆ ਬਤਾ ਜੀ, ਕਿਆ ਬਤਾ, ਸ਼ੁਕਰੀਆ ਜੀ, ਸ਼ੁਕਰੀਆ ਚੋਟ ਸਾਹਿਬ। ਅਲਵਿਦਾ ਕਹਿਣ ਤੋਂ ਪਹਿਲਾਂ ਹੀ ਜੀ ਆਪਾਂ ਅਗਲੇ ਸਾਲ ਦੀ ਮੁਬਾਰਕ ਦੇ ਦਿੰਦੇ ਹਾਂ। ਵਾਹ ਜੀ ਵਾਹ, ਤਾਂ ਹੀ ਮੈਂ ਕਹਾਂ ਫਗਵਾੜਾ ਇੰਨਾ ਐਡਵਾਂਸ ਕਿਉਂ ਹੈ ਬਾਕੀ ਪੰਜਾਬ ਤੋਂ ਅੱਗੇ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ, ਬਹੁਤ ਅੱਛਾ ਲੱਗ ਰਿਹਾ। ਔਰ ਆਪਾਂ ਸਾਰੇ ਸਾਲ ਕਦੀ ਕਦੀ ਤੁਹਾਡੇ ਨਾਲ ਜੁੜੀਦਾ ਸੀ ਤੇ ਭੁਪਿੰਦਰ ਭਾਰਤ ਜੀ ਨਾਲ ਵੀ ਜੁੜਦੇ ਰਹੇ ਹਾਂ ਤੇ ਚਾਲ ਸਾਹਿਬ ਨਾਲ ਵੀ ਕਿਤੇ ਕਿਤੇ ਗੱਲਬਾਤ ਹੋ ਜਾਂਦੀ ਸੀ ਤੇ ਬਹੁਤ ਹੀ ਪ੍ਰੋਗਰਾਮਾਂ ਨੇ ਇੰਪਰੂਵਮੈਂਟ ਕੀਤੀ ਹੈ ਜੀ ਤੇ ਇਸ ਸਾਲ ਦੇ ਵਿੱਚ ਤੁਸੀਂ ਬਹੁਤ ਕੁਛ ਨਵਾਂ ਲਿਆਂਦਾ, ਬੜਾ ਅੱਛਾ ਲੱਗਦਾ ਆ ਤੇ ਪ੍ਰੋਗਰਾਮ ਸੁਣ ਜਦੋਂ ਵੀ ਕਦੇ ਸੁਣੀ ਤਾਂ ਹਮੇਸ਼ਾ ਹੀ ਆ ਤੁਹਾਡੇ ਨਾਲ ਗੱਲਬਾਤ ਘੱਟ ਹੁੰਦੀ ਹੈ ਜੀ ਤੇ ਲਾ ਕੇ ਕੋਈ ਹੋਰ ਕੰਮ ਕਰਨ ਲੱਗੇ ਰਹੀਦਾ, ਨਾਲ ਦੀ ਨਾਲ ਦੀ ਨਾਲ ਦੀ ਨਾਲ ਹੀ ਕੋਈ ਲਿਖਣ ਪੜ੍ਹਨ ਦਾ ਚੱਲੀ ਜਾਂਦਾ, ਇੱਕ ਪਾਸੇ ਤੁਹਾਡੇ ਵੱਲ ਕੰਨ ਹੁੰਦਾ, ਦੂਸਰਾ ਕੰਨ ਦੂਸਰੇ ਪਾਸੇ ਹੁੰਦਾ, ਅੱਖਾਂ ਕਿਤਾਬ ਵੱਲ ਹੁੰਦੀਆਂ ਜਾਂ ਹੱਥ ਲਿਖਣ ਵੱਲ ਹੁੰਦੇ ਆ ਤੇ ਏਦਾਂ ਦਾ ਹਾਂਜੀ ਇਹੇ ਤਰ੍ਹਾਂ ਚੱਲਦਾ ਰਹਿੰਦਾ ਤੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਪੁਰਾਣੇ ਨੂੰ ਅਲਵਿਦਾ ਖੁਸ਼ੀ ਖੁਸ਼ੀ ਕਹੀਏ। ਭਾਵੇਂ ਬਹੁਤ ਸਾਰੀਆਂ ਘਟਨਾਵਾਂ ਜਿੱਦਾਂ ਪਹਿਲਾਂ ਗੱਲਬਾਤ ਹੋਈ ਆ, ਅੱਜ ਵੀ ਕੁਛ ਪ੍ਰੋਗਰਾਮ ਕੁਛ ਕੰਮ ਇਹੋ ਜਿਹੇ ਵੀ ਹੋਏ ਜਿਹੜੇ ਕਿ ਮਨੁੱਖਤਾ ਦੇ ਵਿੱਚ ਨਹੀਂ ਹੋਣੇ ਚਾਹੀਦੇ ਜੀ ਬਿਲਕੁਲ, ਪਰ ਉਹ ਜ਼ਰੂਰੀ ਸੀ ਜਾਂ ਕਿਸੇ ਤਰ੍ਹਾਂ ਵੀ ਵਾਪਰ ਗਈਆਂ ਘਟਨਾਵਾਂ ਤੇ ਆਪਾਂ ਦੁਆ ਕਰਦੇ ਵੀ ਅੱਗੇ ਜਿਹੜਾ ਸਾਲ ਹੈ ਉਹਦੇ ਚ ਅੱਛੀਆਂ ਅੱਛੀਆਂ ਘਟਨਾਵਾਂ ਵਾਪਰਨ ਜੀ। ਬਿਲਕੁਲ ਬਿਲਕੁਲ ਜੀ, ਇਹੀ ਇਹੀ ਦੁਆ ਹੈ ਜੀ। ਔਰ ਇਸ ਸਲਾਮਤੀ ਦੀ ਅਰਦਾਸ ਆਪਾਂ ਕਰਦੇ ਹਾਂ ਸਰਬੱਤ ਦੇ ਭਲੇ ਦੀ ਤੇ ਅਰਦਾਸਾਂ ਉਹ ਗੁਰੂ ਮਹਾਰਾਜ ਸੁਣਨ, ਕੁਦਰਤ ਜਿਹੜੀ ਆ ਉਹ ਮਿਹਰਬਾਨ ਰਹੇ, ਬਸ ਇਹੀ ਜਿਹੜੀ ਆ ਅਰਦਾਸ ਕਰਦੇ। ਬਿਲਕੁਲ ਜੀ ਬਿਲਕੁਲ ਜੀ, ਸਰਬੱਤ ਦਾ ਪਲਾ ਸਾਡਾ ਜਿਹੜਾ ਇੱਕ ਮੇਨ ਫਲਸਫਾ ਹੈ ਸਾਡੀ ਗੁਰਬਾਣੀ ਦਾ, ਸਰਬੱਤ ਦਾ ਪਲਾ ਅਸੀਂ ਮੰਗਦੇ ਹਾਂ ਜੀ। ਬਿਲਕੁਲ, ਉਹ ਪਲਾ ਸਾਰੇ 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 ਸਾਰੀ ਕਾਇਨਾਤ ਹੀ ਆ ਜਾਂਦੀ ਜੀ ਉਹਦੇ ਵਿੱਚ, ਚਾਹੇ ਪਸ਼ੂ ਪੰਛੀ ਜੀਵਨ ਜਿਹੜੇ ਮਤਲਬ ਕੁਛ ਵੀ ਚੀਜ਼ਾਂ ਹੈਗੀਆਂ ਉਹ ਸਾਰੀਆਂ ਸਲਾਮਤ ਰਹਿਣ ਜੀ। ਬਿਲਕੁਲ ਬਿਲਕੁਲ ਜੀ, ਉਹ ਗੀਤ ਫਿਲਮਾਂ ਚ ਵੀ ਗਾਇਆ ਸੀ ਨਾ, ਕਹਿੰਦੇ ਸਲਾਮਤ ਰਹੇ ਦੋਸਤਾਨ ਹਮਾਰਾ। ਬਿਲਕੁਲ 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 ਜੀ, ਸਾਡੇ ਵੱਲੋਂ ਦੇਖੋ ਜੀ ਮੁਬਾਰਕਾਂ ਸਾਰੇ ਪਰਿਵਾਰ ਨੂੰ ਪਹੁੰਚਾ ਦਿਓ ਜੀ। ਪਹੁੰਚ ਗਈ ਹੈ ਜੀ, ਪਹੁੰਚ ਗਈ ਆ ਆਹ ਪਰਿਵਾਰ ਵਾਲਿਓ, ਚੋਟ ਸਾਹਿਬ ਵੱਲੋਂ ਤੇ ਸਾਡੇ ਵੱਲੋਂ ਦਿਲ ਤੋਂ ਦਿਲ ਤੱਕ ਨਵਾਂ ਸਾਲ ਮੁਬਾਰਕ। ਤੇ ਆਹ ਜਿਹੜਾ ਬਾਈ ਕੈਲੰਡਰ ਜੀ ਨੇ ਸਾਡੇ ਕੋਲ 2023 ਵਾਲੇ, ਇਹਨਾਂ ਨੇ ਬਹੁਤ ਸਾਥ ਦਿੱਤਾ, 2023 ਦੇ ਕੈਲੰਡਰ ਨੂੰ ਆਪਾਂ ਹੁਣ ਵਿਦਾ ਕਰਦੇ ਹਾਂ ਤੇ ਨਵੇਂ ਕੈਲੰਡਰ ਤੇ ਨਵੇਂ ਸਿਲੰਡਰ ਜਿਹੜੇ ਉਹ ਭਰੇ ਜਾਣਗੇ। ਬਿਲਕੁਲ ਬਿਲਕੁਲ ਬਿਲਕੁਲ, ਕੀ ਬਾਤ ਹੈ, ਕੀ ਬਾਤ ਹੈ ਜੀ ਜੀ ਜੋਟ ਸਾਹਿਬ, ਤੁਸੀਂ ਨਾ ਤੁਸੀਂ ਲੋਕਾਂ ਦਾ ਖੂਨ ਵਧਾਉਂਦੇ ਹੋ ਜੀ ਜੀ ਜੀ, ਹਾਸਾ ਹਾਸਾ ਖਿਲਾਰਦੇ ਹੋ, ਤੁਹਾਡਾ ਪ੍ਰੋਗਰਾਮ ਸੁਣ ਕੇ ਕਿਸੇ ਦਾ ਵੀ ਮਤਲਬ ਬੀਪੀ ਲੋ ਨਹੀਂ ਹੋ ਸਕਦਾ। ਕੀ ਬਤਾ, ਹਾਸਾ ਦੇਖੋ ਜੀ, ਕਹਿੰਦੇ ਬਹੁਤ ਸਾਰੀਆਂ ਬਿਮਾਰੀਆਂ ਦੀ ਦਵਾਈ ਆ ਜੀ ਜੀ, ਉਹ ਦਵਾਈ ਤੁਸੀਂ ਹਰ ਸੈਚਰਡੇ ਸੰਡੇ ਲੋਕਾਂ ਚ ਖੁੱਲੇ ਆਮ ਵੰਡਦੇ ਹੋ, ਜਿਹੜਾ ਮਰਜ਼ੀ ਆ ਜਾਏ, ਜਿਹੜਾ ਮਰਜ਼ੀ ਆਪਣੀ ਸਿਹਤ ਬਣਾ ਲੈ। ਬਿਲਕੁਲ ਬਿਲਕੁਲ ਜੀ ਬਿਲਕੁਲ, ਮੁਹੱਬਤ ਜ਼ਿੰਦਾਬਾਦ ਹੈ ਜੀ। ਜੋਰ ਸਾਹਿਬ ਬਹੁਤ ਵਧੀਆ ਲੱਗਿਆ
ਤੁਹਾਡੀ ਆਵਾਜ਼ ਸੁਣੀ ਔਰ ਜਾਂਦੇ ਜਾਂਦੇ ਕਿਆ ਬਾਤਾਂ। ਇਹ ਪੈਗਾਮ ਜਿਹੜਾ ਤੁਸੀਂ ਸਰਬੱਤ ਦੇ ਭਲੇ ਦਾ ਦਿੱਤਾ ਹੈ, ਬਹੁਤ ਹੀ ਜਿਹੜਾ ਅੱਜ ਸਮੇਂ ਦੀ ਲੋੜ ਆ। ਇਹੀ ਮੁਹੱਬਤ ਦੀਆਂ ਸਾਂਝਾਂ ਜਿਹੜੀਆਂ ਨੇ ਹੋਰ ਜਿਹੜੀਆਂ ਨੇ ਵਧਣੀਆਂ ਚਾਹੀਦੀਆਂ ਨੇ, ਹੋਰ ਮਜ਼ਬੂਤ ਹੋਣੇ ਚਾਹੀਦੇ ਨੇ ਪਿਆਰ ਦੇ ਬੰਧਨ। ਤੋ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ। ਸੋ ਦੋਸਤੋ, ਚੋਟ ਸਾਹਿਬ ਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਸਾਂ, ਔਰ ਸ਼ੁਕਰੀਆ ਬਹੁਤ ਬਹੁਤ ਆਪ ਸਭ ਦਾ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਔਰ ਬੈਡ ਇੰਟਰਨੈੱਟ ਦੇ ਬਾਵਜੂਦ ਹੀ ਆਪਾਂ ਇੰਨੇ ਗੁੱਡ ਜਿਹੜੇ ਆ ਮਾਹੌਲ ਦੇ ਵਿੱਚ ਗੱਲਬਾਤ ਕਰਨ ਲਈ ਕਾਮਯਾਬ ਰਹੇ ਹਾਂ। ਇਹਦੇ ਲਈ ਆਪ ਸਭ ਦਾ ਵਿਸ਼ੇਸ਼ ਤੌਰ 'ਤੇ ਸ਼ੁਕਰੀਆ। ਇਹ ਤਾੜੀਆਂ ਵੀ ਆਪ ਸਾਰਿਆਂ ਦੇ ਵਾਸਤੇ। ਚਰਨਜੀਤ ਕੌਰ ਜੀ, ਮਾਤਾ ਜੀ ਰਾਣੀ ਸੁਨੇਹਾ ਭੇਜਿਆ, ਕਹਿੰਦੇ ਵੀ ਬਹੁਤ ਵਧੀਆ ਲੱਗਿਆ, ਔਰ ਜਿਹੜੇ ਨੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਦੋਸਤਾਂ ਨੇ ਸਾਂਝ ਪਾਈ ਆਪਣੀ ਆਵਾਜ਼ ਦੀ ਦੁਨੀਆ ਦੇ ਰਾਹੀਂ, ਆਵਾਜ਼ ਦੇ ਰਾਹੀਂ, ਔਰ ਉਹਨਾਂ ਸਾਰਿਆਂ ਦਾ ਸ਼ੁਕਰੀਆ। ਕੱਲ੍ਹ ਮਿਲਦੇ ਹਾਂ ਜੀ, ਕੱਲ੍ਹ ਨਵੇਂ ਸਾਲ 'ਚ ਮਿਲਦੇ ਹਾਂ ਨਵੇਂ ਜੋਸ਼ ਦੇ ਨਾਲ। ਮੈਨੂੰ ਲੱਗਦਾ ਮੈਨੂੰ ਨਵੀਂ ਕੋਟੀ ਵੀ ਲੈ ਲੈਣੀ ਚਾਹੀਦੀ ਹੈ, ਔਰ ਫਿਰ ਕਹਾਂਗੇ ਉੱਚ ਕੋਟੀ ਦੇ ਸ਼ਾਇਰ ਆਏ ਨੇ, ਕੋਟੀ ਥੋੜ੍ਹੀ ਉੱਚੀ ਲੈਣ ਲੱਗੇ। ਤੋ ਦੋਸਤੋ, ਇੰਝ ਹੀ ਮੁਸਕਰਾਉਂਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ। ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਕਿਆ ਹੀ ਬਾਤਾਂ, ਅੱਛਾ ਤੁਹਾਨੂੰ ਚਾਹੀਦਾ, ਰੱਬ ਰੱਖਾ ਦੋਸਤੋ।